ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤਉ ਪ੍ਰਸਾਦ ਸੁਖੀ ਸਦ ਹੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਪਾਵੇ ਨਾਨਕਾ ਸਾਈ ਗੱਲ ਚੰਗੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਕਟ ਮਰੈ ਕਬਹੂ ਨਾ ਛੱਡੇ ਖੇਤ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਹ ਜਹ ਰੱਖੇ ਆਪ ਜਹ ਜਹ ਰੱਖੇ ਆਪ ਤਹ ਜਾਏ ਖੜੋਵਣਾ ਤਹ ਜਾਏ ਖੜੋਵਣਾ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਿਉਂ
ਨਾਮ ਤੇਰੇ ਕੇ ਰੰਗ ਦੁਰਮਤ ਤੋਬਣਾ ਨਾਮ ਤੇਰੇ ਕੇ ਰੰਗ ਦੁਰਮਤ ਤੋਬਣਾ ਜਪ ਜਪ ਤੁਧ ਨਿਰੰਕਾਰ ਪਰਮ ਪਉ ਖੋਬਣਾ ਜਪ ਜਪ ਤੁਧ ਨਿਰੰਕਾਰ ਪਰਮ ਪਉ ਖੋਬਣਾ ਪਰਮ ਪਉ ਖੋਬਣਾ ਪਰਮ ਪਉ ਖੋਬਣਾ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਿਉਂ ਜਿਉਂ ਤੇਰਾ ਹੁਕਮ ਤਿਵੈ ਸਿਜੋਨਣਾ ਜੋਗਣਾ ਜੋ ਤੇਰੇ ਰੰਗ ਰਤੇ ਸਿਜੋਨਣਾ ਜੋਗਣਾ ਅੰਤਰ ਬਾਹਰ ਇੱਕ ਨੈਣ ਅਲੋ ਨਾ ਰੋਵਣਾ ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਬਖਸ਼ੀਸ ਮਨ ਮਾਹੇ ਪਰੋ
ਮਨ ਮਾਹੇ ਪਰੋਗਣਾ, ਮਨ ਮਾਹੇ ਪਰੋਗਣਾ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ। ਜਹਿ ਜਹਿ ਰੱਖੇ ਆਪ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਤਿਵੈ ਤਿਉਂ ਹੋਵਣਾ, ਤਿਵੈ ਤਿਉਂ ਹੋਵਣਾ। ਵਾਹਿਗੁਰੂ ਜੀ। ਤਿਸ ਗੁਰ ਸਿੱਖ ਕਹਾਂ ਸਦਾ ਨਮਸਕਾਰੀ, ਤਿਸ ਗੁਰ ਸਿੱਖ ਕਹਾਂ ਸਦਾ ਨਮਸਕਾਰੀ, ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ। ਚੱਲਿਆ ਤਿਸ ਗੁਰ ਸਿੱਖ ਕਹਾਂ ਸਦਾ ਨਮਸਕਾਰੀ, ਤਿਸ ਗੁਰ ਸਿੱਖ ਕਹਾਂ ਸਦਾ ਨਮਸਕਾਰੀ, ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ, ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ। ਤਨ ਤਨ ਸੋ ਗੁਰ ਸਿੱਖ ਕਹੀਐ, ਤਨ ਤਨ ਸੋ ਗੁਰ ਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆ, ਜੋ ਸਤਿਗੁਰ ਚਰਣੀ ਜਾਏ ਪਿਆ। ਤਨ ਤਨ ਸੋ ਗੁਰ ਸਿੱਖ ਕਹੀਐ,
ਧਨ ਧਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਜਿਨ ਹਰ ਨਾਮਾ ਮੁਖ ਰਾਮ ਕਹਿਆ ਜਿਨ ਹਰ ਨਾਮਾ ਮੁਖ ਰਾਮ ਕਹਿਆ ਤਿਸ ਗੁਰ ਪਉ ਸਦਾ ਨਮਸਕਾਰੀ ਤਿਸ ਗੁਰ ਸਿੱਖ ਕਉ ਸਦਾ ਨਮਸਕਾਰੀ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਧਨ ਧਨ ਸੋ ਗੁਰ ਸਿੱਖ ਕਹੀਐ ਧਨ ਧਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਅਨੰਦ ਹੋਇਆ ਜਿਸ ਹਰ ਨਾਮ ਸੁਣਿਐ ਮਨ ਅਨੰਦ ਧਨ ਧਨ ਸੋ ਗੁਰ ਸਿੱਖ ਕਹੀਐ ਧਨ ਧਨ ਸੋ ਗੁਰ ਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਸਤਿਗੁਰ ਸੇਵਾ ਕਰ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰ ਸਿੱਖ ਕਹੋ ਸਦਾ ਨਮਸਕਾਰੀ ਤਿਸ ਗੁਰ ਸਿੱਖ ਕਹੋ ਸਦਾ ਨਮਸਕਾਰੀ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਕਿਸ ਗੁਰ ਸਿੱਖ ਕਉ ਸਦਾ ਨਮਸਕਾਰੀ ਕਿਸ ਗੁਰ ਸਿੱਖ ਕਉ ਸਦਾ ਨਮਸਕਾਰੀ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਵਾਹਿਗੁਰੂ ਜੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਹੁਤ ਹੀ ਵਡਭਾਗੇ ਹੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ
ਸ਼ਾਮ ਦੇ ਦੀਵਾਨਾਂ ਵਿੱਚ ਪਹੁੰਚ ਕਰਕੇ ਰੱਬੀ ਬਾਣੀ ਅਲਾਹੀ ਬਾਣੀ ਨੂੰ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਇਹ ਜਿਹੜੇ ਦਿਨ ਚੱਲਦੇ ਪਏ ਹਨ, ਸਰਦੀਆਂ ਦੀ ਰੁੱਤ ਸ਼ੁਰੂ ਹੋਈ ਹੈ। ਸਿੱਖ ਧਰਮ ਦੇ ਵਾਸਤੇ ਦੋ ਰੁੱਤਾਂ ਦੀ ਬੜੀ ਅਹਿਮੀਅਤ ਹੈ, ਹਰੇਕ ਰੁੱਤ ਦੀ ਅਹਿਮੀਅਤ ਹੈ। ਪਹਿਲਾਂ ਤਾਂ ਜਦੋਂ ਬਸੰਤ ਰੁੱਤ ਹੁੰਦੀ ਹੈ, ਉਸ ਰੁੱਤ ਨੂੰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਉਸ ਦੇ ਰਾਗ ਗਾਉਣ ਦੀ ਮਹੱਤਤਾ ਦੱਸੀ ਹੈ। ਬਸੰਤ ਰਾਗ ਗਾਇਆ ਜਾਂਦਾ ਹੈ, ਫਿਰ ਮਲਾਰ ਰਾਗ ਬਰਸਾਤ ਦੀ ਰੁੱਤਾਂ ਦੇ ਵਿੱਚ ਮਲਾਰ ਰਾਗ ਦੀ ਮਹਾਨਤਾ ਦੱਸੀ ਮਹਾਰਾਜ ਜੀ ਨੇ। ਇਹ ਦੋ ਰੁੱਤਾਂ ਹੋ ਗਈਆਂ। ਦੋ ਰੁੱਤਾਂ ਹਨ, ਇੱਕ ਅੱਤ ਦੀ ਗਰਮੀ ਅਤੇ ਅੱਤ ਦਾ ਸਿਆਲ। ਅੱਤ ਦੀ ਗਰਮੀ ਦੇ ਵਿੱਚ ਅਤੇ ਅੱਤ ਦੀ ਠੰਡ ਦੇ ਵਿੱਚ ਪੁਰਾਤਨ ਗੁਰਸਿੱਖਾਂ ਨੇ ਜੋ ਇਤਿਹਾਸ ਰਚਿਆ, ਗੁਰੂ ਸਾਹਿਬਾਂ ਨੇ ਇਤਿਹਾਸ ਰਚਿਆ, ਉਹਦੀ ਮਿਸਾਲ ਕਿਤੇ ਨਹੀਂ ਮਿਲਦੀ। ਪੰਚਮ ਗੁਰਦੇਵ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰੁੱਤ ਦੇ ਅਨੁਸਾਰ ਤਸ਼ੱਦਦ ਕੀਤਾ ਗਿਆ। ਜਿੱਦਾਂ ਦੀ ਰੁੱਤ ਸੀ, ਗਰਮੀ ਦੀ ਰੁੱਤ, ਹਾੜ੍ਹ ਦਾ ਮਹੀਨਾ, ਜੇਠ ਹਾੜ੍ਹ ਦੀ ਰੁੱਤਾਂ ਦੇ ਵਿੱਚ ਜਦੋਂ ਹਵਾ ਵੀ ਗਰਮ ਹੁੰਦੀ ਹੈ, ਧੁੱਪ ਵੀ ਅੱਗ ਵਾਂਗੂ ਬਰਸਦੀ ਹੈ, ਲੂੰ ਦੀ ਹਵਾ ਚੱਲਦੀ ਹੈ, ਜਿਹਦੇ ਨਾਲ ਬਨਸਪਤੀ ਵੀ ਸੜ ਜਾਂਦੀ ਹੈ ਅਤੇ ਇੱਥੋਂ ਤੱਕ ਸਾਡੇ ਟੈਂਕੀਆਂ ਦਾ ਪਾਣੀ ਵੀ ਉਬਲਣਾ ਸ਼ੁਰੂ ਹੋ ਜਾਂਦਾ ਹੈ, ਪਾਣੀ ਵੀ ਗਰਮ ਹੁੰਦਾ ਹੈ, ਸਭ ਕੁਛ ਵਾਤਾਵਰਨ ਗਰਮ ਹੁੰਦਾ ਹੈ। ਅਤੇ ਚੰਦੂ ਨੇ ਲਾਹੌਰ ਦੇ ਵਿੱਚ ਰੁੱਤ ਦੇ ਅਨੁਸਾਰ ਸਜਾਵਾਂ ਦਿੱਤੀਆਂ, ਤੱਤੀ ਤਵੀ 'ਤੇ ਬਿਠਾਇਆ, ਉਬਲਦੇ ਪਾਣੀ ਵਿੱਚ ਬਿਠਾਇਆ, ਉੱਪਰ ਰੇਤਾ ਪਾਈ ਗਰਮ ਗਰਮ, ਲਾਲ ਰੰਗ ਦੀ ਰੇਤਾ, ਮਗਦੀ ਹੋਈ ਰੇਤਾ। ਇਹਨਾਂ ਰੁੱਤਾਂ ਨੇ, ਫਿਰ ਆਪਾਂ ਇਤਿਹਾਸ ਪੜ੍ਹਦੇ ਹਾਂ, ਜਦੋਂ ਕਾਨੂੰ ਵਾਣ ਸ਼ੰਭ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਸਾਡੇ ਵੱਡੇ ਵਡੇਰੇ ਗੁਰਸਿੱਖ ਜੰਗਲਾਂ ਦੇ ਵਿੱਚ ਤੁਹਾਡੇ ਵਾਂਗੂ ਬੈਠੇ ਸਨ, ਬਜ਼ੁਰਗ ਮਾਵਾਂ, ਬਜ਼ੁਰਗ ਸਾਡੇ ਬੱਚੇ ਅਤੇ ਬੀਬੀਆਂ, ਸਾਰੇ ਭੈਣ ਭਰਾ ਆਪਣੇ ਪਰਿਵਾਰਾਂ ਨੂੰ ਲੈ ਕੇ ਲੁਕੇ ਸਨ ਜੰਗਲਾਂ ਵਿੱਚ, ਕਿਉਂ ਘਰਾਂ ਵਿੱਚ ਰਹਿਣ ਦੀ ਆਜ਼ਾਦੀ ਨਹੀਂ ਸੀ। ਅਤੇ ਉਹਨਾਂ ਨੇ ਦੇਖਿਆ ਕਿ ਗਰਮੀ ਬੜੀ ਹੈ ਅਤੇ ਜੰਗਲ ਨੂੰ ਅੱਗ ਲਾ ਦਿੰਦੇ ਹਾਂ, ਸ਼ੰਭ ਨੂੰ ਅੱਗ ਲਾ ਦਿੰਦੇ ਹਾਂ, ਗਰਮੀ ਵਿੱਚ ਤੜਫਣਗੇ ਜਾਂ ਬਾਹਰ ਆ ਜਾਣਗੇ ਜਾਂ ਸੜ ਕੇ ਮਰ ਜਾਣਗੇ। ਅੱਗ ਲਾ ਦਿੱਤੀ ਗਈ, ਕੁਝ ਬਚ ਗਏ, ਕਈਆਂ ਨੇ ਆਪਣਾ ਬਚਾਅ ਕਰ ਲਿਆ। ਜਿਹੜੇ ਬਚ ਗਏ ਉਹਨਾਂ ਦੇ ਉੱਪਰ ਫਿਰ ਉਹਨਾਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ, ਵੱਢ ਟੁੱਕ ਕੀਤੀ, ਅੱਤ ਦੀ ਗਰਮੀ ਸੀ ਉਦੋਂ। ਜਿਹੜੇ ਬਚ ਗਏ ਉਹਨਾਂ ਨੇ ਫਿਰ ਸ਼ਾਮ ਨੂੰ ਅਰਦਾਸ ਕੀਤੀ, ਭਾਈ ਜੱਸਾ ਸਿੰਘ ਆਹਲੂਵਾਲੀਆ ਵਰਗੇ ਨੇ, ਹੇ ਪਰਮਾਤਮਾ, ਹੇ ਅਕਾਲ ਪੁਰਖ, ਤੁਹਾਡੀ ਕਿਰਪਾ ਦੇ ਨਾਲ ਰਹਿਰਾ ਸਾਹਿਬ ਦਾ ਪਾਠ ਕੀਤਾ, ਅੱਜ ਦਾ ਦਿਨ ਤੁਹਾਡੇ ਭਾਣੇ ਵਿੱਚ ਬੀਤਿਆ ਅਤੇ ਰਾਤ ਤੁਹਾਡੇ ਭਾਣੇ ਵਿੱਚ ਬਤੀਤ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਕਿੰਨਾ ਤਸ਼ੱਦਦ ਹੋਇਆ,
ਕਿੰਨੇ ਭੈਣ ਭਰਾ ਬੱਚੇ ਬਜ਼ੁਰਗ ਜ਼ਾਲਮ ਦੇ ਹੱਥੋਂ ਵੱਡੇ ਟੁੱਕੇ ਗਏ, ਖਤਮ ਹੋ ਗਏ। ਪਰ ਭਾਣਾ ਮੰਨਣ ਵਾਲਿਆਂ ਨੇ ਗਰਮੀ ਦੀ ਰੁੱਤ ਦੇ ਵਿੱਚ ਅਕਾਲ ਪੁਰਖ ਦੇ ਚਰਨ ਨਹੀਂ ਛੱਡੇ। ਫਿਰ ਉੱਥੋਂ ਨਿਕਲੇ, ਗੁਰਦਾਸਪੁਰ ਦੇ ਇਲਾਕੇ ਤੋਂ ਨਿਕਲਦਿਆਂ ਨਿਕਲਦੇ, ਕਿਉਂਕਿ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਜਾ ਨਹੀਂ ਸਕਦੇ ਸਨ, ਜੰਗਲਾਂ ਵਿੱਚੋਂ ਜਾਣਾ ਪੈਂਦਾ ਸੀ ਅਤੇ ਜਾਂ ਦਰਿਆਵਾਂ ਦੇ ਕੰਢੇ ਕੰਢੇ। ਸੋਨੇ ਨੂੰ ਅੱਗ ਨਿਖਾਰ ਕੇ ਰੱਖ ਦਿੰਦੀ ਹੈ। ਫਿਰ ਸਿਆਲ ਦੀ ਰੁੱਤ ਆਉਂਦੀ ਹੈ, ਸਿਆਲ ਦੀ ਰੁੱਤ ਦੇ ਵਿੱਚ ਦਸ਼ਮੇਸ਼ ਪਿਤਾ ਕਲਗੀਆਂ ਵਾਲੇ, ਸਰਬੰਸਦਾਰਨੀ ਬਾਜਾਂ ਵਾਲੇ, ਤਾਜਾਂ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਇਕਮਾਲ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਖੇਡ ਰਚੀ ਹੈ, ਮੈਂ ਹੋਂ ਪਰ ਪੁਰਖ ਉਦਾਸਾ ਦੇਖਣ ਆਇਓ ਜਗਤ ਤਮਾਸਾ। ਇਹ ਜਿਹੜਾ ਗੁਪਤ ਤਮਾਸਾ ਸੀ ਨਾ, ਸਾਰੇ ਜਗਤ ਨੂੰ ਪ੍ਰਤੱਖ ਕਰਕੇ ਦਿਖਾਇਆ। ਇਹ ਪੋਹ ਦੇ ਦਿਨਾਂ ਦੇ ਵਿੱਚ ਜਿਉਂ ਹੀ ਪੋਹ ਦੀ ਰੁੱਤ ਸ਼ੁਰੂ ਹੋਈ ਹੈ ਨਾ, ਇਹ ਰੁੱਤ ਦੇ ਵਿੱਚ ਮਹਾਰਾਜ ਜੀ ਨੇ ਜੋ ਇਹ ਆਪਣੇ ਪਰਿਵਾਰ ਨੂੰ ਵਾਰੀ ਵਾਰੀ ਕਰਕੇ ਵੱਖ ਵੱਖ ਪਾਸੇ ਤੋਰਿਆ, ਇਹਦੀ ਮਿਸਾਲ ਕਿਤੇ ਨਹੀਂ ਮਿਲਦੀ। ਕਈ ਦਿਨਾਂ ਤੋਂ ਆਪ ਵੀ ਟੈਲੀਵਿਜ਼ਨ ਦੇ ਥਰੂ, ਇੰਟਰਨੈੱਟ ਦੇ ਥਰੂ ਆਪ ਜੀ ਗੁਰਬਾਣੀ ਸਰਵਣ ਕਰ ਰਹੇ ਹੋ, ਕਥਾ ਸਰਵਣ ਕਰ ਰਹੇ ਹੋ, ਅਤੇ ਮਹਾਰਾਜ ਨੇ ਬੜੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ। ਇਹ ਦਿਨ ਐਸੇ ਹਨ, ਇਸ ਦਿਨ ਦੇ ਇਹਨਾਂ ਦਿਨਾਂ ਵਿੱਚ ਜਿੰਨਾ ਆਪਾਂ ਵੱਧ ਤੋਂ ਵੱਧ ਬਾਣੀ ਪੜ੍ਹਾਂਗੇ, ਵੱਧ ਤੋਂ ਵੱਧ ਸਿਮਰਨ ਕਰਾਂਗੇ, ਓਨਾ ਹੀ ਇਹਦਾ ਫਾਇਦਾ ਹੈ, ਓਨਾ ਹੀ ਦਸ਼ਮੇਸ਼ ਪਿਤਾ ਜੀ ਦੇ ਨਾਲ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਪਿਆਰ ਪਵੇਗਾ। ਅਨੰਦਪੁਰ ਸਾਹਿਬ ਦੇ ਵਿੱਚ ਰੌਣਕਾਂ ਜਿਹੜੀਆਂ ਹਨ, ਇਹਨਾਂ ਰੌਣਕਾਂ ਨੂੰ ਦੇਖ ਦੇਖ ਕੇ ਪਹਾੜੀ ਰਾਜੇ, ਮੁਗਲ ਹਕੂਮਤ ਵਾਲੇ ਬੜਾ ਜਲਦੇ ਬਲਦੇ ਹਨ। ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਜੀ ਨੇ ਗੱਦੀ 'ਤੇ ਬੈਠਦਿਆਂ ਸਾਰ ਐਲਾਨ ਕੀਤਾ ਕਿ ਭਾਈ ਸਾਨੂੰ ਹੋਰ ਸੁਗਾਤਾਂ ਦੇ ਨਾਲ ਨਾਲ ਸ਼ਸਤਰ ਭੇਟ ਕਰਿਆ ਕਰੋ, ਸਾਨੂੰ ਸ਼ਸਤਰ ਬੜੇ ਪਿਆਰੇ ਲੱਗਦੇ ਹਨ, ਸਾਨੂੰ ਘੋੜੇ ਭੇਟ ਕਰਿਆ ਕਰੋ ਅਤੇ ਅਸੀਂ ਜੰਗਜੂ ਯੋਧੇ ਤਿਆਰ ਕਰਨੇ ਹਨ। ਮਹਾਰਾਜ ਜੀ ਜੰਗ ਦੇ ਅਖਾੜੇ ਸਜਾਉਂਦੇ ਹਨ, ਗੱਤਕਾ ਸਿਖਾਉਂਦੇ ਹਨ ਗੁਰਸਿੱਖਾਂ ਨੂੰ। ਇੱਦਾਂ ਕਰਦਿਆਂ ਕਰਦਿਆਂ ਅਨੇਕਾਂ ਗੁਰਸਿੱਖ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਉਣ ਲੱਗ ਪਏ। ਜਿਹੜੇ ਦੂਜੇ ਰਾਜਾਂ ਦੇ ਫੌਜੀ ਸਨ, ਉਹ ਵੀ ਉਹਨਾਂ ਤੋਂ ਦੁਖੀ ਹੋ ਕਰਕੇ ਕਦੇ ਗੁਰੂ ਸਾਹਿਬ ਦੀ ਪਨਾਹ ਲੈ ਲੈਂਦੇ ਅਤੇ ਮਹਾਰਾਜ ਦੀ ਫੌਜ ਭਰਤੀ ਹੋ ਜਾਂਦੇ। ਇੱਦਾਂ ਫੌਜ ਵੱਡੀ ਹੁੰਦੀ ਗਈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦੀਵਾਨ ਨੇ ਇੱਕ ਵਾਰ ਬੇਨਤੀ ਕੀਤੀ, ਮਹਾਰਾਜ ਫੌਜ ਵੱਡੀ ਹੁੰਦੀ ਜਾਂਦੀ ਹੈ, ਸ਼ਸਤਰ ਵੀ ਹੁੰਦੇ ਜਾਂਦੇ ਹਨ, ਇੱਕ ਕਾਰਖਾਨਾ ਬਣਾ ਲਈਏ ਸ਼ਸਤਰ ਬਣਾਉਣ ਵਾਲਾ। ਮਹਾਰਾਜ ਨੇ ਬਣਾ ਲਿਆ। ਸਤਿਗੁਰੂ ਜੀ, ਫੌਜ ਦਾ ਇੱਕ ਬਹੁਤ ਹੀ ਵਡਮੁੱਲਾ ਅੰਗ ਹੁੰਦਾ ਹੈ, ਉਹ ਹੁੰਦਾ ਨਗਾਰਾ। ਨਗਾਰਾ ਹੋਣਾ ਚਾਹੀਦਾ ਆਪਣੀ ਫੌਜ ਦਾ। ਸਤਿਗੁਰ ਕਹਿਣ ਲੱਗੇ ਠੀਕ ਹੈ ਬਣਾਓ, ਪਰ ਬਣਾਉਣਾ ਐਡਾ ਵੱਡਾ ਹੋਵੇ ਕਿ ਜੇ ਉਹਦੇ ਉੱਤੇ ਚੋਟ ਪਵੇ ਪਤਾ ਲੱਗ ਜਾਣਾ ਚਾਹੀਦਾ ਆਲੇ ਦੁਆਲੇ ਕਿ ਨਗਾਰਾ ਵੱਜਦਾ ਪਿਆ। ਮਹਾਰਾਜ ਨੇ ਬੜੀ ਰੀਝ ਦੇ ਨਾਲ ਨਗਾਰਾ ਬਣਵਾਇਆ। ਜਦੋਂ ਉਸ ਨੂੰ ਆਨੰਦਗੜ੍ਹ ਸਾਹਿਬ ਦੇ ਕਿਲ੍ਹੇ ਵਿੱਚ ਉੱਚੀ ਜਗ੍ਹਾ 'ਤੇ ਟਿਕਾਇਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਚੋਟ ਆਪ ਲਗਾਈ, ਜਦੋਂ ਇੱਕੋ ਚੋਟ ਦੇ ਨਾਲ ਨਗਾਰੇ ਦੇ ਵਿੱਚੋਂ ਐਸੀ ਗੂੰਜ ਨਿਕਲੀ, ਅਨੰਦਪੁਰ ਸਾਹਿਬ ਦੇ ਇਲਾਕੇ ਦੂਰ ਦੂਰ ਪਹਾੜਾਂ ਤੱਕ ਇੱਕੋ ਗੂੰਜ ਇੱਕੋ ਦਮ ਘੁੰਮ ਗਈ। ਬੜੀ ਦੇਰ ਤੱਕ ਉਹ ਗੂੰਜ ਗੂੰਜਦੀ ਰਹੀ, ਵੱਡਾ ਸਾਰਾ ਨਗਾਰਾ। ਮਹਾਰਾਜ ਜੀ ਕਹਿਣ ਲੱਗੇ ਇਹ ਸਾਡਾ ਅੱਜ ਤੋਂ ਰਣਜੀਤ ਨਗਾਰਾ ਹੈ।
ਰਣਜੀਤ, ਇਹ ਸਾਨੂੰ ਸਿੰਘਾਂ ਨੂੰ ਜੋਸ਼ ਭਰਨ ਵਾਸਤੇ ਬਹੁਤ ਵੱਡਾ ਸਾਜ਼ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ ਹੈ, ਬਹੁਤ ਵੱਡਾ ਸਾਜ਼। ਮਹਾਰਾਜ ਜੀ, ਇਹ ਤਾਂ ਜੰਗ ਵਿੱਚ ਵੀ ਜਾਈਦਾ ਹੈ, ਅਤੇ ਜੰਗ ਵਿੱਚ ਕਿੱਦਾਂ ਲੈ ਕੇ ਜਾਇਆ ਕਰਾਂਗੇ ਇਸ ਨੂੰ? ਮਹਾਰਾਜ ਕਹਿੰਦੇ ਲੈ ਕੇ ਤਾਂ ਜਾਵਾਂਗੇ, ਪਰ ਉਹ ਤਾਂ ਜੰਗ ਦੇ ਵਾਸਤੇ ਤਿਆਰ ਕਰਦੇ, ਜੰਗ ਕਦੋਂ ਹੋਣੀ ਕਦੋਂ ਨਹੀਂ ਹੋਣੀ, ਪਰ ਇਸ ਨੂੰ ਆਪਾਂ ਹਰ ਰੋਜ਼ ਵਜਾਇਆ ਕਰਨਾ, ਸਵੇਰੇ ਅਤੇ ਸ਼ਾਮ ਵਜਾਉਣਾ ਹੈ, ਨਿਤਾ ਪ੍ਰਤੀ ਬਿਨਾਂ ਕਿਸੇ ਰੋਕ ਤੋਂ ਵਜਾਉਣਾ ਹੈ। ਹੁਣ ਜਦੋਂ ਹਰ ਰੋਜ਼ ਨਗਾਰਾ ਵੱਜਦਾ ਸਵੇਰੇ ਸ਼ਾਮ, ਪਹਾੜੀ ਰਾਜਿਆਂ ਦੀ ਸਰਹੱਦਾਂ ਤੱਕ, ਜਿਹੜੀ ਕੋਲ ਸਰਹੱਦ ਸੀ ਬਿਲਾਸਪੁਰ ਦੀ, ਉੱਥੋਂ ਦਾ ਰਾਜਾ ਭੀਮ ਚੰਦ, ਇਹਦਾ ਦਾਦਾ ਦੀਪ ਚੰਦ, ਅੱਗੋਂ ਉਹਦੇ ਵੱਡੇ ਤਾਰਾ ਚੰਦ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਕਰਾਇਆ ਸੀ। ਦੀਪ ਚੰਦ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜ਼ਮੀਨ ਲੈ ਕਰਕੇ ਮਾਖੋਵਾਲ ਦੀ ਅਨੰਦਪੁਰ ਸਾਹਿਬ ਸਜਾਇਆ। ਉਸ ਨਗਰ ਦਾ ਨਾਮ ਰੱਖਿਆ ਗਿਆ ਚੱਕ ਮਾਤਾ ਨਾਨਕੀ, ਆਪਣੀ ਮਾਂ ਦੇ ਨਾਮ 'ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਗਰ ਵਸਾਇਆ। ਹੁਣ ਦੀਪ ਚੰਦ ਕਹਿੰਦਾ ਕਿ ਇਹਨਾਂ ਨੂੰ ਅਸੀਂ ਜਗ੍ਹਾ ਦਿੱਤੀ, ਆਪਣਾ ਇਲਾਕਾ ਦਿੱਤਾ, ਅਤੇ ਹੁਣ ਇਹ ਸਾਡੇ ਬਰਾਬਰ ਨਗਾਰੇ ਵੀ ਜਾਣਗੇ, ਫੌਜਾਂ ਵੀ ਰੱਖਣਗੇ। ਸਤਿਗੁਰੂ ਜੀ ਦੇ ਦਰਬਾਰ ਵਿੱਚ ਬੜੀਆਂ ਭੇਟਾਵਾਂ ਲੈ ਕੇ ਗੁਰਸਿੱਖਾਂ ਦੇ ਹਨ, ਜਿਵੇਂ ਆਪ ਜੀ ਨੇ ਸੁਣਿਆ ਹੋਵੇਗਾ ਇਤਿਹਾਸ, ਰਾਜਾ ਰਤਨ ਰਾਏ ਮਹਾਰਾਜ ਜੀ ਕੋਲ ਬਡਮੁੱਲੀਆਂ ਭੇਟਾਵਾਂ ਲੈ ਕੇ ਆਇਆ, ਜਿਹਦੇ ਵਿੱਚ ਪ੍ਰਸ਼ਾਦੀ ਹਾਥੀ, ਉਹ ਆਮ ਹਾਥੀ ਨਹੀਂ ਸੀ, ਬੜਾ ਸਿਖਾਇਆ ਹੋਇਆ ਸਿਆਣਾ ਹਾਥੀ ਸੀ। ਉਹਦੀ ਸੁੰਡ ਤੋਂ ਲੈ ਕਰਕੇ ਪੂਛ ਤੱਕ ਇੱਕ ਚਿੱਟੀ ਧਾਰੀ ਜਾਂਦੀ ਸੀ, ਜਿਹੜਾ ਦੇਖ ਕੇ ਬੜਾ ਸੋਹਣਾ ਲੱਗਦਾ ਸੀ, ਬੜਾ ਸਿਆਣਾ ਸੀ। ਮਹਾਰਾਜ ਜੀ ਨੇ ਜਦੋਂ ਤਖ਼ਤ 'ਤੇ ਬਿਰਾਜਮਾਨ ਹੋਣਾ ਅਤੇ ਆਪਣੇ ਸੁੰਡ ਦੇ ਨਾਲ ਮਹਾਰਾਜ ਨੇ ਚੌਰ ਸਾਹਿਬ ਕਰਿਆ ਕਰਦਾ ਸੀ, ਬੜੇ ਕੌਤਕ ਦਿਖਾਉਣ ਵਾਲਾ ਹਾਥੀ ਸੀ। ਪੰਜ ਕਲਾ ਸ਼ਸਤਰ ਅਤੇ ਚੰਦਨ ਦੀ ਚੌਂਕੀ, ਬੜੀ ਕੀਮਤੀ ਚਾਨਣੀ, ਅਨੇਕ ਤਰ੍ਹਾਂ ਦੇ ਘੋੜੇ, ਅਨੇਕ ਤਰ੍ਹਾਂ ਦੇ ਹਥਿਆਰ ਉਸ ਰਾਜਾ ਰਤਨ ਰਾਏ ਨੇ ਭੇਟ ਕੀਤੇ। ਜਦੋਂ ਇੱਕ ਦਿਨ ਭੀਮ ਚੰਦ ਨੇ ਦੇਖਿਆ, ਮਹਾਰਾਜ ਦੇ ਦਰਬਾਰ ਵਿੱਚ ਆਇਆ ਅਤੇ ਕਹਿਣ ਲੱਗਾ, ਇਹ ਚੀਜ਼ਾਂ ਤਾਂ ਸਾਡੇ ਰਾਜਿਆਂ ਕੋਲੋਂ ਹੋਣੀਆਂ ਚਾਹੀਦੀਆਂ, ਇਹ ਫਕੀਰਾਂ ਦੇ ਕੋਲ ਕੀ ਕਰਦੀਆਂ ਹਨ, ਇਹ ਤਾਂ ਗੁਰੂ ਨਾਨਕ ਦੇ ਘਰ ਦੀ ਗੱਦੀ ਹੈ, ਇਹਨਾਂ ਕੋਲ ਲੋੜ ਨਹੀਂ ਇਹਨਾਂ ਨੂੰ, ਇਹ ਸਾਨੂੰ ਚਾਹੀਦੀਆਂ ਹਨ। ਇੱਕ ਦਿਨ ਮੰਗ ਲਏ, ਕਹਿਣ ਲੱਗੇ ਮਹਾਰਾਜ ਸਾਨੂੰ ਇਹ ਚੀਜ਼ਾਂ ਦੇ ਦਿਓ ਥੋੜ੍ਹੇ ਚਿਰ ਵਾਸਤੇ। ਮਹਾਰਾਜ ਕਹਿੰਦੇ ਸੰਗਤ ਦੀ ਚੀਜ਼ ਹੈ, ਗੁਰੂ ਘਰ ਵਾਸਤੇ ਭੇਟ ਹੋਈ ਹੈ, ਕਿਸੇ ਰਾਜਿਆਂ ਵਾਸਤੇ ਨਹੀਂ। ਮਹਾਰਾਜ ਦੇ ਸਕਦੇ ਸਨ, ਮੋਹ ਨਹੀਂ ਚੀਜ਼ਾਂ ਦੇ ਨਾਲ, ਪਰ ਕਿਸੇ ਰਾਜੇ ਦੀ ਇਹਨ ਨਹੀਂ ਮੰਨਣੀ, ਕਿਸੇ ਰਾਜੇ ਦੇ ਨਾਲ ਸਮਝੌਤਾ ਨਹੀਂ ਕੋਈ ਕਰਨਾ, ਕਿਸੇ ਰਾਜੇ ਦੇ ਨਾਲ ਐਸੀ ਮਿੱਤਰਤਾ ਨਹੀਂ ਪਾਣੀ ਕਿ ਤੁਹਾਡਾ ਸਮਾਨ ਅਸੀਂ ਵਰਤ ਲਈਏ, ਸਾਡਾ ਸਮਾਨ ਤੁਸੀਂ ਵਰਤ ਲਓ, ਐਸੀ ਮਿੱਤਰਤਾ ਨਹੀਂ। ਆਪਣੀ ਅਣਖ ਦੇ ਨਾਲ ਰਹਿਣ ਵਾਲੇ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਜੀ, ਉਮਰ ਵੀ ਥੋੜ੍ਹੀ ਹੈ ਜੀ, 15-16 ਸਾਲ ਦੀ ਉਮਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ, ਇਹਨਾਂ ਗੱਲਾਂ ਤੋਂ ਪਹਾੜੀ ਰਾਜਿਆਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜਾਈਆਂ ਸ਼ੁਰੂ ਕਰ ਲਈਆਂ। ਇਤਿਹਾਸ ਬਹੁਤ ਵੱਡਾ, ਆਪਾਂ ਸਾਹਿਬਜ਼ਾਦਿਆਂ ਦੇ ਜੀਵਨ ਤੱਕ ਪਹੁੰਚਣਾ, ਵੱਡੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਨੇ ਹਨ, ਛੋਟੇ ਸਾਹਿਬਜ਼ਾਦਿਆਂ ਦਰਸ਼ਨ ਕਰਨੇ ਹਨ। ਇੱਕ ਦਿਨ ਬਹੁਤ ਵੱਡਾ ਲਾਮ ਲਸ਼ਕਰ ਲਿਆ ਕਰਕੇ ਪਹਾੜੀ ਰਾਜਿਆਂ ਨੇ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਦੇ ਨਾਲ ਸਲਾਹ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਮਈ ਜੂਨ ਦਾ ਮਹੀਨਾ ਸੀ, ਮਈ ਜੂਨ ਦੇ ਮਹੀਨੇ ਆ ਕਰਕੇ ਘੇਰਾ ਪਾ ਲਿਆ ਕਿ ਛੇਤੀ ਜਾ ਕੇ। ਵਜ਼ੀਰ ਖਾਨ ਕਹਿਣ ਲੱਗਾ, ਮੇਰੇ ਕੋਲ ਬੜੀ ਫੌਜ ਹੈ, ਬਹਾਦਰ ਪਠਾਨ ਹਨ, ਇਹਨਾਂ ਦੇ ਕੱਦ ਦੇਖੋ ਕਿੱਡੇ ਕਿੱਡੇ ਹਨ, 7.5 ਫੁੱਟ 8 ਫੁੱਟ ਦੇ ਕੱਦ ਹਨ, ਅਤੇ ਇਹ ਸਾਰੀ ਫੌਜ ਇੱਕ ਇੱਕ ਮੁੱਠੀ ਮਿੱਟੀ ਦੀ ਲਿਆ ਕਰਕੇ ਜਦੋਂ ਕਿਲੇ 'ਤੇ ਸਿੱਟਣਗੇ ਨਾ, ਕਿਲਾ ਉਦੇ ਦੱਬ ਹੋ ਜਾਣਾ।
ਐਸੀਆਂ ਚੰਗਰਾ ਮਾਰਨ ਵਾਲੇ, ਐਸੀਆਂ ਝੂਠੀਆਂ ਲਲਕਾਰਾਂ ਮਾਰਨ ਵਾਲੇ ਰਾਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਲ ਕਰ ਦਿੱਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਅਸੀਂ ਤਾਂ ਦਿਨਾਂ ਵਿੱਚ ਹੀ ਅਨੰਦਪੁਰ ਸਾਹਿਬ ਨੂੰ ਐਨ ਦੱਬ ਲੈਣਾ, ਗੋਬਿੰਦ ਸਿੰਘ ਨੂੰ ਅਸੀਂ ਗ੍ਰਿਫਤਾਰ ਕਰਕੇ ਦਿੱਲੀ ਭੇਜ ਦੇਣਾ, ਇਹਦਾ ਘਰ ਬਾਰ ਲੁੱਟ ਕੇ ਖਤਮ ਕਰ ਦੇਣਾ। ਧੰਨ ਬਲਿਹਾਰੇ ਗੁਰਸਿੱਖਾਂ ਦੇ ਜਿਨ੍ਹਾਂ ਨੇ ਗਰਮੀਆਂ ਸਹਾਰੀਆਂ, ਬਰਸਾਤਾਂ ਸਹਾਰੀਆਂ, ਅੱਤ ਦੇ ਭੁੱਖ ਦੇ ਵਾਲੇ ਦਿਨ ਦੇਖੇ, ਭੁੱਖੇ ਰਹਿ ਕਰਕੇ ਬੜੇ ਮਾੜੇ ਦਿਨ ਆਏ। ਮਹਾਰਾਜ ਨੇ ਜੋਸ਼ ਭਰ ਦੇਣਾ ਬਾਣੀ ਸੁਣਾ ਕੇ, ਮਹਾਰਾਜ ਨੇ ਜੋਸ਼ ਭਰ ਦੇਣਾ ਗੁਰਬਾਣੀ ਦੀਆਂ ਕਥਾਵਾਂ ਸੁਣਾ ਕੇ, ਮਹਾਰਾਜ ਨੇ ਜੋਸ਼ ਭਰ ਦੇਣਾ ਆਪਣੇ ਬਚਨਾਂ ਦੇ ਨਾਲ। ਭੁੱਖ ਨਹੀਂ ਸਤਾਉਂਦੀ, ਦੁੱਖ ਨਹੀਂ ਸਤਾਉਂਦਾ ਉਦੋਂ ਜਦੋਂ ਗੁਰੂ ਦੇ ਬਚਨ, ਗੁਰੂ ਦੀ ਬੋਲ ਕੰਨਾਂ ਵਿੱਚ ਪੈਂਦੇ ਹਨ। ਮਹੀਨਾ ਆ ਜਾਂਦਾ ਹੈ, ਇਹ ਜਿਹੜਾ ਸਿਆਲ ਦਾ ਮਹੀਨਾ ਸ਼ੁਰੂ ਹੋਣਾ ਹੈ, ਇਹ ਮਹੀਨਾ ਜਦੋਂ ਆ ਜਾਂਦਾ ਤਾਂ ਰਾਜਿਆਂ ਨੇ ਬੜਾ ਅੱਕ ਕੇ ਕਹਿ ਦਿੱਤਾ, ਮਹਾਰਾਜ ਚਿੱਠੀਆਂ ਭੇਜਣੀਆਂ ਸ਼ੁਰੂ ਕੀਤੀਆਂ, ਦਲਾਲ ਏਲਚੀ ਭੇਜਣੇ ਸ਼ੁਰੂ ਕੀਤੇ, ਮਹਾਰਾਜ ਅਸੀਂ ਤੁਹਾਡੇ ਨਾਲ ਸਮਝੌਤਾ ਕਰਦੇ ਹਾਂ, ਸਾਡੀਆਂ ਫੌਜਾਂ ਥੱਕ ਗਈਆਂ ਹਨ, ਅਸੀਂ ਵੀ ਅੱਗੇ ਪਏ ਹਾਂ, ਜੇ ਹੁਣ ਵਾਪਸ ਜਾਂਦੇ ਹਾਂ ਤਾਂ ਸਾਡੇ ਘਰਾਂ ਤੋਂ ਲਾਹਣਤਾਂ ਪੈਂਦੀਆਂ ਹਨ, ਦਿੱਲੀ ਤੋਂ ਲਾਹਣਤਾਂ ਪੈਣਗੀਆਂ, ਇੰਨਾ ਮਹੀਨਾ ਫੌਜ ਦਾ ਖਰਚਾ ਕੀਤਾ ਅਤੇ ਕੀਤਾ ਤੁਸੀਂ ਕੁਝ ਨਹੀਂ, ਬਸ ਫੌਜ ਮਰਵਾਈ ਹੈ, ਇੱਕ ਦੋ ਗਜ ਜਗ੍ਹਾ ਨਹੀਂ ਤੁਸੀਂ ਮਲ ਸਕੇ, ਅਨੰਦਪੁਰ ਸਾਹਿਬ ਦਾ ਕਿਲ੍ਹਾ ਨਹੀਂ ਖਾਲੀ ਕਰਾ ਸਕੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸੁਣ ਕੇ, ਵਿਚਾਰ ਕੇ ਦੇਖਦੇ ਆ ਅਤੇ ਹੱਸ ਪੈਂਦੇ ਹਨ, ਕਹਿੰਦੇ ਕੋਈ ਨਹੀਂ, ਸਲਾਹ ਕਰਦੇ ਹਾਂ। ਸਿੰਘ ਜਿਹੜੇ ਦੁਖੀ ਸਨ ਵਿਚਾਰੇ, ਭੁੱਖਣ ਭਾਣੇ, ਗੁਰੂ ਦੇ ਹੁਕਮ ਦੇ ਅਨੁਸਾਰ ਲੜਦਾ ਰਹੇ ਸਨ, ਦਿਨ ਕੱਢ ਰਹੇ ਸਨ, ਕਹਿਣ ਲੱਗੇ ਮਹਾਰਾਜ ਹੁਣ ਤਾਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ, ਹੁਣ ਤਾਂ ਕਸਮਾਂ ਖਾਂਦੇ ਪਏ ਹਨ, ਹੁਣ ਤਾਂ ਇਹ ਸੋਹਾਂ ਖਾਂਦੇ ਪਏ ਹਨ, ਗਊ ਦੀ, ਤਿਲਕ ਜੰਝੂ ਦੀ, ਮੁਸਲਮਾਨ ਕੁਰਾਨ ਸ਼ਰੀਫ ਦੀ, ਅਤੇ ਤੁਸੀਂ ਹੁਣ ਇਹਨਾਂ ਨੂੰ ਮੰਨ ਲੈਣਾ ਚਾਹੀਦਾ, ਆਪਾਂ ਨੂੰ ਚੱਲਣਾ ਚਾਹੀਦਾ ਇੱਥੋਂ। ਮਹਾਰਾਜ ਕਹਿੰਦੇ ਇਹਨਾਂ 'ਤੇ ਭਰੋਸਾ ਕਰਦੇ ਹੋ ਤੁਸੀਂ? ਹਾਂਜੀ ਮਹਾਰਾਜ, ਸਹੁੰ ਖਾਣ ਦਾ ਇਹ ਤੋਂ ਵੱਡਾ ਕੰਮ ਕੋਈ ਨਹੀਂ ਹੈ, ਸਹੁੰ ਖਾਂਦੇ ਆਪਣੇ ਧਰਮ ਦੀ। ਮਹਾਰਾਜ ਕਹਿੰਦੇ ਇਹਨਾਂ 'ਤੇ ਵਿਸ਼ਵਾਸ ਨਾ ਕਰੋ, ਮੈਂ ਸਹੁੰ 'ਤੇ ਵਿਸ਼ਵਾਸ ਨਹੀਂ ਕਰਦਾ, ਹਾਂ ਇਹਨਾਂ ਦੇ ਧਰਮ ਦੀ ਸਤਿਕਾਰ ਕਰਦਾ, ਤੁਹਾਨੂੰ ਇੱਕ ਕੌਤਕ ਦਿਖਾਉਂਦੇ ਹਾਂ। ਮਹਾਰਾਜ ਨੇ ਗੱਡੇ ਮੰਗਵਾਏ ਬਾਹਰੋਂ ਕਿ ਭਾਈ ਸਾਨੂੰ ਗੱਡੇ ਚਾਹੀਦੇ ਹਨ, ਕਈ ਗੱਡੇ ਭੇਜੇ ਕਿ ਅਸੀਂ ਸਮਾਨ ਲੱਦਣਾ। ਉਹਨਾਂ ਨੇ ਕਿਹਾ ਸੀ ਸਮਾਨ ਲੈ ਕੇ ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ। ਮਹਾਰਾਜ ਨੇ ਕੂੜਾ ਕਰਕਟ, ਜੋ ਪਾਟੇ ਪੁਰਾਣੇ ਬਸਤਰ, ਟੁੱਟੀਆਂ ਜੁੱਤੀਆਂ, ਮਰੇ ਹੋਏ ਘੋੜੇ, ਮਹਾਰਾਜ ਨੇ ਸਾਰਾ ਉਹਦੇ ਵਿੱਚ ਰਖਾ ਕਰਕੇ ਉੱਪਰੋਂ ਸੋਹਣੇ ਸੋਹਣੇ ਦੁਸ਼ਾਲੇ ਪਾ ਦਿੱਤੇ, ਤੋਰ ਦਿੱਤਾ, ਖਾਲੀ ਗੱਡੇ ਹਨ। ਜਦੋਂ ਥੋੜ੍ਹੀ ਕੁ ਦੂਰ ਗਏ, ਜਿਹੜੇ ਫੌਜਦਾਰ ਸਨ ਨਾ, ਵੱਡੇ ਅਫਸਰ, ਵੱਡੇ ਜਰਨੈਲ ਬਾਹਰ ਬੈਠੇ ਹੁੰਦੇ ਹਨ, ਬਾਹਰ ਪਤਾ ਕਿੰਨੀ ਦੂਰ, ਕੋਈ 3 ਕੋਹ 'ਤੇ ਬੈਠਾ ਹੈ, ਕੋਈ 5 ਕੋਹ 'ਤੇ ਬੈਠਾ ਹੈ। ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ 10-12 ਕਿਲੋਮੀਟਰ ਹੈ, ਜੇ ਨੱਕ ਦੀ ਸਿਹਤ ਦੇਖੀਏ ਤਾਂ 7-8 ਕਿਲੋਮੀਟਰ ਬਣਦਾ ਹੈ। ਇੰਨੀ ਇੰਨੀ ਦੂਰ ਮੁਗਲ ਜਰਨੈਲ ਬੈਠੇ ਸਨ, ਕੋਈ ਰੋਪੜ ਬੈਠਾ ਸੀ, ਕੋਈ ਉੱਪਰ ਪਹਾੜਾਂ 'ਤੇ ਬੈਠਾ ਸੀ, ਕੋਈ ਨੰਗਲ ਵਾਲੇ ਇਲਾਕੇ 'ਤੇ ਬੈਠਾ ਸੀ, ਦੂਰ ਦੂਰ ਬੈਠੇ ਸਨ। ਜਿਉਂ ਹੀ ਥੋੜ੍ਹੀ ਕੁ ਦੂਰ ਉਹ ਗੱਡੇ ਗਏ ਅਤੇ ਮਹਾਰਾਜ ਦੇ ਕਿਲ੍ਹੇ ਦੇਖੋ ਕਿੱਥੇ ਹਨ, ਲੋਹਗੜ੍ਹ, ਹੌਲਗੜ੍ਹ, ਫਤਿਹਗੜ੍ਹ, ਤਾਰਾਗੜ੍ਹ ਅਤੇ ਆਨੰਦਗੜ੍ਹ, ਇਹ 5 ਕਿਲ੍ਹਿਆਂ ਦੇ ਸਿੰਘਾਂ ਨੇ ਦੱਸਿਆ, ਮਹਾਰਾਜ ਦੇਖੋ ਜੋ ਤੁਸੀਂ ਕਹਿੰਦੇ ਸੱਚ ਹੋ ਗਿਆ। ਉਹਨਾਂ ਨੇ ਗੱਡਿਆਂ 'ਤੇ ਹਮਲਾ ਬੋਲ ਦਿੱਤਾ, ਜਦੋਂ ਹਮਲਾ ਬੋਲਿਆ ਕਿ ਸਮਾਨ ਲੱਟੋ, ਸਮਾਨ ਬੜਾ ਕੀਮਤੀ ਹੋਣਾ ਇਹਨਾਂ ਦੇ ਕੋਲ,
ਤੇ ਵਿੱਚੋਂ ਨਿਕਲਿਆ ਕੂੜਾ ਕਰਕਟ। ਮਰੇ ਹੋਏ ਜਾਨਵਰ ਬੜੇ ਸ਼ਰਮਿੰਦੇ ਹੋਏ, ਕਹਿਣ ਲੱਗੇ ਸਾਡੀ ਸਹੁੰ ਦਾ ਵਿਸ਼ਵਾਸ ਟੁੱਟ ਗਿਆ। ਮਹਾਰਾਜ ਕਹਿਣ ਲੱਗੇ ਤੁਸੀਂ ਦੇਖ ਲਿਆ ਸਿੰਘ ਇਹਨਾਂ ਦਾ ਵਿਸ਼ਵਾਸ ਕਿੰਨਾ ਕੁ ਹੈ, ਇਹ ਦਗਾਬਾਜ਼ ਲੋਕ ਹਨ ਜਿਹੜੇ ਸਹੁੰਆਂ ਖਾਣ ਵਾਲੇ ਹੁੰਦੇ ਹਨ, ਉਹਨਾਂ ਦਾ ਭਰੋਸਾ ਨਹੀਂ ਕਰਨਾ। ਮਹਾਰਾਜ ਦੇ 52 ਬਚਨ ਲਿਖੇ ਹੈ, ਉਹਦੇ ਵਿੱਚ ਲਿਖਿਆ ਜਿਹੜਾ ਬੰਦਾ ਸਹੁੰ ਖਾ ਕੇ ਕਹਿੰਦਾ ਮੈਂ ਸਹੁੰ ਖਾ ਕੇ ਕਹਿੰਦਾ ਮੈਂ ਸੱਚ ਬੋਲਦਾ, ਉਹਦਾ ਕਦੇ ਇਤਬਾਰ ਨਹੀਂ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਸਹੁੰ ਖਾ ਕੇ ਗੱਲ ਕਰਦਾ ਉਹਦੇ ਇਤਬਾਰ ਨਹੀਂ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੁਝ ਹੋਰ ਦਿਨ ਲੰਘ ਗਏ, ਸਮਾਂ ਆਇਆ, ਫਿਰ ਉਹਨਾਂ ਨੇ ਔਰੰਗਜ਼ੇਬ ਦੀ ਭੇਜੀ ਹੋਈ ਕੁਰਾਨ ਸ਼ਰੀਫ ਲੈ ਕੇ ਆਉਂਦੀ, ਜਿਹਦੇ ਉੱਪਰ ਲਿਖਿਆ ਸੀ ਇਹ ਗੋਬਿੰਦ ਸਿੰਘ ਜੀ ਮੈਂ ਤੁਹਾਡੇ ਘਰ ਦਾ ਤੁਹਾਡੇ ਗੁਰੂ ਘਰ ਦਾ ਸਤਿਕਾਰ ਕਰਦਾ, ਮੈਨੂੰ ਚਿੱਠੀਆਂ ਮਿਲੀਆਂ ਹਨ ਪਹਾੜੀ ਰਾਜਿਆਂ ਦੀਆਂ ਮੁਗਲ ਜਰਨੈਲਾਂ ਦੀਆਂ, ਅਤੇ ਮੈਂ ਤੁਹਾਡੇ ਨਾਲ ਸਹਿਮਤੀ ਰੱਖਦਾ, ਤੁਸੀਂ ਇੰਝ ਕਰੋ ਅਨੰਦਪੁਰ ਸਾਹਿਬ ਛੱਡ ਦਿਓ ਅਤੇ ਇਸ ਦੱਖਣ ਵਾਲੇ ਪਾਸੇ ਆ ਜਾਓ। ਔਰੰਗਜ਼ੇਬ ਰਹਿੰਦਾ ਸੀ ਔਰੰਗਾਬਾਦ ਜਾਂ ਗੋਲਕੁੰਡਾ ਹੈਦਰਾਬਾਦ ਵੱਲ, ਉੱਥੇ ਰਹਿੰਦਾ ਹੁੰਦਾ ਸੀ ਜ਼ਿਆਦਾ, ਕਿਉਂਕਿ ਉਹਦੇ ਪਿਤਾ ਨੇ ਸ਼ਾਹਜਹਾਂ ਨੇ ਇਹਨਾਂ ਨੂੰ ਇਲਾਕੇ ਵੰਡੇ ਸਨ। ਚਾਰ ਪੁੱਤਰ ਸਨ ਸ਼ਾਹਜਹਾਂ ਦੇ, ਚਾਰਾਂ ਇਲਾਕਿਆਂ ਵਿੱਚ ਚਾਰੇ ਪਾਸਿਆਂ 'ਤੇ ਇਹਨਾਂ ਨੂੰ ਵੰਡਿਆ ਸੀ। ਔਰੰਗਜ਼ੇਬ ਨੇ ਚਿੱਠੀ ਭੇਜ ਕੇ ਭਾਵ ਕਿ ਕੁਰਾਨ ਸ਼ਰੀਫ 'ਤੇ ਦਸਤਖਤ ਕਰਕੇ ਆਪਣੇ ਅਤੇ ਕੁਰਾਨ ਸ਼ਰੀਫ ਭੇਜੀ, ਅਤੇ ਪਹਾੜੀ ਰਾਜਿਆਂ ਨੇ ਫਿਰ ਉਸੇ ਤਰ੍ਹਾਂ ਥਾਲੀ ਵਿੱਚ ਗਊ ਆਟੇ ਦੇ ਗਊ ਬਣਾ ਕਰਕੇ ਫਿਰ ਸੋਹਾਂ ਖਾਧੀਆਂ ਕਿ ਹੁਣ ਸਾਡਾ ਵਿਸ਼ਵਾਸ ਕਰੋ, ਅੱਗੇ ਸਾਡੇ ਸਿਪਾਹੀਆਂ ਨੇ ਗਲਤੀ ਕੀਤੀ ਹੈ, ਹੁਣ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਸਿੰਘੋ ਥੋੜ੍ਹਾ ਚਿਰ ਹੋਰ ਠਹਿਰ ਜਾਓ, ਸਿਆਲ ਦੀ ਰੁੱਤ ਸ਼ੁਰੂ ਹੋਈ ਹੈ, ਤੁਸੀਂ ਕਿਲੇ ਵਿੱਚ ਬੈਠੇ ਹੋ, ਤੁਹਾਨੂੰ ਓਟ ਆਸਰੇ ਦੀ ਲੋੜ ਹੈ, ਬੱਚਿਆਂ ਨੂੰ ਬਜ਼ੁਰਗਾਂ ਨੂੰ ਓਟ ਆਸਰੇ ਲੋੜ ਹੁੰਦੀ ਹੈ, ਲੁਕਣ ਵਾਸਤੇ ਜਗ੍ਹਾ ਚਾਹੀਦੀ, ਤੁਸੀਂ ਲੁਕੇ ਪਏ ਹੋ ਕਿਲੇ ਵਿੱਚ, ਅਤੇ ਇਹ ਸਿਪਾਹੀ ਸਾਰੇ ਰੜੇ ਮੈਦਾਨ ਬੈਠੇ ਹਨ, ਉੱਪਰੋਂ ਠੰਡ ਪੈਂਦੀ ਹੈ, ਧੁੰਦ ਪਵੇਗੀ, ਕੱਕਰ ਪਵੇਗਾ, ਕੋਹਰਾ ਪਵੇਗਾ, ਬਰਫ਼ ਵਰਗੀ ਰੁੱਤ ਹੋਵੇਗੀ, ਅਤੇ ਇਹਨਾਂ ਨੇ ਤੰਗ ਹੋ ਕੇ ਆਪ ਹੀ ਭੱਜਣਾ, ਇੱਕ ਹਫ਼ਤਾ ਠਹਿਰ ਜਾਓ ਬਸ, ਜਿੱਥੇ ਇੰਨੇ ਮਹੀਨੇ ਕੱਢੇ ਆ ਪਾਣਾ, 7-8 ਮਹੀਨੇ ਰੁੱਕ ਗਏ ਹਾਂ, ਇੱਕ ਹਫ਼ਤਾ ਹੋਰ ਰੁੱਕ ਜਾਓ, ਇਹ ਫੌਜ ਆਪ ਹੀ ਉੱਠਣੀ ਸ਼ੁਰੂ ਹੋ ਜਾਵੇਗੀ, ਬਗਾਵਤ ਸ਼ੁਰੂ ਹੋ ਜਾਵੇਗੀ। ਗੁਰੂ ਦੇ ਬਚਨਾਂ ਵਿੱਚ ਸੱਤ ਹੁੰਦਾ, ਜੇ ਗੁਰੂ ਨੇ ਕਹਿ ਦਿੱਤਾ ਇੱਦਾਂ ਹੋ ਜਾਵੇਗਾ, ਹੋ ਜਾਣਾ ਸੀ, ਪਰ ਕੁਝ ਸਿੰਘ ਕਾਹਲੀ ਕਰਕੇ ਮਹਾਰਾਜ ਨਹੀਂ ਹੁਣ ਨਹੀਂ ਰਹਿ ਹੁੰਦਾ, ਹੁਣ ਤਾਂ ਦੇਖੋ ਬਾਦਸ਼ਾਹ ਔਰੰਗਜ਼ੇਬ ਨੇ ਭੇਜ ਦਿੱਤੀ ਆ ਕੁਰਾਨ ਸ਼ਰੀਫ, ਹੁਣ ਤਾਂ ਅਸੀਂ ਚੱਲੇ ਹਾਂ। ਮਾਤਾ ਜੀ ਦੇ ਨਾਲ ਸਲਾਹ ਕੀਤੀ, ਸਿੰਘ ਕਹਿਣ ਲੱਗੇ ਮਾਤਾ ਜੀ ਅਸੀਂ ਤਾਂ ਚੱਲੇ ਹਾਂ ਸਮਾਨ ਬੰਨ ਕੇ, ਤੁਹਾਡਾ ਪੁੱਤਰ ਨਹੀਂ ਮੰਨਦਾ। ਉਹਨਾਂ ਸਿੰਘਾਂ ਨੇ ਸਮਾਨ ਬੰਨ ਲਿਆ, ਤੁਰਨ ਲੱਗੇ, ਮਹਾਰਾਜ ਕਹਿਣ ਲੱਗੇ ਕਿੱਧਰ, ਕਹਿਣ ਲੱਗੇ ਮਹਾਰਾਜ ਜੀ ਸਾਡੇ ਉੱਤੇ ਰਹਿ ਨਹੀਂ ਹੁੰਦਾ। ਮਹਾਰਾਜ ਕਹਿੰਦੇ ਫਿਰ ਇੱਥੇ ਲਿਖ ਕੇ ਜਾਓ, ਲਿਖ ਕੇ ਜਾਓ ਕਿ ਅਸੀਂ ਆਪਣੀ ਜ਼ਿੰਮੇਵਾਰੀ 'ਤੇ ਜਾ ਰਹੇ ਹਾਂ, ਅਤੇ ਜੋ ਵੀ ਬਾਹਰ ਨੁਕਸਾਨ ਹੁੰਦਾ ਗੁਰੂ ਦੀ ਕੋਈ ਜ਼ਿੰਮੇਵਾਰੀ ਨਹੀਂ, ਤੁਸੀਂ ਮੈਨੂੰ ਨਹੀਂ ਕੁਝ ਕਹਿਣਾ। ਉਹ ਕਹਿਣ ਲੱਗੇ ਮਹਾਰਾਜ ਬੜੇ ਤਿਆਰ ਹੋਏ, ਅਸੀਂ ਲਿਖ ਦੇਵਾਂਗੇ, ਅਸੀਂ ਲਿਖ ਦੇਵਾਂਗੇ, ਸਾਰੇ ਅੱਗੇ ਹੋਏ, ਪਰ ਜਿਨ੍ਹਾਂ ਵਿੱਚ ਸਿਰਫ ਅਤੇ ਸਿਰਫ 40 ਜਣਿਆਂ ਨੇ ਲਿਖਿਆ, ਸਹਿਨ ਕੀਤੇ, ਆਪਣੇ ਅੰਗੂਠੇ ਲਾਏ, ਚੁੱਪ ਚੁਪੀਤੇ ਨਿਕਲ ਗਏ। ਫਿਰ ਮਾਤਾ ਜੀ ਕਹਿਣ ਲੱਗੇ ਪੁੱਤਰ ਬਾਕੀ ਜਿਹੜੇ ਬੱਚੇ ਹਨ ਇਹਨਾਂ ਦਾ ਮਨੋਬਲ ਟੁੱਟ ਗਿਆ, ਹੁਣ ਇਹਨਾਂ ਦਾ ਦੁੱਖ ਨਹੀਂ ਸਹਾਰਾ ਹੁੰਦਾ, ਹੁਣ ਆਪਾਂ ਨੂੰ ਨਿਕਲਣਾ ਚਾਹੀਦਾ। ਮਾਤਾ ਜੀ ਦਾ ਬਚਨ ਮੰਨ ਕੇ ਸਤਿਗੁਰ ਕਹਿਣ ਲੱਗੇ ਮਾਤਾ ਜੀ ਮੈਨੂੰ ਆਪਣੀ ਜਾਨ ਦਾ ਕੋਈ ਖਤਰਾ ਨਹੀਂ, ਮੇਰੇ ਸਿੰਘ ਜੁਝਾਰੂ ਹਨ, ਇਹ ਲੜ ਕੇ ਸ਼ਹੀਦ ਹੋ ਜਾਣਗੇ, ਪਰ ਮੈਨੂੰ ਫਿਕਰ ਹੈ ਛੋਟੇ ਬੱਚਿਆਂ ਦਾ ਅਤੇ ਬਜ਼ੁਰਗਾਂ ਦਾ, ਉਹ ਲੜ ਨਹੀਂ ਸਕਦੇ, ਬੱਚੇ ਜੇ ਉਹਨਾਂ ਨੇ ਕਤਲੇਆਮ ਕਰ ਦਿੱਤਾ ਅਤੇ ਬੱਚਿਆਂ ਦਾ ਭਵਿੱਖ ਖਤਮ,
ਮੈਂ ਤਾਂ ਬੱਚਿਆਂ ਨੂੰ ਲੈ ਕੇ ਬੈਠਾ, ਸਿਰਫ ਆਪਣੇ ਬੱਚੇ ਨਹੀਂ ਗੁਰਸਿੱਖਾਂ ਦੇ ਬੱਚੇ ਪਰਿਵਾਰ ਰਹਿੰਦੇ ਸਨ। ਸਤਿਗੁਰੂ ਜੀ ਨੇ ਚਾਲਾ ਪਾਣਾ ਸ਼ੁਰੂ ਕੀਤਾ ਹੈ ਅਤੇ ਬਾਣੀ ਦਾ ਬਚਨ ਆਪ ਜੀ ਨੇ ਸਰਵਣ ਕੀਤਾ, ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜੋ ਸਤਿਗੁਰ ਚਰਣੀ ਜਾਏ ਪਿਆ। ਉਹ ਗੁਰਸਿੱਖ ਧੰਨ ਸਨ ਜਿਨ੍ਹਾਂ ਨੇ ਗੁਰੂ ਵੱਲ ਮੁੱਖ ਰੱਖਿਆ। ਕਹਿੰਦੇ ਮਹਾਰਾਜ ਅਸੀਂ ਨਹੀਂ ਜਾ ਸਕਦੇ, ਤੁਹਾਡੇ ਤੋਂ ਸੁੱਖ ਪ੍ਰਾਪਤ ਕੀਤੇ, ਸੁੱਖ ਜਨ ਜਦੋਂ ਸਨ ਤੁਹਾਡੇ ਕੋਲ ਰਹੇ, ਹੁਣ ਦੁੱਖ ਆ ਗਿਆ ਤੁਹਾਨੂੰ ਛੱਡ ਜਾਈਏ, ਇੱਦਾਂ ਕਿਵੇਂ ਹੋ ਸਕਦਾ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮਾ ਮੁੱਖ ਰਾਮ ਕਹਿਆ। ਉਹ ਗੁਰਸਿੱਖ ਧੰਨਤਾ ਦੇ ਯੋਗ ਹਨ ਜਿਹੜੇ ਗੁਰੂ ਦੇ ਭਾਣੇ ਵਿੱਚ ਰਹਿ ਕੇ, ਦੁੱਖ ਵਿੱਚ ਰਹਿ ਕੇ, ਭੁੱਖ ਵਿੱਚ ਰਹਿ ਕੇ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਨੀ ਨਹੀਂ ਛੱਡੀ, ਗੁਰੂ ਦਾ ਨਾਮ ਜਪਣਾ ਨਹੀਂ ਛੱਡਿਆ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮ ਸੁਣਿਆ ਮਨ ਆਨੰਦ ਪਿਆ। ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਨਾਮ ਸੁਣ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਮੁੱਖੋਂ ਉਚਰਦੀ ਬਾਣੀ ਸੁਣ ਕੇ ਆਨੰਦ ਮਿਲਦਾ ਸੀ, ਉਹ ਗੁਰਸਿੱਖ ਧੰਨਤਾ ਦੇ ਯੋਗ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਅਤੇ ਨਾਮ ਦੀ ਪ੍ਰਾਪਤੀ ਜਿਨ੍ਹਾਂ ਨੇ ਕੀਤੀ ਹੈ, ਤਿਸ ਗੁਰਸਿੱਖ ਕਹੋ ਸਦਾ ਨਮਸਕਾਰੀ ਜੋ ਗੁਰ ਕੈ ਭਾਣ ਹੈ ਗੁਰਸਿੱਖ ਚੱਲਿਆ। ਉਹ ਗੁਰਸਿੱਖ ਧੰਨਤਾ ਦੇ ਯੋਗ ਹਨ ਜਿਹੜੇ ਗੁਰੂ ਦੇ ਆਸ਼ੇ ਅਨੁਸਾਰ ਰਹੇ, ਗੁਰੂ ਦੇ ਹੁਕਮ ਵਿੱਚ ਰਹੇ, ਗੁਰੂ ਦੇ ਭਾਣੇ ਵਿੱਚ ਰਹੇ। ਆਪਾਂ ਉਹਨਾਂ ਗੁਰਸਿੱਖਾਂ ਨੂੰ ਯਾਦ ਕਰ ਰਹੇ ਹਾਂ। ਅਨੰਦਪੁਰ ਸਾਹਿਬ ਤੋਂ ਨਿਕਲੇ ਹਨ, ਨਿਕਲ ਕਰਕੇ ਮਹਾਰਾਜ ਨੇ ਵਿਉਂਤਬੰਦੀ ਬਣਾਈ ਹੈ, ਇੱਦਾਂ ਨਹੀਂ ਕਿ ਬਸ ਤੁਰ ਪਏ ਸਾਰੇ। ਅਗਲੇ ਪਾਸੇ ਵੱਖ ਵੱਖ ਸਿੰਘਾਂ ਦੀ ਡਿਊਟੀ ਲਾਈ ਤੁਸੀਂ ਅੱਗੋਂ ਰਾਖੀ ਕਰਨੀ ਹੈ, ਪਿਛਲੇ ਪਾਸੇ ਵੱਖ ਵੱਖ ਸਿੰਘਾਂ ਦੀ ਡਿਊਟੀ ਲਾਈ ਤੁਸੀਂ ਪਿੱਛੋਂ ਰਾਖੀ ਕਰਨੀ ਹੈ। ਭਾਈ ਉਦੈ ਸਿੰਘ ਨੂੰ ਸ਼ਾਹੀ ਟਿੱਬੀ ਉੱਥੇ ਖੜ੍ਹਾ ਕੀਤਾ ਕਿ ਤੁਸੀਂ 100 ਸਿੰਘਾਂ ਦੀ ਫੌਜ ਲੈ ਕੇ ਖੜੋ। ਵੱਖ ਵੱਖ ਟਿਕਾਣਿਆਂ 'ਤੇ ਮਹਾਰਾਜ ਜੀ ਨੇ ਫੌਜਾਂ ਖੜ੍ਹੀਆਂ ਕੀਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਉਂਤਬੰਦੀ ਬੂਰ ਦੂਰ ਅੰਦੇਸ਼ੀ ਸੀ, ਬਹੁਤ ਜ਼ਿਆਦਾ ਬੜੀ ਦੂਰ ਤੱਕ ਸੋਚਦੇ ਸਨ ਕਿ ਕਿੱਥੇ ਕੀ ਹੋ ਸਕਦਾ। ਉਹਨਾਂ ਨੂੰ ਪਤਾ ਸੀ ਕਿ ਸ਼ਾਹੀ ਟਿੱਬੀ 'ਤੇ ਜੰਗ ਹੋ ਸਕਦੀ ਹੈ, ਸਰਸਾ ਨਦੀ ਦੇ ਕੰਢੇ ਜਾ ਕੇ ਜੰਗ ਹੋ ਸਕਦੀ ਹੈ, ਰੋਪੜ ਦੇ ਸ਼ਹਿਰ ਕੋਲ ਜਾ ਕਰਕੇ ਜੰਗ ਹੋ ਸਕਦੀ ਹੈ। ਮਹਾਰਾਜ ਨੇ ਆਪਣੇ ਸਿੰਘਾਂ ਦੀ ਪਹਿਲਾਂ ਹੀ ਵਿਉਂਤਬੰਦੀ ਦੇ ਨਾਲ ਸਮਝਾ ਤਾ ਸਭ ਕੁਛ ਕਿ ਤੁਸੀਂ ਕੀ ਕਰਨਾ, ਕਿੱਥੇ ਕਿੱਥੇ ਕਿਸ ਨੇ ਡਿਊਟੀ ਨਿਭਾਉਣੀ ਹੈ। ਇੱਦਾਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਸੀ, ਉੱਥੇ ਆ ਕਰਕੇ ਨਮਸਕਾਰ ਕੀਤੀ, ਦੇਗ ਤਿਆਰ ਕਰਕੇ ਅਰਦਾਸ ਕਰਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਿਤਾ ਜੀ, ਤੁਹਾਡਾ ਵਸਾਇਆ ਹੋਇਆ ਨਗਰ ਛੱਡ ਕੇ ਅਸੀਂ ਜਾ ਰਹੇ ਹਾਂ ਅਤੇ ਆਪਣੇ ਨਗਰ ਦੀ ਸਾਰ ਸੰਭਾਲ ਤੁਸੀਂ ਆਪ ਕਰਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਗੁਰਬਖਸ਼ ਉਦਾਸੀ ਸਾਧੂ ਦੀ ਉੱਥੇ ਸੇਵਾ ਲਾ ਕਰਕੇ ਮਹਾਰਾਜ ਨੇ ਚਾਲਾ ਪਾਇਆ। ਅੱਧੀ ਰਾਤ ਤੋਂ ਬਾਅਦ ਸਰਸਾ ਨਦੀ ਦੇ ਕੰਢੇ 'ਤੇ ਜਦੋਂ ਤੜਕ ਸਵਾਰ ਹੋਇਆ, ਤੜਕੇ ਜਦੋਂ ਇੱਕ ਪੈ ਰਹਿੰਦਾ ਸੀ ਅੰਮ੍ਰਿਤ ਵੇਲਾ ਹੋਣ ਨੂੰ, ਸਵੇਰਾ ਹੋਣ ਨੂੰ, ਤੜਕੇ ਜਦੋਂ ਸਰਸਾ ਨਦੀ ਦੇ ਪਹੁੰਚੇ ਅਤੇ ਨਦੀ ਦਾ ਪਾਣੀ ਚੜ੍ਹਿਆ ਹੋਇਆ ਸੀ, ਉੱਥੇ ਆ ਕਰਕੇ ਮਹਾਰਾਜ ਨੇ ਦੀਵਾਨ ਲਾਇਆ ਅਤੇ ਆਸਾ ਦੀਵਾਰ ਦਾ ਕੀਰਤਨ ਆਪ ਕੀਤਾ। ਐਸੇ ਸਮੇਂ ਵਿੱਚ ਜਿੱਥੇ ਭਾਜੜਾਂ ਪਈਆਂ ਹੁੰਦੀਆਂ, ਪਿੱਛੋਂ ਫੌਜਾਂ ਚੜ੍ਹੀਆਂ ਹਮਲਾ ਕਰਨ ਵਾਸਤੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਿੱਛਾ ਕਰਨ ਵਾਸਤੇ ਫੌਜਾਂ, ਜਿਨ੍ਹਾਂ ਨੇ ਆਪਣੇ ਵਾਅਦੇ ਆਪਣੀਆਂ ਸੂਹਾਂ ਤੋੜ ਕਰਕੇ ਫੜ ਲਓ ਮਾਰ ਲਓ ਦੇ ਨਾਅਰੇ ਲਾਉਂਦੇ ਹੋਏ, ਯਾ ਅਲੀ ਕਰਦੇ ਹੋਏ ਪਿੱਛੋਂ ਭੱਜੇ ਆਉਂਦੇ ਹਨ। ਮਹਾਰਾਜ ਜੀ ਸਰਸਾ ਨਦੀ ਦੇ ਕੰਢੇ 'ਤੇ ਪਹੁੰਚੇ, ਪਿੱਛੇ ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ ਅਤੇ ਹੋਰ ਗੁਰਸਿੱਖ ਜਿਨ੍ਹਾਂ ਨੇ ਸ਼ਾਹੀ ਟਿੱਬੀ 'ਤੇ ਮੁਕਾਬਲਾ ਕੀਤਾ, ਭਾਈ ਉਦੈ ਸਿੰਘ ਨੇ ਉਸ ਅਸਥਾਨ 'ਤੇ ਸ਼ਹਾਦਤ ਪਾਈ। ਆਓ ਨਾਲ ਨਾਲ ਗੁਰਬਾਣੀ ਦਾ ਸ਼ਬਦ ਅਤੇ ਫਿਰ ਆਪਾਂ ਇਤਿਹਾਸ ਜੁੜੀਏ।
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। 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 ਜਿਨ ਸਤਿਗੁਰ ਪਿਆਰਾ ਦੇਖਿਆ, ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ। ਹਰ ਕੇ ਗੁਣ ਹਰ ਪਾਵਦੇ ਸੇ ਗੁਰੂ ਤੇ ਪਾਏ। ਹਰ ਕੇ ਗੁਣ ਹਰ ਪਾਵਦੇ ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਪਾਣਾ ਮੰਨਿਆ ਤਿੰਨ ਭੁੰਮ ਭੁੰਮ ਜਾਏ। ਜਿਨ ਗੁਰ ਕਾ ਪਾਣਾ ਮੰਨਿਆ ਤਿੰਨ ਭੁੰਮ ਭੁੰਮ ਜਾਏ। ਜਿਨ ਸਤਿਗੁਰ ਪਿਆਰਾ ਦੇਖਿਆ, ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹੋਵਾ।
ਤਿੰਨ ਸਤ ਬਲਿਹਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜਨ ਪਰਵਾਨਾ ਜੋ ਹਰ ਨਾਮ ਧਿਆਏ ਤੇ ਜਨ ਪਰਵਾਨਾ ਤਿੰਨ ਵਿਟੋਂ ਨਾਨਕ ਵਾਰੀਆ ਸਦਾ ਸਦਾ ਕੁਰਬਾਨਾ ਤਿੰਨ ਵਿਟੋਂ ਨਾਨਕ ਵਾਰੀਆ ਸਦਾ ਸਦਾ ਗੁਰ ਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ ਅੱਠ ਨੌ ਸੌ ਦੇ ਕਰੀਬ ਸਿੰਘ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ ਹਨ ਗੁਰੂ ਸਾਹਿਬ ਜੀ ਦੇ ਨਾਲ ਸਤਿਗੁਰੂ ਜੀ ਦਾ ਪਰਿਵਾਰ ਵੀ ਨਾਲ ਹੈ ਵੱਡੇ ਸਾਹਿਬਜ਼ਾਦੇ ਆਪੋ ਆਪਣੇ ਘੋੜਿਆਂ 'ਤੇ ਸਵਾਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਨਾਲ ਹਨ ਬਜ਼ੁਰਗ ਮਾਤਾਵਾਂ ਦਾ ਜਿਹੜਾ ਜਥਾ ਹੈ ਅਤੇ ਇੱਕ ਜਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਡਾ ਜਿਹਦੇ ਉੱਤੇ ਮਾਤਾ ਜੀ ਦੇ ਮਹਿਲ ਮਾਫ਼ ਕਰਨਾ ਗੁਰੂ ਸਾਹਿਬ ਜੀ ਦੇ ਧਰਮ ਸੰਪਤਨੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਭਾਈ ਮਨੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਅਤੇ ਦੋ ਦਾਸੀਆਂ ਮਹਾਰਾਜ ਜੀ ਨੇ ਆਪਣੇ ਮਹਿਲਾਂ ਨੂੰ ਦਿੱਤੀਆਂ ਬੀਬੀ ਭਾਗੋ ਅਤੇ ਬੀਬੀ ਬੀਬੋ ਇਹ ਦੋ ਦਾਸੀਆਂ ਸੇਵਾ ਦੇ ਵਾਸਤੇ ਨਾਲ ਦਿੱਤੀਆਂ ਹਨ ਜਦੋਂ ਸਰਸਾ ਨਦੀ ਦੇ ਕੰਢੇ 'ਤੇ ਪਹੁੰਚੇ ਹਨ ਅੰਮ੍ਰਿਤ ਵੇਲਾ ਹੋ ਗਿਆ ਸਤਿਗੁਰੂ ਜੀ ਨੇ ਆਪ ਨਿਤਨਿਮ ਕੀਤਾ ਆਸਾ ਦੀਵਾਰ ਦਾ ਕੀਰਤਨ ਸਰਵਣ ਕੀਤਾ ਅਤੇ ਪਿੱਛੋਂ ਖਬਰ ਆਈ ਕਿ ਮਹਾਰਾਜ ਫੌਜ ਚੜ੍ਹ ਕੇ ਆ ਗਈ ਫੌਜ ਨੇ ਆਪਣੇ ਵਾਅਦੇ ਆਪਣੀਆਂ ਸੋਹਾਂ ਤੋੜ ਕਰਕੇ ਧੋਖਾ ਕੀਤਾ ਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਮਹਾਰਾਜ ਨੂੰ ਸਭ ਪਤਾ ਸੀ ਕੀ ਹੋਣਾ ਇਸੇ ਕਰਕੇ ਮਹਾਰਾਜ ਨੇ ਥਾਂ ਥਾਂ 'ਤੇ ਆਪਣੀ ਫੌਜ ਟਿਕਾਈ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਸਰਸਾ ਦਾ ਪਾਣੀ ਉਤਰ ਗਿਆ ਹੈ ਆਪਾਂ ਅੱਜ ਦੇਖਦੇ ਹਾਂ ਕਿ ਪਰਿਵਾਰ ਵਿਛੋੜਿਆ ਵਾਲਾ ਸਥਾਨ ਆਪਾਂ ਸੁਣਦੇ ਹਾਂ ਕਿ ਮਹਾਰਾਜ ਨੇ ਉੱਤੇ ਦੀਵਾਨ ਲਾਇਆ ਸੀ ਨਹੀਂ ਸਰਸਾ ਨਦੀ ਦੇ ਐਨ ਕੰਢੇ 'ਤੇ ਮਹਾਰਾਜ ਨੇ ਦੀਵਾਨ ਲਾਇਆ ਉਹ ਬਾਅਦ ਵਿੱਚ ਸਥਾਨ ਬਣਿਆ
ਮਹਾਂਪੁਰਸ਼ਾਂ ਨੇ ਬਣਾਇਆ ਸੀ। ਜਦੋਂ ਮਹਾਰਾਜ ਨੇ ਦੇਖਿਆ ਫੌਜ ਨੇੜੇ ਆ ਚੁੱਕੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਘੋੜਾ ਸਭ ਤੋਂ ਪਹਿਲਾਂ ਪਾਣੀ ਵਿੱਚ ਠੇਲਿਆ। ਜਿਹੜੇ ਦਰਿਆ ਹੁੰਦੇ ਹਨ, ਕਈ ਵਾਰ ਦਰਿਆਵਾਂ ਦਾ ਪਾਣੀ ਹੌਲੀ ਚੱਲਦਾ ਹੈ, ਜਿਹੜੀਆਂ ਖੱਡਾਂ ਹੁੰਦੀਆਂ ਹਨ, ਇਹ ਸਰਸਾ ਨਦੀ ਇਹ ਖੱਡ ਹੈ, ਬਰਸਾਤੀ ਨਾਲਾ ਹੈ। ਬਰਸਾਤੀ ਨਾਲਾ ਜਦੋਂ ਚੱਲਦਾ ਹੈ ਨਾ, ਇਹਦੀ ਸਪੀਡ ਬਹੁਤ ਤੇਜ਼ ਹੁੰਦੀ ਹੈ। ਬੜਾ ਗਾਰਾ, ਬੜੀ ਰੇਤਾ ਇਸਨੇ ਪਹਾੜਾਂ ਤੋਂ ਲੈ ਕੇ ਆਉਂਦੀ ਹੁੰਦੀ ਹੈ, ਅਤੇ ਇਹਦਾ ਥੱਲਾ ਜਿਹੜਾ ਹੁੰਦਾ ਨਾ, ਬੜਾ ਕੱਚਾ ਹੁੰਦਾ, ਥੱਲੇ ਪਾਸੇ ਪੈਰ ਨਹੀਂ ਟਿਕਦਾ। ਗਾਰ ਹੁੰਦੀ ਹੈ, ਗਾਰੇ ਦੇ ਉੱਪਰ ਪੈਰ ਨਹੀਂ ਟਿਕਦਾ, ਪਰ ਘੋੜਾ ਲੰਘ ਜਾਂਦਾ। ਮਹਾਰਾਜ ਨੇ ਘੋੜੇ ਨੂੰ ਅੱਗੇ ਠੇਲਿਆ ਹੈ। ਜਦੋਂ ਦੂਜੇ ਪਾਸੇ ਗਏ ਤਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਜ ਸਿੰਘ, ਅਨੇਕਾਂ ਗੁਰਸਿੱਖ ਵੀ ਲੰਘ ਗਏ, ਮਾਤਾ ਸੁੰਦਰ ਕੌਰ ਦਾ ਗੱਡਾ ਵੀ ਲੰਘ ਗਿਆ, ਪਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਉਹ ਦੇਖਦੇ ਰਹੇ ਕਿ ਇਹ ਸਿਆਣੇ ਹਨ, ਬਹਾਦਰ ਹਨ, ਇਹ ਲੰਘ ਜਾਣਗੇ, ਅਸੀਂ ਬਜ਼ੁਰਗ ਹਾਂ, ਮੇਰੇ ਨਾਲ ਬੱਚੇ ਹਨ, ਅਸੀਂ ਤੈਰ ਨਹੀਂ ਸਕਦੇ। ਮਾਤਾ ਜੀ ਇੱਕ ਪਾਸੇ ਹੋ ਤੁਰੇ, ਜਿੱਧਰ ਨੂੰ ਪਾਣੀ ਜਾਂਦਾ ਸੀ ਸੱਜੇ ਹੱਥ ਨੂੰ, ਉੱਧਰ ਨੂੰ ਮਾਤਾ ਜੀ ਨੇ ਆਪਣਾ ਘੋੜਾ ਜਾਂ ਖੱਚਰ ਕਹਿ ਲਓ, ਉੱਧਰ ਨੂੰ ਤੋਰ ਲਿਆ। ਮਾਤਾ ਜੀ ਉੱਧਰ ਨੂੰ ਹੋ ਤੁਰੇ, ਕਈ ਦੇਖਦੇ ਆਪਣੇ ਸਾਹਮਣੇ, ਕਈ ਗੁਰਸਿੱਖ, ਕਈ ਬਜ਼ੁਰਗ ਸਿੰਘ ਸੂਰਮੇ ਸਰਸਾ ਨਦੀ ਦੇ ਕੰਢੇ ਜਦੋਂ ਉਤਰਦੇ ਹਨ, ਪਾਣੀ ਵਿੱਚ ਪੈਂਦਿਆਂ ਸਾਹ ਰੁੜ ਜਾਂਦੇ ਹਨ। ਬੜਾ ਕੀਮਤੀ ਖਜ਼ਾਨਾ ਮਹਾਰਾਜ ਦਾ ਲਿਖਿਆ ਹੋਇਆ ਆਪਣਾ ਵਿਦਿਆ ਸਾਗਰ ਗ੍ਰੰਥ, ਜਿਹਦੀ ਹਜੇ ਜਿਲਦ ਨਹੀਂ ਬੰਨੀ ਸੀ, ਲਿਖਿਆ ਸੀ ਮਹਾਰਾਜ ਨੇ, ਉਹ ਵੀ ਇੱਕ ਪੰਡ ਦੇ ਵਿੱਚ ਬੰਨਿਆ ਅਤੇ ਉਹ ਵੀ ਰੁੜ ਗਿਆ। ਬਹੁਤ ਕੀਮਤੀ ਜਾਨਾਂ ਗਈਆਂ, ਬੜਾ ਨੁਕਸਾਨ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿੱਛੇ ਮੁੜ ਮੁੜ ਕੇ ਦੇਖਦੇ ਹਨ, ਕੌਣ ਆ ਗਿਆ, ਕੌਣ ਰਹਿ ਗਿਆ। ਜਦੋਂ ਫੌਜੀ ਜਰਨੈਲਾਂ ਨੇ ਸਰਸਾ ਨਦੀ ਵਿੱਚ ਉਤਰਨਾ ਸ਼ੁਰੂ ਕੀਤਾ, ਮਹਾਰਾਜ ਜੀ ਨੇ ਉੱਥੋਂ ਤੀਰ ਛੱਡੇ ਹਨ ਅਤੇ ਕਿਸੇ ਨੂੰ ਸਰਸਾ ਨਦੀ ਵਿੱਚ ਵੜਨਾ ਨਹੀਂ ਦਿੱਤਾ। ਇੰਨੀ ਤੇਜ਼ੀ ਦੇ ਨਾਲ ਮਹਾਰਾਜ ਨੇ ਤੀਰ ਚਲਾਏ। ਸਤਿਗੁਰੂ ਜੀ ਨੇ ਕਿਹਾ ਸੀ ਕਿ ਭਾਈ ਇੱਕ ਹਫ਼ਤਾ ਕੱਟ ਲਓ, ਜੇ ਨਹੀਂ ਬਾਹਰ ਨੁਕਸਾਨ ਹੋਵੇਗਾ, ਹੁਣ ਭਾਣਾ ਮੰਨਣਾ ਪਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਦੂਜੇ ਪਾਸੇ ਨਿਕਲ ਕਰਕੇ ਰੋਪੜ ਸ਼ਹਿਰ ਕੋਟਲਾ ਨਿਹੰਗ ਖਾਨ ਦੇ ਕੋਲ ਚਲੇ ਗਏ, ਜਿੱਥੇ ਅੱਜ ਗੁਰਦੁਆਰਾ ਭੱਠਾ ਸਾਹਿਬ ਹੈ, ਉੱਥੇ ਮਹਾਰਾਜ ਨੇ ਰਾਤ ਦਾ ਟਿਕਾਣਾ ਕੀਤਾ ਹੈ। ਪਿੱਛੋਂ ਭਾਈ ਬਚਿੱਤਰ ਸਿੰਘ ਮਲਕਪੁਰ ਦੇ ਵਿੱਚ ਰੋਪੜ ਦੇ ਰੰਗੜਾ ਨੇ, ਜਿਹੜੇ ਗੁਰੂ ਘਰ ਦੇ ਵਿੱਚ ਕਈ ਕਿਸੇ ਵੇਲੇ ਨੌਕਰੀ ਕਰਿਆ ਕਰਦੇ ਸਨ, ਉਹਨਾਂ ਰੰਗੜਾ ਨੇ ਰਸਤਾ ਰੋਕਿਆ ਅਤੇ ਜਿਸ ਜੰਗ ਦੇ ਵਿੱਚ, ਜਿਸ ਝੜਪ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਖਮੀ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨੇ ਉਹਨਾਂ ਨੂੰ ਆਪਣੇ ਘੋੜੇ 'ਤੇ ਬਿਠਾ ਕਰਕੇ ਕੋਟਲਾ ਨਿਹੰਗ ਖਾਨ ਦੀ ਹਵੇਲੀ ਲੈ ਕੇ ਗਏ। ਸਤਿਗੁਰੂ ਜੀ ਨਿਹੰਗ ਖਾਨ ਦੀ ਹਵੇਲੀ ਵਿੱਚ ਬੈਠੇ ਸਨ, ਇਤਨੀ ਦੇਰ ਨੂੰ ਭਾਈ ਬਚਿੱਤਰ ਸਿੰਘ ਵੀ ਆ ਗਏ। ਸਾਹਿਬਜ਼ਾਦਾ ਅਜੀਤ ਸਿੰਘ ਜਿਹੜੇ ਤਕੜੇ ਸਨ, ਨੌਜਵਾਨੀ ਦੇ ਵਿੱਚ ਉਹ ਦਾਖਲ ਹੋਏ ਹਨ, ਜਵਾਨੀ ਉਹਨਾਂ 'ਤੇ ਸ਼ੁਰੂ ਹੋਈ ਹੈ, ਬੜੇ ਤਕੜੇ ਸਰੀਰ ਦੇ, ਬੜੇ ਜੁਝਾਰੂ, ਬਹੁਤ ਬਹਾਦਰ, ਜਿਨ੍ਹਾਂ ਨੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਮੋਢਿਆਂ ਦਾ ਸਹਾਰਾ ਦੇ ਕਰਕੇ ਅੰਦਰ ਲੈ ਕੇ ਆਏ। ਇਹ ਮਹਾਰਾਜ ਨੇ ਪਹਿਲਾਂ ਸਮਝਾਇਆ ਸੀ ਸਾਰਿਆਂ ਨੇ, ਦੋ ਟਿਕਾਣੇ ਸਾਡੇ ਹੋਣਗੇ, ਜੇ ਕੋਈ ਵਿਛੜ ਗਿਆ ਹਨੇਰੇ ਵਿੱਚ, ਜਾਂ ਤਾਂ ਕੋਟਲਾ ਨਿਹੰਗ ਖਾਨ ਕੋ ਜਾਵਾਂਗੇ ਜਾਂ ਚਮਕੌਰ ਮਿਲਾਂਗੇ। ਇਹ ਮਹਾਰਾਜ ਨੇ ਸਾਰਿਆਂ ਨੇ ਪਹਿਲਾਂ ਸਮਝਾਇਆ ਸੀ। ਸਾਰੇ ਉੱਥੇ ਪਹੁੰਚ ਗਏ, ਪਰ ਮਾਤਾ ਗੁਜਰੀ ਜੀ ਇੱਕ ਪਾਸੇ ਹੋ ਗਏ ਅਤੇ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਜੀ ਦੇ ਨਾਲ ਹਨ। ਇਹਨਾਂ ਨੇ ਵੀ ਰੋਪੜ ਵਿੱਚ ਪਹੁੰਚਣਾ ਕੀਤਾ, ਪਰ ਜਵਾਹਰ ਸਿੰਘ ਉਹ ਦਿੱਲੀ ਦਾ ਸੀ, ਉਹ ਕਹਿਣ ਲੱਗਾ ਮੇਰਾ ਇੱਥੇ ਇੱਕ ਰਿਸ਼ਤੇਦਾਰ ਹੈ, ਆਪਾਂ ਉਹਨਾਂ ਦੇ ਘਰ ਚੱਲਦੇ ਹਾਂ।
ਉਹਨਾਂ ਦੇ ਘਰ ਜਾ ਕੇ ਰਾਤ ਕੱਟੀ ਹੈ ਅਤੇ ਸਵੇਰ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਮਰਦਾਨੇ ਭੇਸ ਬਦਲ ਕੇ ਪੱਗਾਂ ਬੰਨ ਕੇ ਮਾਤਾਵਾਂ ਨੇ ਦਿੱਲੀ ਵੱਲ ਨੂੰ ਚਾਲਾ ਪਾਇਆ ਅਤੇ ਦਿੱਲੀ ਜਾ ਕੇ ਰਹੇ। ਦਸ਼ਮੇਸ਼ ਪਿਤਾ ਜੀ ਨੇ ਇੱਥੇ ਰਾਤ ਕੱਟੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਾਤ ਨੂੰ ਭਾਈ ਬਜਿੱਤਰ ਸਿੰਘ ਦੇ ਜ਼ਖਮਾਂ 'ਤੇ ਫੱਟਾਂ 'ਤੇ ਮਲਮ ਪੱਟੀ ਕਰਾਈ ਹੈ। ਨਿਹੰਗ ਖਾਨ ਨੇ ਬੜੀ ਸੇਵਾ ਕੀਤੀ। ਨਿਹੰਗ ਖਾਨ ਦੀ ਹਵੇਲੀ ਵਿੱਚ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਸਨ, ਫਿਰ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਆਏ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਦੂਜੀ ਵਾਰ ਇਸ ਹਵੇਲੀ ਵਿੱਚ ਆਏ ਹਨ। ਸਤਿਗੁਰੂ ਜੀ ਨੇ ਬੜੀ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ, ਪਰ ਉਹਨਾਂ ਨੇ ਬੜੀ ਸੇਵਾ ਨਿਭਾਈ। ਸਵੇਰ ਹੋਈ, ਮਹਾਰਾਜ ਨੂੰ ਪਤਾ ਲੱਗਾ ਕਿ ਫੌਜਾਂ ਰੋਪੜ ਦੇ ਆਲੇ ਦੁਆਲੇ ਘੁੰਮਦੀਆਂ ਪਈਆਂ ਹਨ, ਜ਼ਰੂਰ ਰੋਪੜ ਦੇ ਇਲਾਕੇ ਨੂੰ ਘੇਰ ਲੈਣਗੇ। ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਹੁਣ ਚੱਲਦੇ ਹਾਂ, ਤੁਸੀਂ ਬਚਿੱਤਰ ਸਿੰਘ ਨੂੰ ਸਾਂਭੋ, ਜਦੋਂ ਠੀਕ ਹੋ ਗਿਆ ਸਾਡੇ ਕੋਲ ਛੱਡ ਜਾਣਾ। ਸਤਿਗੁਰੂ ਜੀ ਉੱਥੋਂ ਪਿੰਡਾਂ ਵਿੱਚ ਹੁੰਦਿਆਂ ਹੋਇਆਂ ਬੂਰ ਮਾਜਰਾ, ਬਾਹਮਣ ਮਾਜਰਾ, ਤਾਰਾ ਤਾਲਾਪੁਰ ਪਿੰਡ ਹੈ, ਉਹਨਾਂ ਪਿੰਡਾਂ ਵਿੱਚ ਹੁੰਦਿਆਂ ਹੋਇਆਂ, ਦੁਗਰੀ ਪਿੰਡਾਂ ਵਿੱਚ ਹੁੰਦਿਆਂ ਹੋਇਆਂ, ਮਹਾਰਾਜ ਸ਼ਾਮ ਨੂੰ ਸੱਤ ਪੋਹ ਦੀ ਸ਼ਾਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਪਹੁੰਚਦੇ ਹਨ। ਨਾਲ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਕੁਝ ਕੁ ਸਿੰਘ ਰਹਿ ਗਏ ਜਿਹੜੇ ਸੈਂਕੜਿਆਂ ਵਿੱਚ ਸਨ। 800-900 ਦੀ ਗਿਣਤੀ ਸੀ, 700 ਦੇ ਕਰੀਬ ਸਿੰਘ ਸਰਸਾ ਨਦੀ ਦੇ ਕੰਢੇ 'ਤੇ ਸ਼ਹੀਦ ਹੋ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿੱਡਾ ਵੱਡਾ ਨੁਕਸਾਨ ਹੈ, ਪਰ ਡੋਲਿਆ ਕੋਈ ਨਹੀਂ, ਬਹਾਦਰੀ ਅਜੇ ਵੀ ਕਾਇਮ ਹੈ, ਅਡੋਲਤਾ ਅਜੇ ਵੀ ਕਾਇਮ ਹੈ। ਪਰ ਜਿਹੜੇ ਵਿਛੜ ਗਏ, ਜਿਹੜੇ ਰੁੜ ਗਏ ਵਿਚਾਰੇ, ਉਹਨਾਂ ਦਾ ਦ੍ਰਿਸ਼ ਸਾਹਮਣੇ ਜਦੋਂ ਆ ਜਾਂਦਾ ਤਾਂ ਮਨ ਭਰ ਜਾਂਦਾ ਹੈ। ਉਹਨਾਂ ਨੂੰ ਦੇਖ ਕਰਕੇ ਮਨ ਅੰਦਰੋਂ ਅੰਦਰ ਹੀ ਰੋਂਦਾ, ਪਰ ਬਹਾਦਰਤਾ ਅਤੇ ਅਡੋਲਤਾ ਬਰਕਰਾਰ ਹੈ। ਸਤਿਗੁਰ ਸੱਚੇ ਪਾਤਸ਼ਾਹ ਬਾਰ ਬਾਰ ਬਾਗ ਵਿੱਚ ਬੈਠੇ ਹਨ। ਮਹਾਰਾਜ ਜੀ ਨੇ ਸੁਨੇਹਾ ਭੇਜਿਆ ਕਿ ਇੱਥੋਂ ਦਾ ਰਾਓ ਹੈ ਬੁੱਧੀ ਚੰਦ ਰਾਵਤ, ਉਸ ਨੂੰ ਜਾ ਕੇ ਸੁਨੇਹਾ ਭੇਜੋ, ਸਾਡਾ ਗੁਰਸਿੱਖ ਹੈ, ਉਸ ਨੂੰ ਬੁਲਾ ਕੇ ਲਿਆਓ। ਉਹ ਆਇਆ, ਮਹਾਰਾਜ ਕਹਿਣ ਲੱਗੇ, ਭਾਈ ਤੇਰੀ ਇੱਕ ਹਵੇਲੀ ਹੈ, ਜਿਹੜੀ ਹਵੇਲੀ ਤੂੰ ਕਿਸੇ ਟਾਈਮ ਸਾਨੂੰ ਦਿਖਾਈ ਸੀ, ਅਸੀਂ ਉਸ ਹਵੇਲੀ ਦੀ ਚਾਬੀ ਚਾਹੀਦੀ ਸਾਨੂੰ, ਉਹ ਤਾਲਾ ਖੋਲ। ਉਸਨੇ ਖੋਲ ਦਿੱਤਾ। ਬਹੁਤ ਵੱਡੀ ਇਹਦੇ ਵਿੱਚ ਵਾਰਤਾਵਾਂ ਹੁੰਦੀਆਂ, ਗੱਲਾਂ ਬਾਤਾਂ ਹੁੰਦੀਆਂ ਹਨ, ਮੈਂ ਸ਼ਾਰਟ ਵੀ ਚੱਲ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੇ ਹੱਥੀਂ ਤਾਲਾ ਖੋਲ੍ਹਿਆ, ਅੰਦਰ ਜਾ ਕਰਕੇ ਜਿਹਦੀਆਂ ਕੰਧਾਂ ਵੀ ਕੱਚੀਆਂ ਸਨ, ਸਾਡੇ ਬਜ਼ੁਰਗਾਂ ਨੂੰ ਪਤਾ ਹੋਵੇਗਾ, ਅੱਜ ਤੋਂ 40-50 ਸਾਲ ਪਹਿਲਾਂ ਜਿਹੜੀਆਂ ਵੱਡੀਆਂ ਵੱਡੀਆਂ ਇੱਟਾਂ ਹੁੰਦੀਆਂ ਸਨ, ਉਹ ਮਿੱਟੀ ਦੀਆਂ ਬਣੀਆਂ ਹੁੰਦੀਆਂ ਸੀ, ਜਿਵੇਂ ਪਾਥੀਆਂ ਹੁੰਦੀਆਂ ਮਿੱਟੀ ਦੀਆਂ, ਚੌਰਸ 3 ਇੰਚੀ ਮੋਟੀ ਹੁੰਦੀ ਸੀ ਉਹ, ਅਤੇ ਉਹ 8-10 ਇੰਚ ਚੌੜੀ ਹੁੰਦੀ ਸੀ ਅਤੇ 1-1.5 ਫੁੱਟ ਲੰਬੀ ਹੁੰਦੀ ਸੀ। ਇੱਦਾਂ ਇੱਟਾਂ ਹੁੰਦੀਆਂ ਸਨ, ਇੱਦਾਂ ਦੀ ਇੱਟਾਂ ਦੇ ਨਾਲ ਉਹ ਕੰਧਾਂ ਚਣੀਆਂ ਹਨ, ਅਤੇ ਮਹਾਰਾਜ ਜੀ ਨੇ ਆਪਣਾ ਖੰਜਰ ਕੱਢਿਆ। ਖੰਜਰ ਦੇ ਨਾਲ ਮਹਾਰਾਜ ਜੀ ਨੇ, ਜਾਂ ਕਟਾਰ ਦੇ ਨਾਲ ਕਹਿ ਲਓ, ਕਟਾਰ ਦੇ ਨਾਲ ਕੰਧ ਖੁਰਚੀ ਹੈ, ਮਿੱਟੀ ਹੱਥ 'ਚ ਪਈ ਅਤੇ ਮਿੱਟੀ ਨੂੰ ਫੂਕ ਮਾਰ ਕੇ ਉਡਾ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਹੱਸੇ, ਕਹਿਣ ਲੱਗੇ, ਤਾਂ ਬੜੀ ਕੱਚੀ ਹੈ ਸਿੰਘੋ, ਅੱਜ ਤੁਸੀਂ ਇਸ ਕੱਚੀ ਗੜੀ ਨੂੰ ਪੱਕਾ ਕਿਲਾ ਸਮਝਣਾ, ਅਤੇ ਇਸ ਗੜੀ ਦੇ ਵਿੱਚ ਰਹਿ ਕਰਕੇ ਆਪਾਂ ਮੁਗਲਾਂ ਦਾ ਮੁਕਾਬਲਾ ਕਰਾਂਗੇ, ਫੌਜਾਂ ਦਾ ਮੁਕਾਬਲਾ ਕਰਾਂਗੇ, ਵੱਡੇ ਵੱਡੇ ਸਰਦਾਰ ਬਹਾਦਰਾਂ ਦਾ ਮੁਕਾਬਲਾ ਕਰਾਂਗੇ। ਗੜੀ ਕੱਚੀ ਹੈ, ਪਰ ਤੁਹਾਡੇ ਜਿਗਰੇ ਪੱਕੇ ਹੋਣੇ ਚਾਹੀਦੇ ਹਨ। ਸਾਰੇ ਸਿੰਘ ਜਦੋਂ ਇਹ ਗੁਰੂ ਦੇ ਬੋਲ ਸੁਣਦੇ ਹਨ ਤਾਂ ਹਿੰਮਤ ਭਰ ਜਾਂਦੀ ਹੈ। ਜਦੋਂ ਫੌਜ ਦਾ ਜਰਨੈਲ ਕੱਚਾ ਹੋਵੇ, ਢੈਂਦੀ ਕਲਾ ਵਾਲਾ ਹੋਵੇ ਨਾ,
ਫੌਜ ਸਾਰੀ ਢੈਂਦੀ ਕਲਾ ਵਿੱਚ ਨਹੀਂ ਜਾਂਦੀ, ਡਰ ਜਾਂਦੀ ਹੈ। ਫੌਜ ਦਾ ਜਰਨੈਲ ਵੱਡੇ ਵੱਡੇ ਇਰਾਦਿਆਂ ਵਾਲਾ ਹੋਵੇ ਨਾ, ਤਾਂ ਫੌਜ ਹੋਰ ਬਹਾਦਰੀ ਦਾ ਨਾਲ ਭਰ ਜਾਂਦੀ ਹੈ। ਜਦੋਂ ਮਹਾਰਾਜ ਕੁਝ ਬੋਲ ਬੋਲਦੇ ਸਿੰਘ ਉਹਨਾਂ ਦਾ ਖੂਨ ਖੁੱਲ ਲੱਗ ਪੈਂਦਾ। ਰਾਤ ਨੂੰ ਮਹਾਰਾਜ ਜੀ ਨੇ ਇੱਥੇ ਵਿਸ਼ਰਾਮ ਕੀਤਾ। ਪਿਛਲੇ ਪਾਸੇ ਇੱਕੋ ਹੀ ਕਮਰਾ ਸੀ ਜਿਹਦੇ ਵਿੱਚ ਮਹਾਰਾਜ ਜੀ ਦਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਨੇ ਦੋ ਤਿੰਨ ਕੰਬਲ ਜੋੜ ਕੇ ਗਦੇਲਾ ਬਣਾਇਆ, ਪਰ ਮਹਾਰਾਜ ਸੁੱਤੇ ਨਹੀਂ। ਕਹਿਣ ਕਿ ਮੈਂ ਸੌਵਾਂਗਾ ਨਹੀਂ, ਮੇਰੇ ਸਾਰੇ ਬੱਚੇ ਜਿਤਨੇ ਵੀ ਸਿੰਘ ਹਨ ਇਹ ਵਿਚਾਰਿਆਂ ਨੂੰ ਕੋਈ ਬਿਸਤਰਾ ਨਹੀਂ, ਕੋਈ ਉੱਤਰ ਕੰਬਲ ਨਹੀਂ। ਸਿੰਘਾਂ ਨੇ ਆਪਣੇ ਘੋੜੀਆਂ ਦੀਆਂ ਕਾਠੀਆਂ ਲਾਹ ਕਰਕੇ ਸਰਾਣੇ ਰੱਖੀਆਂ ਅਤੇ ਕਾਠੀ ਦੇ ਥੱਲੇ ਇੱਕ ਕੰਬਲ ਵਿਛਾਇਆ ਹੁੰਦਾ, ਉਹਨੂੰ ਜੀਨ ਪੋਸ਼ ਕਹਿੰਦੇ ਹਨ। ਕਈ ਚਮੜੇ ਦੀ ਬਣੀਆਂ ਹੁੰਦੀਆਂ ਹਨ ਜਾਂ ਕੰਬਲ ਦੀ ਬਣੀ ਹੁੰਦੀ ਹੈ, ਉਹਨੂੰ ਜੀਨ ਪੋਸ਼ ਕਹਿੰਦੇ ਹਨ। ਜੀਨ ਪੋਸ਼ ਵਿਛਾ ਕਰਕੇ ਉਹ ਸਾਰੇ ਲੇਟ ਗਏ ਅਤੇ ਕਾਠੀਆਂ ਸਰਾਣੇ ਰੱਖ ਲਈਆਂ, ਪਰ ਪੈਰਾਂ ਤੋਂ ਕੋਈ ਜ਼ਖਮੀ, ਕੋਈ ਹੱਥਾਂ ਤੋਂ ਜ਼ਖਮੀ, ਕਿਸੇ ਦੇ ਕਿਤੇ ਫੱਟ ਲੱਗਿਆ, ਕਿਸੇ ਦੇ ਕਿਤੇ ਫੱਟ ਲੱਗਾ, ਪਰ ਆਰਾਮ ਕਿਵੇਂ ਆਵੇ ਇੰਨੀ ਠੰਡ ਦੇ ਵਿੱਚ, ਭੁੱਖਣ ਭਾਣੇ। ਪਰ ਜਦੋਂ ਟਿਕਾਣਾ ਮਿਲ ਗਿਆ ਨਾ ਲੰਮੇ ਪੈਣ ਵਾਸਤੇ, ਜਦੋਂ ਲੰਮੇ ਪੈਂਦਿਆਂ ਸਾਰਿਆਂ ਨੂੰ ਨੀਂਦ ਆ ਗਈ, ਲੇਟ ਗਏ ਸਾਰੇ, ਬੜੇ ਆਰਾਮ ਦੇ ਨਾਲ ਸਾਰੇ ਲੇਟ ਗਏ। ਪਰ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਜੀ ਅੰਦਰ ਬੈਠੇ ਸਿਮਰਨ ਕਰਦੇ ਪਏ ਹਨ। ਮੈਂ ਬੇਨਤੀ ਕਰਾਂ ਜੀ, ਸਿਰਫ ਇੱਕ ਜਣਾ ਜਾਇਓ, ਬੱਚੇ ਬਾਹਰ ਖੇਡਦੇ ਪਏ, ਇਹ ਸਮਾਗਮ ਬੱਚਿਆਂ ਵਾਸਤੇ ਜ਼ਰੂਰੀ ਹੈ, ਬੱਚਿਆਂ ਨੂੰ ਬਿਠਾਓ ਸੰਗਤ ਵਿੱਚ, ਪਤਾ ਲੱਗੇ ਸਾਡੇ ਸਾਹਿਬਜ਼ਾਦਿਆਂ ਨੇ ਕੀ ਕੌਤਕ ਵਰਤਾਏ ਹਨ। ਸਾਡੇ ਬੱਚਿਆਂ ਨੇ ਚਮਕੌਰ ਦੇ ਵਿੱਚ ਕੀ ਕੀਤਾ ਅਤੇ ਸਰਹੰਦ ਵਿੱਚ ਕੀ ਕੀਤਾ ਸਾਹਿਬਜ਼ਾਦਿਆਂ ਨੇ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਬੱਚੇ ਖੇਡਦੇ ਪਏ ਕਿਉਂਕਿ ਉਹਨਾਂ ਨੂੰ ਇਨਾਮ ਮਿਲ ਗਏ ਹਨ, ਉਹ ਕਹਿੰਦੇ ਅਸੀਂ ਵਿਹਲੇ ਹੋ ਗਏ ਹੁਣ, ਉਹਨਾਂ ਨੂੰ ਕੋਲ ਬਿਠਾਓ ਸੰਗਤ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਦੇਖਦੇ ਹਨ ਮਹਾਰਾਜ ਅੰਦਰ ਬੈਠੇ, ਸਿਰ ਝੁਕਾਇਆ, ਕੰਧ ਦੇ ਨਾਲ ਢੋ ਲਾ ਕੇ ਬੈਠੇ ਹਨ, ਇੱਕ ਬਾਂਹ ਆਪਣੇ ਗੋਡੇ ਦੇ ਉੱਪਰ ਰੱਖੀ, ਇੱਕ ਗੋਡਾ ਥੱਲੇ ਲੱਗਾ ਅਤੇ ਢੋ ਲਾ ਕੇ ਬੈਠੇ, ਵਾਹਿਗੁਰੂ 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 ਧੁਨ ਦੇ ਵਿੱਚ ਜਪਦੇ ਪਏ ਹਨ। ਦੋ ਸਿੰਘਾਂ ਦੀ ਡਿਊਟੀ ਲਾਈ ਹੈ ਗੇਟ ਦੇ ਉੱਪਰ, ਦੋ ਸਿੰਘਾਂ ਨੂੰ ਗੜੀ ਦੇ ਆਲੇ ਦੁਆਲੇ ਘੁੰਮਣ ਵਾਸਤੇ ਲਾਇਆ, ਉੱਪਰ ਮਮਟੀ 'ਤੇ ਚੜਾਇਆ। ਬਾਹਰ ਫੌਜਾਂ ਦਾ ਗੜ ਬਣਨਾ ਸ਼ੁਰੂ ਹੋ ਗਿਆ, ਫੌਜ ਇਕੱਠੀ ਹੋਣੀ ਸ਼ੁਰੂ ਹੋ ਗਈ, ਰਾਤੋ ਰਾਤ ਉਹਨਾਂ ਨੇ ਘੇਰਾ ਪਾ ਲਿਆ। ਜਿਹੜੀ ਫੌਜ ਦਿੱਲੀ ਤੋਂ ਆਈ ਸੀ ਉਹ 10 ਲੱਖ ਦੇ ਕਰੀਬ ਫੌਜ ਆਈ ਦਿੱਲੀ ਤੋਂ ਚੜ੍ਹ ਕੇ, ਔਰੰਗਜ਼ੇਬ ਨੇ ਭੇਜੀ, ਅਤੇ ਪਹਾੜੀ ਰਾਜਿਆਂ ਦੀ ਫੌਜ, ਵੱਖ ਵੱਖ ਸੂਬਿਆਂ ਦੀ ਫੌਜ ਸਾਰਿਆਂ ਨੂੰ ਮਿਲਾ ਕਰਕੇ 19 ਲੱਖ ਦੀ ਫੌਜ ਨੇ ਆ ਕਰਕੇ ਚਮਕੌਰ ਸਾਹਿਬ ਦੇ ਉਸ ਛੋਟੇ ਜਿਹੇ ਇਲਾਕੇ ਨੂੰ ਘੇਰਾ ਪਾ ਲਿਆ, ਸਾਰੇ ਘਰਾਂ ਨੂੰ ਖਾਲੀ ਕਰਾ ਕੇ ਭਜਾ ਦਿੱਤਾ ਲੋਕਾਂ ਨੂੰ, ਵਿਚਾਰਿਆਂ ਨੂੰ। ਅੱਧੀ ਰਾਤ ਜਿਹੜਾ ਕੋਈ ਅੱਗੇ ਆਵੇਗਾ ਮਦਦ ਵਾਸਤੇ ਉਹਨੂੰ ਵੱਢਿਆ ਜਾਵੇਗਾ, ਖਤਮ ਕਰ ਦਿੱਤਾ ਜਾਵੇਗਾ। ਘੇਰਾ ਪਾਲਿਆ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੁੰਮ ਕੇ ਆਪਣੇ ਸਿੰਘਾਂ ਦੇ ਦਰਸ਼ਨ ਕੀਤੇ, ਆਪਣੇ ਸਾਹਿਬਜ਼ਾਦਿਆਂ ਨੂੰ ਦੇਖਿਆ, ਉਹਨਾਂ ਨੂੰ ਪਿਆਰ ਕੀਤਾ, ਮੱਥੇ ਚੁੰਮੇ, ਆਪਣੇ ਸਿੰਘਾਂ ਦੇ ਚਰਨ ਸਪਰਸ਼ ਕੀਤੇ ਕਿ ਧੰਤਾ ਦੇ ਯੋਗ ਹੋ, ਤੁਹਾਨੂੰ ਸਿੱਖੀ ਮਿਲੀ ਹੈ ਗੁਰੂ ਨਾਨਕ ਦੀ, ਅਤੇ ਹੁਣ ਤੁਸੀਂ ਅਖੀਰਲੇ ਸਮੇਂ ਤੱਕ ਸਿੱਖੀ ਦੇ ਨਾਲ ਜੁੜੇ ਹੋਏ ਹੋ। ਦੇਖੋ ਜਿਹੜਾ ਗੁਰਸਿੱਖ ਸਿੱਖੀ ਦੇ ਨਾਲ ਜੁੜਿਆ ਰਹਿੰਦਾ ਹੈ ਨਾ, ਅਤੇ ਗੁਰੂ ਸਾਹਿਬ ਵੀ ਉਹਦੇ ਚਰਨ ਪਰਸਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦਾ ਕੀ ਸਬੂਤ ਹੈ, ਕੀ ਸਬੂਤ ਹੈ ਇਹਦਾ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ, ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਜਿਹੜਾ ਸਿੱਖੀ ਨੂੰ ਕਮਾਉਂਦਾ ਹੈ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਤਾਂ ਉਹਦੀ ਚਰਨ ਧੂੜ ਮੰਗਦਾ। ਇਹਨਾਂ ਸਿੱਖਾਂ ਨੇ
ਇਹਨਾਂ ਸਿੰਘਾਂ ਨੇ ਯੋਧਿਆਂ ਨੇ ਮਰਜੀਵੜਿਆਂ ਨੇ ਭੁੱਖ ਸਹਾਰੀ ਹੈ, ਦੁੱਖ ਸਹਾਰੀ ਹੈ, ਗਰਮੀ ਸਹਾਰੀ ਹੈ, ਬਰਸਾਤਾਂ ਸਹਾਰੀਆਂ, ਅੱਜ ਠੰਡ ਸਹਾਰੇ ਹਨ, ਪਰ ਗੁਰੂ ਦਾ ਪਾਸਾ ਨਹੀਂ ਛੱਡਿਆ। ਇਹ ਕਹਿੰਦੇ ਹਨ, ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ, ਤੁਦਨੋ ਛੋਟ ਜਾਈਏ ਪ੍ਰਭ ਕੈਂ ਧਰ, ਕਿੱਥੇ ਜਾਈਏ ਮਹਾਰਾਜ ਤੁਹਾਨੂੰ ਛੱਡ ਕੇ। ਆਣ ਨਾ ਬੀਆ ਤੇਰੀ ਸਮਸਰ, ਤੁਹਾਡੇ ਬਰਾਬਰ ਕੋਈ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਅੰਮ੍ਰਿਤ ਵੇਲਾ ਹੋ ਗਿਆ, ਸਾਰੇ ਸਿੰਘਾਂ ਨੂੰ ਉਠਾਇਆ, ਭਾਈ ਉੱਠੋ ਆਪਾਂ ਨਿਤਨੇਮ ਕਰੀਏ। ਸਿੰਘ ਉੱਠੇ ਹਨ, ਮਹਾਰਾਜ ਨੇ ਬਾਹਰ ਦੇਖਿਆ ਕਿ ਫੌਜ ਖੜੀ ਹੈ, ਸਾਰੇ ਪਾਸੇ ਕੁਝ ਵੀ ਨਹੀਂ ਦਿਖਾਈ ਦਿੰਦਾ ਸਿਵਾਏ ਫੌਜਾਂ ਤੋਂ। ਕਾਲੇ ਕੱਪੜੇ ਪਹਿਨੇ ਮੁਗਲ ਫੌਜ, ਵੱਖ ਵੱਖ ਤਰ੍ਹਾਂ ਦੀਆਂ ਵਰਦੀਆਂ ਪਹਿਨੀਆਂ ਹੋਈਆਂ, ਵੱਖ ਵੱਖ ਇਲਾਕੇ ਦੀ ਫੌਜ ਖੜੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਸਿੰਘੋ ਅੱਜ ਤੁਹਾਡਾ ਉਹ ਮੁਕਾਬਲਾ ਹੋਣਾ ਇਸ ਗੜੀ ਦੇ ਵਿੱਚੋਂ ਜਿਹਨੂੰ ਦੁਨੀਆ ਯਾਦ ਕਰੇਗੀ। ਕਿਸੇ ਦੇ ਅੰਦਰ ਕੋਈ ਡਰ ਪੈ ਹੈ ਤਾਂ ਬਾਹਰ ਨਿਕਲ ਜਾਓ, ਸਮਰਪਿਤ ਕਰ ਦਿਓ ਆਪਣੇ ਆਪ। ਪਰ ਕੋਈ ਸਿੰਘ ਤਿਆਰ ਨਾ ਹੋਇਆ, ਮਹਾਰਾਜ ਜੇ ਤੁਸੀਂ ਨਾਲ ਹੋ ਤਾਂ ਅਸੀਂ ਤੁਹਾਡੇ ਨਾਲ ਹਾਂ। ਬਾਹਰੋਂ ਆਵਾਜ਼ ਆਈ, ਵਜੀਦ ਖਾਂ ਕਹਿਣ ਲੱਗਾ, ਇਹ ਗੋਬਿੰਦ ਸਿੰਘ ਤੇਰੇ ਸਾਰੇ ਸਾਥੀਆਂ ਨੂੰ ਅਸੀਂ ਘੇਰਾ ਪਾ ਲਿਆ, ਕਿਤੇ ਨਹੀਂ ਜਾ ਸਕਦਾ, ਹੁਣ ਸਾਡੇ ਕੋਲ ਆ ਕਰ ਗੋਡੇ ਟੇਕ ਕੇ ਸਮਰਪਣ ਕਰ ਆਪਣੇ ਆਪ ਨੂੰ ਅਤੇ ਗ੍ਰਿਫਤਾਰੀ ਦੇ, ਨਹੀਂ ਤਾਂ ਕੁਝ ਕੁ ਮਿੰਟਾਂ ਬਾਅਦ ਸਾਂਝਾ ਹਮਲਾ ਕਰਕੇ ਤੁਹਾਨੂੰ ਇੱਕਦਮ ਮਾਰ ਦਿੱਤਾ ਜਾਵੇਗਾ, ਖਤਮ ਕਰ ਦਿੱਤਾ ਜਾਵੇਗਾ, ਨਹੀਂ ਬਚੋਗੇ ਕੋਈ ਵੀ। ਸਿੰਘਾਂ ਨੇ ਅਤੇ ਗੁਰੂ ਸਾਹਿਬ ਨੇ ਜਵਾਬ ਪਤਾ ਕੀ ਦਿੱਤਾ? ਮਹਾਰਾਜ ਨੇ ਕਿਹਾ ਕਿ ਭਾਈ ਜਿੰਨੇ ਤੀਰ ਛੱਡੇ ਜਾਂਦੇ ਤੀਰ ਛੱਡੋ, ਘੇਰਾ ਪਾਇਆ ਸੀ ਫੌਜਾਂ ਨੇ, ਮਹਾਰਾਜ ਨੇ ਤੀਰ ਛੱਡ ਦਿੱਤੇ, ਜਵਾਬ ਦਿੱਤਾ ਕਿ ਅਸੀਂ ਤਾਂ ਲੜਾਂਗੇ। ਉਹ ਸਮਝ ਗਏ, ਜਦੋਂ ਸਾਂਝਾ ਹਮਲਾ ਕੀਤਾ ਉਹਨਾਂ ਨੇ, ਗੜੀ ਦਾ ਦਰਵਾਜ਼ਾ ਤੋੜਨ ਵਾਸਤੇ ਭੱਜੇ ਤੇ, ਪਰ ਸਤਿਗੁਰੂ ਜੀ ਨੇ ਸਾਰਿਆਂ ਨੂੰ ਤੀਰਾਂ ਦੀ ਬਾਛੜ ਕਰਕੇ ਸਾਰਿਆਂ ਨੂੰ ਪਿੱਛੇ ਭਜਾ ਦਿੱਤਾ। ਨਾਹਰ ਖਾਨ ਜਰਨੈਲ ਆਇਆ, ਕਹਿੰਦਾ ਪੌੜੀ ਲਾਓ ਗੜੀ ਨੂੰ, ਹਵੇਲੀ ਨੂੰ ਪੌੜੀ ਲਾਓ ਅਤੇ ਮੈਂ ਚੜ੍ਹ ਕੇ ਹੁਣੇ ਅੰਦਰੋਂ ਜਾ ਕੇ ਦਰਵਾਜ਼ਾ ਖੋਲ੍ਹ ਦਿੰਦਾ। ਬੜੀ ਬਹਾਦਰੀ ਦਾ ਕੰਮ ਸੀ ਉਹਦਾ। ਨਾਹਰ ਖਾਨ ਪੌੜੀ ਚੜ੍ਹਦਾ ਪਿਆ, ਅੱਧ ਕੁ ਵਿਚਕਾਰ ਗਿਆ ਅਤੇ ਮਹਾਰਾਜ ਨੇ ਐਸਾ ਤੀਰ ਮਾਰਿਆ, ਉਹਦੀ ਗਰਦਨ ਵਿੱਚ ਤੀਰ ਪਰੋ ਦਿੱਤਾ ਅਤੇ ਧਰਮ ਕਰਦਾ ਥੱਲੇ ਡਿੱਗਿਆ ਅਤੇ ਮਰ ਗਿਆ। ਇਹ ਸ਼ੇਰ ਮੁਹੰਮਦ ਖਾਨ ਜਿਹੜਾ ਮਲੇਰਕੋਟਲੇ ਵਾਲਾ ਨਵਾਬ ਹੈ ਨਾ, ਉਹਦਾ ਭਰਾ ਹੈ ਨਾਹਰ ਖਾਨ। ਉਸ ਤੋਂ ਬਾਅਦ ਗਣੀ ਖਾਨ ਆਇਆ, ਗਣੀ ਖਾਨ ਵੀ ਚੜ੍ਹਨ ਲੱਗਾ ਪੌੜੀ, ਉਸੇ ਪੌੜੀ 'ਤੇ, ਪਰ ਮਹਾਰਾਜ ਜੀ ਨੇ ਦੇਖਿਆ ਇੱਕ ਹੋਰ ਚੜ੍ਹਦਾ ਪਿਆ। ਸਤਿਗੁਰੂ ਜੀ ਨੇ ਆਪਣਾ ਸ਼ਸਤਰ ਸੰਭਾਲਿਆ, ਸ਼ਸਤਰ ਸੀ ਗੁਰਜ, ਅਤੇ ਇਹਨੂੰ ਉੱਪਰ ਚੜ੍ਹ ਲੈਂਦੇ ਫਿਰ ਦੇਖਦੇ ਹਾਂ। ਜਿਉਂ ਹੀ ਉਹ ਕੰਧ ਦੇ ਬਰਾਬਰ ਆਇਆ, ਛੱਤ 'ਤੇ ਉੱਤਰ ਲੱਗਾ, ਮਹਾਰਾਜ ਜੀ ਨੇ ਤਿੱਖਾ ਪਾਸਾ ਉਹਦੇ ਸਿਰ ਵਿੱਚ ਮਾਰਿਆ, ਚੁੰਝ ਵਾਲਾ ਪਾਸਾ ਉਹਦੇ ਸਿਰ ਦੀ ਮਿੱਝ ਕੱਢ ਦਿੱਤੀ, ਧੜੰਮ ਕਰਦਾ ਉਹ ਵੀ ਡਿੱਗ ਪਿਆ। ਕਈ ਐਸੇ ਜਰਨੈਲਾਂ ਨੂੰ ਮਹਾਰਾਜ ਨੇ ਡਰਾ ਕੇ ਰੱਖਿਆ, ਕੋਈ ਅੱਗੇ ਨਹੀਂ ਆਇਆ। ਬੜਾ ਵੱਡਾ ਇਤਿਹਾਸ ਹੈ। ਸਤਿਗੁਰੂ ਜੀ ਨੇ ਕਿਹਾ, ਭਾਈ ਅਸੀਂ ਹੁਣ ਇਹਨਾਂ ਨੂੰ ਥਕਾਉਣਾ ਹੈ, ਇਹਨਾਂ ਨੂੰ ਹਰਾਉਣਾ ਹੈ ਅਤੇ ਇਹਨਾਂ ਨੂੰ ਕਲਪਾਉਣਾ ਹੈ। ਕਿਵੇਂ ਕਲਪਾਉਣਾ ਮਹਾਰਾਜ? ਇੱਕਦਮ ਹਮਲਾ ਕਰਦੇ ਹਾਂ, ਬਾਹਰ ਜਾ ਕੇ ਲੜਦੇ ਹਾਂ? ਨਾ ਸਤਿਗੁਰ ਜੀ। ਸਤਿਗੁਰ ਕਹਿਣ ਲੱਗੇ, ਭਾਈ ਇੱਦਾਂ ਨਹੀਂ, ਪੰਜ ਪੰਜ ਦੇ ਜਥੇ ਬਣਾਏ ਮਹਾਰਾਜ ਜੀ ਨੇ, ਪੰਜ ਪੰਜ ਦੇ ਜਥੇ ਬਣਾ ਕਰਕੇ ਆਪ ਉਹਨਾਂ ਨੂੰ ਜਕਾਰੇ ਬੁਲਾ ਕੇ ਮਹਾਰਾਜ ਭੇਜਦੇ ਹਨ, ਗੜੀ ਦਾ ਦਰਵਾਜ਼ਾ ਖੁੱਲ੍ਹਦਾ ਅਤੇ ਬੰਦ ਹੋ ਜਾਂਦਾ। ਸਿੰਘ ਇੱਦਾਂ ਜਾਂਦੇ ਜੰਗ ਦੇ ਮੈਦਾਨ ਵਿੱਚ, ਕੋਈ ਸੱਜੇ ਵੜ ਜਾਂਦਾ, ਕੋਈ ਖੱਬੇ ਵੜ ਜਾਂਦਾ, ਕੋਈ ਕਿਤੇ ਚਲਾ ਜਾਂਦਾ, ਪਰ ਇੰਨੀ ਫੌਜ ਦੇ ਵਿੱਚ ਕੋਈ ਸਿੰਘ ਲੱਭਦਾ ਨਹੀਂ। ਜਿਵੇਂ ਕੋਈ ਖੇਤ ਵਿੱਚ ਬੈਠਾ ਹੋਇਆ ਕੋਈ ਕਣਕ ਵੱਢਦਾ ਨਾ, ਕੋਈ ਫਸਲ ਵੱਢਦਾ, ਬੰਦਾ ਬੈਠਾ ਦਿਖਾਈ ਨਹੀਂ ਦਿੰਦਾ, ਅਤੇ ਉੱਥੋਂ ਜਿੱਥੋਂ
ਫਸਲ ਵੱਢੀ ਜਾਂਦੀ ਹੈ ਜਾਂ ਪੱਠੇ ਵੱਢ ਹੁੰਦੇ ਆ, ਪਤਾ ਲੱਗਦਾ ਇੱਥੇ ਕੋਈ ਪੱਠੇ ਵੱਢਦਾ ਪਿਆ ਜਾਂ ਫਸਲ ਵੱਢਦਾ ਪਿਆ, ਇੱਦਾਂ ਲੱਗਦਾ ਹੈ। ਜਿਸ ਇਲਾਕੇ ਜਿਸ ਪਾਸੇ ਕੋਈ ਸਿੰਘ ਜਾਂਦਾ ਨਾ ਆਪਣੇ ਘੋੜੇ ਨੂੰ ਲੈ ਕੇ ਦੌੜਾ ਕਰਕੇ ਵੱਢਦਾ ਹੀ ਜਾਂਦਾ ਅਤੇ ਦੂਜੇ ਪਾਸੇ ਵੱਢਦਾ ਨਿਕਲ ਜਾਂਦਾ, ਐਸੇ ਜੋਸ਼ ਨੇ ਨਾਲ ਸਿੰਘ ਲੜੇ। ਕਹਿੰਦੇ ਭੁੱਖਾ ਸ਼ੇਰ ਬੜਾ ਖਤਰਨਾਕ ਹੁੰਦਾ, ਇਹ ਭੁੱਖੇ ਸ਼ੇਰ ਹਨ। ਐਸੇ ਉਹਨਾਂ ਨੇ ਜੌਹਰ ਦਿਖਾਏ ਜੰਗ ਦੇ ਮੈਦਾਨ ਦੇ ਵਿੱਚ, ਜਿਨ੍ਹਾਂ ਨੂੰ ਦੇਖ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਕਹਿਣ ਲੱਗੇ, ਪਿਤਾ ਜੀ ਤੁਸੀਂ ਮੈਨੂੰ ਬੜੇ ਪਾਸੇ ਭੇਜਿਆ ਲੜਨ ਵਾਸਤੇ, ਅੱਜ ਮੈਨੂੰ ਤੁਸੀਂ ਯਾਦ ਹੀ ਨਹੀਂ ਕੀਤਾ, ਤਿੰਨ ਚਾਰ ਜਥੇ ਚਲੇ ਗਏ ਹਨ ਮਹਾਰਾਜ ਅਤੇ ਮੈਨੂੰ ਕਿਉਂ ਨਹੀਂ ਭੇਜਦੇ ਪਏ। ਭਾਈ ਦਇਆ ਸਿੰਘ ਧਰਮ ਸਿੰਘ ਕਹਿਣ ਲੱਗਾ, ਅਜੀਤ ਸਿੰਘ ਨਹੀਂ ਤੂੰ ਨਹੀਂ ਜਾਣਾ, ਤੁਹਾਡੀ ਲੋੜ ਹੈ, ਅਜੇ ਫੌਜ ਬਹੁਤ ਜ਼ਿਆਦਾ ਹੈ, ਆਪਾਂ ਥੋੜ੍ਹੇ ਹਾਂ, ਤੁਸੀਂ ਨਹੀਂ ਜਾਣਾ ਬਾਹਰ। ਸਤਿਗੁਰੂ ਕਹਿਣ ਲੱਗੇ, ਨਹੀਂ ਦਇਆ ਸਿੰਘ ਜੀ ਇੱਦਾਂ ਨਾ ਕਰੋ, ਜੇ ਇਹ ਮੇਰਾ ਸਾਹਿਬਜ਼ਾਦਾ ਅਤੇ ਜਿਹੜੇ ਗਏ ਹਨ ਸ਼ਹੀਦ ਹੋ ਗਏ ਉਹ ਵੀ ਮੇਰੇ ਸਾਹਿਬਜ਼ਾਦੇ ਹਨ, ਸਾਰੇ ਮੇਰੇ ਸਾਹਿਬਜ਼ਾਦੇ ਹਨ, ਮੇਰੇ ਬੱਚੇ ਹਨ। ਮਹਾਰਾਜ ਨੇ ਆਪ ਸ਼ਸਤਰ ਸਜਾਏ, ਸਤਿਗੁਰੂ ਸੱਚੇ ਪਾਤਸ਼ਾਹ ਨੇ ਅਜੀਤ ਸਿੰਘ ਨੂੰ ਨਾਲ ਸਿੰਘ ਦੇ ਕਰਕੇ ਭੇਜਿਆ। ਉਸ ਤੋਂ ਬਾਅਦ ਜਦੋਂ ਗੜੀ ਵਿੱਚੋਂ ਨਿਕਲੇ ਹਨ, ਸਾਹਿਬਜ਼ਾਦਾ ਅਜੀਤ ਸਿੰਘ ਨੇ ਐਸੇ ਜੌਹਰ ਦਿਖਾਏ, ਲਿਖਾਰੀ ਲਿਖਦਾ ਹੈ ਕਿ ਜਿਵੇਂ ਆਸਮਾਨ ਦੇ ਵਿੱਚੋਂ ਬਿਜਲੀ ਡਿੱਗਦੀ ਹੈ ਨਾ, ਧਰਤੀ 'ਤੇ ਡਿੱਗਦਿਆਂ ਸਾਰ ਉਹ ਗਾਇਬ ਹੋ ਜਾਂਦੀ ਹੈ। ਅਜੀਤ ਸਿੰਘ ਦੀ ਤਲਵਾਰ ਇੱਦਾਂ ਘੁੰਮਦੀ ਹੈ, ਜਦੋਂ ਕਿਸੇ ਦੇ ਉੱਪਰ ਡਿੱਗਦੀ ਹੈ ਨਾ, ਉਹ ਖੂਨ ਦੇ ਨਾਲ ਲੱਥਪੱਥ ਹੋ ਕਰਕੇ ਗਾਇਬ ਹੋ ਜਾਂਦੀ ਹੈ, ਛਪਨ ਹੋ ਜਾਂਦੀ ਹੈ, ਜਿਵੇਂ ਬਿਜਲੀ ਛਪਨ ਹੋ ਜਾਂਦੀ ਨਾ ਧਰਤੀ 'ਤੇ ਆ ਕੇ, ਇਸੇ ਤਰ੍ਹਾਂ ਅਜੀਤ ਸਿੰਘ ਦੀ ਤਲਵਾਰ ਇੱਦਾਂ ਘੁੰਮਦੀ ਹੈ। ਉਹਨਾਂ ਨੇ ਬੜੇ ਜੌਹਰ ਦਿਖਾਏ, ਬੜਿਆਂ ਦੇ ਸਿਰ ਲਾਏ, ਪਹਿਲਾਂ ਤੀਰ ਚਲਾਏ, ਫਿਰ ਬਰਸ਼ਾ ਚਲਾਇਆ, ਤਲਵਾਰ ਵੀ ਟੁੱਟ ਗਈ, ਫਿਰ ਜ਼ਾਲਮਾਂ ਨੇ ਸਾਂਝਾ ਵਾਰ ਕਰਕੇ ਨਿਹੱਥੇ ਦੇ ਉੱਪਰ, ਜਿੰਨਾ ਚਿਰ ਹਥਿਆਰ ਸਨ ਉਦੋਂ ਤੱਕ ਕੋਈ ਨੇੜੇ ਨਹੀਂ ਆਇਆ, ਅਤੇ ਜਿਸ ਵੇਲੇ ਹਥਿਆਰ ਟੁੱਟ ਗਏ ਖਤਮ ਹੋ ਗਏ, ਉਹਨਾਂ ਨੇ ਹਮਲਾ ਕਰਕੇ ਕਿੰਨੇ ਤੀਰ ਮਾਰੇ, ਆਪ ਜੀ ਪੜ੍ਹਦੇ ਕਿੰਨੇ ਤੀਰ ਵਜੇ, 393 ਦੇ ਕਰੀਬ ਉਹਨਾਂ ਦੇ ਤੀਰ ਛਾਤੀ 'ਚ ਮਾਰੇ, ਪਿੱਠ 'ਚ ਮਾਰੇ, ਅਤੇ ਅਸੀਂ ਗੁਰੂ ਦੇ ਪੁੱਤਰ ਨੂੰ ਮਾਰ ਦਿੱਤਾ। ਕੋਈ ਕਹਿੰਦਾ ਮੈਂ ਮਾਰਿਆ, ਕੋਈ ਕਹਿੰਦਾ ਮੈਂ ਮਾਰਿਆ, ਜਿਹਨੂੰ ਦੇਖ ਕਰਕੇ ਵਜ਼ੀਰ ਖਾਂ ਬੜਾ ਖੁਸ਼ ਹੋਇਆ, ਗੁਰੂ ਦਾ ਪੁੱਤਰ ਮਰ ਗਿਆ ਅਤੇ ਹੁਣ ਗੁਰੂ ਸ਼ਾਇਦ ਆਪ ਆਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ ਵਾਲੇ ਜਕਾਰੇ ਬੁਲਾਏ, ਉਸ ਜਕਾਰੇ ਨੇ ਸੁਣ ਕਰਕੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਕਹਿਣ ਲੱਗਾ, ਪਿਤਾ ਜੀ ਮੈਨੂੰ ਵੀ ਭੇਜੋ, ਜਦੋਂ ਵੀ ਮੇਰਾ ਭਰਾ ਮੇਰਾ ਵੀਰ ਜਾਂਦਾ ਸੀ ਕਿਤੇ, ਅਸੀਂ ਦੋਨੇ ਇਕੱਠੇ ਰਹੇ ਹਾਂ, ਅਤੇ ਹੁਣ ਉਹ ਚਲਾ ਗਿਆ ਅਗਲੇ ਦੇਸ਼, ਅਤੇ ਮੈਨੂੰ ਵੀ ਨਾਲ ਭੇਜੋ। ਪੰਜ ਪਿਆਰੇ ਸਾਹਿਬਾਨ ਵਾਲੇ ਸਿੰਘ ਭਾਈ ਦਇਆ ਸਿੰਘ ਧਰਮ ਸਿੰਘ ਕਹਿਣ ਲੱਗੇ, ਨਹੀਂ ਮੇਰੇ ਵੀਰ ਤੂੰ ਨਾ ਜਾ, ਛੋਟੇ ਪਤਾ ਨਹੀਂ ਕਿੱਥੇ ਵੱਡਾ ਸ਼ਹੀਦ ਹੋ ਗਿਆ, ਅਤੇ ਹੁਣ ਤੂੰ ਜਾਣ ਦੀ ਜਿੱਦ ਕਰਦਾ, ਸਤਿਗੁਰ ਪਿਤਾ ਜੀ ਤੁਸੀਂ ਇਸ ਨੂੰ ਨਾ ਭੇਜੋ, ਇਹਨੂੰ ਆਪਣੇ ਕੋਲ ਰੱਖ ਲਓ। ਮਹਾਰਾਜ ਕਹਿਣ ਲੱਗੇ, ਇੱਦਾਂ ਨਹੀਂ ਹੋ ਸਕਦਾ, ਇਹ ਵੀ ਜਾਵੇਗਾ ਅਤੇ ਮੈਂ ਵੀ ਜਾਵਾਂਗਾ, ਸਾਰੇ ਜਾਵਾਂਗੇ, ਵਾਰ ਵਾਰ ਸ਼ਹਾਦਤਾਂ ਪ੍ਰਾਪਤ ਕਰਾਂਗੇ, ਜੰਗ ਦੇ ਮੈਦਾਨ ਦਾ ਆਨੰਦ ਲਵਾਂਗੇ। ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਮਹਾਰਾਜ ਨੇ ਆਪ ਸ਼ਸਤਰ ਸਜਾਏ, ਸ੍ਰੀ ਸਾਹਿਬ ਸਜਾਈ, ਕਟਾਰ ਦਿੱਤੀ, ਬਰਸ਼ੀ ਦਿੱਤੀ, ਇੱਕ ਬਰਸ਼ਾ ਹੁੰਦਾ ਇੱਕ ਬਰਸ਼ੀ ਹੁੰਦੀ ਹੈ, ਛੋਟੀ ਬਰਸ਼ੀ ਦਿੱਤੀ, ਅਤੇ ਘੋੜੇ 'ਤੇ ਸਵਾਰ ਕਰਕੇ ਮਹਾਰਾਜ ਨੇ ਜਕਾਰੇ ਬੁਲਾਏ, ਅਤੇ ਜਿਵੇਂ ਕਿਸੇ ਨੂੰ ਬੜੀ ਖੁਸ਼ੀ ਖੁਸ਼ੀ ਤੋਰੀਦਾ ਭੇਜੀਦਾ, ਅਤੇ ਮਹਾਰਾਜ ਨੇ ਪਿੱਛੋਂ ਪ੍ਰਸੰਨਤਾ ਦਿਖਾਈ, ਦਰਵਾਜ਼ਾ ਬੰਦ ਹੋ ਗਿਆ। ਨਾਲ ਸਿੰਘ ਗਏ ਹਨ ਪੰਜ, ਉਹਨਾਂ ਸਿੰਘਾਂ ਨੇ ਵੀ ਜੌਹਰ ਦਿਖਾਏ, ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਜੌਹਰ ਦਿਖਾਏ, ਜ਼ਾਲਮਾਂ ਨੂੰ ਸੋਧ ਕਰਕੇ ਬਰਸ਼ੀ ਵੀ ਟੁੱਟ ਗਈ। ਬਰਸ਼ੀ ਕਿਵੇਂ ਟੁੱਟੀ, ਇੱਕ ਸੰਜੋਹ ਪਹਿਨੀ ਹੋਏ ਫੌਜੀ ਦੇ ਉਹਦੇ ਛਾਤੀ 'ਚ ਬਰਸ਼ੀ ਮਾਰੀ, ਜਦੋਂ ਖਿੱਚਣ ਲੱਗੇ ਉਹਦਾ ਫਲ ਵਿੱਚ ਰਹਿ ਗਿਆ, ਡੰਡਾ ਹੱਥ ਰਹਿ ਗਿਆ।
ਡੰਡੇ ਦੇ ਨਾਲ ਕਿੱਥੋਂ ਜੰਗਾਂ ਲੜੀਆਂ ਜਾਂਦੀਆਂ ਹਨ। ਉਹਨਾਂ ਨੇ ਵੀ ਇਸੇ ਤਰ੍ਹਾਂ ਜਿਵੇਂ ਅਜੀਤ ਸਿੰਘ ਨੂੰ ਸ਼ਹੀਦ ਕੀਤਾ ਸੀ, ਇੱਦਾਂ ਸਾਂਝੇ ਵਾਰ ਕਰਕੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਧਰਤੀ 'ਤੇ ਸਿੱਟ ਲਿਆ। ਗੁਰੂ ਸਾਹਿਬ ਨੇ ਫਿਰ ਜਕਾਰੇ ਬੁਲਾਏ, ਸ਼ਾਮਾਂ ਪੈ ਗਈਆਂ। ਇੱਥੇ ਮੈਂ ਆਪਣਾ ਖਿਆਲ ਕਹਿੰਦਾ ਕਿ ਜਿਵੇਂ ਕਿਸੇ ਘਰ ਵਿੱਚ ਕੋਈ ਲੜਾਈ ਹੁੰਦੀ ਨਾ, ਜਿਵੇਂ ਤੁਸੀਂ ਗੁਰਦੁਆਰੇ ਦੀ ਕੰਧ ਹੈ, ਅੰਦਰ ਕਿਸੇ ਦਾ ਘਰ ਹੋਵੇ, ਦੋ ਬੰਦੇ ਲੜਦੇ ਹੋਣ, ਰੌਲਾ ਪੈਂਦਾ ਹੋਵੇ, ਕੋਈ ਗਲੀ ਵਿੱਚ ਲੰਘਦਾ ਹੋਵੇ, ਕਹਿੰਦਾ ਦੇਖਦੇ ਹਾਂ ਕੀ ਹੁੰਦਾ ਹੈ, ਗਲੀ 'ਚ ਕੰਧ ਦੇ ਉੱਪਰੋਂ ਟੱਪ ਕੇ ਦੇਖਦਾ ਹੈ ਹੁਣ ਕੀ ਹੋਵੇਗਾ, ਕੀ ਕਹਿੰਦਾ ਫਲਾਣਾ, ਹੁਣ ਕੀ ਹੋਵੇਗਾ, ਹੁਣ ਕੀ ਹੋਵੇਗਾ। ਉਹ ਕਹਿੰਦਾ ਹੁਣ ਦੇਖ ਕੇ ਜਾਣਾ ਗੱਲ ਕਿੱਥੇ ਮੁੱਕਦੀ ਹੈ। ਅਤੇ ਇਹ ਸਾਰੀ ਲੜਾਈ ਨੂੰ, ਸਾਰੀ ਜੰਗ ਨੂੰ ਇੱਕ ਦੇਖਦਾ ਪਿਆ, ਉਹ ਹੈ ਸੂਰਜ। ਜਿਉਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋਏ ਨਾ, ਧਰਤੀ 'ਤੇ ਡਿੱਗੇ ਅਤੇ ਸੂਰਜ ਛੁੱਪ ਗਿਆ, ਸੂਰਜ ਓਹਲੇ ਹੋ ਗਿਆ, ਚਲ ਗਿਆ ਆਪਣੇ ਘਰ। ਵਿਦਵਾਨ ਕਹਿੰਦੇ ਸੂਰਜ ਵੀ ਤਮਾਸ਼ਾ ਦੇਖਦਾ ਰਹਿ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੂਰਜ ਨੇ ਵੀ ਸਾਹਿਬਜ਼ਾਦਿਆਂ ਜੌਹਰ ਦੇਖ ਕਰਕੇ ਸ਼ਰਮਾ ਗਿਆ ਕਿ ਮੈਂ ਹੀ ਆਪਣੇ ਆਪ ਨੂੰ ਵੱਡਾ ਸਮਝਦਾ, ਵੱਡੇ ਤਾਂ ਸੂਰਜ ਚਮਕਣ ਵਾਲੇ ਜਿਹੜੀ ਰਹਿੰਦੀ ਦੁਨੀਆ ਤੱਕ ਚਮਕਣਗੇ, ਆ ਤਾਂ ਮੇਰੇ ਸਾਹਮਣੇ ਸ਼ਹੀਦ ਹੋ ਗਏ। ਸੂਰਜ ਵੀ ਸ਼ਰਮਿੰਦਾ ਹੋ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਥੱਲੇ ਆਏ, ਸ਼ਾਮਾਂ ਪੈ ਗਈਆਂ, ਆਰਾਮ ਕੀਤਾ, ਸਲਾਹ ਮਸ਼ਵਰਾ ਅੱਗੇ ਹੁੰਦਾ ਅਤੇ ਮਹਾਰਾਜ ਜੀ ਕਹਿਣ ਲੱਗੇ ਸਵੇਰ ਦੀ ਜੰਗ ਅਸੀਂ ਆਪ ਲੜਾਂਗੇ ਜਿੰਨੇ ਤੁਸੀਂ ਬਚੇ ਹੋ। ਮਹਾਰਾਜ ਦੇ ਨਾਲ 8 ਸਿੰਘ ਬਚ ਗਏ ਸਨ। ਸਿੰਘ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਨਹੀਂ ਲੜਨਾ, ਸਾਡੀ ਇਹ ਕੋਸ਼ਿਸ਼ ਹੈ ਕਿ ਤੁਹਾਨੂੰ ਅਸੀਂ ਦੂਰ ਕਿਤੇ ਲੈ ਕੇ ਚੱਲੀਏ, ਅਸੀਂ ਖਤਮ ਹੋ ਗਏ, ਕੋਈ ਗੱਲ ਨਹੀਂ, ਅਤੇ ਮਹਾਰਾਜ ਤੁਸੀਂ ਬਚੇ ਰਹੇ ਅਤੇ ਸਾਡੇ ਵਰਗੇ ਕਈ ਪੈਦਾ ਕਰ ਲਓਗੇ, ਸਾਡੇ ਵਰਗੇ ਕਈ ਤੁਸੀਂ ਬਣਾ ਲਵੋਗੇ। ਮਹਾਰਾਜ ਕਹਿੰਦੇ ਨਾ ਭਾਈ, ਇਤਿਹਾਸ ਮੈਨੂੰ ਕਹੇਗਾ ਕਿ ਗੁਰੂ ਸਿੱਖਾਂ ਦਾ ਭੱਜ ਗਿਆ ਜੰਗ ਦੇ ਮੈਦਾਨ ਵਿੱਚੋਂ। ਸਤਿਗੁਰੂ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਖਾਲਸਾ ਪੈਦਾ ਕੀਤਾ, ਪੰਚ ਪ੍ਰਧਾਨੀ ਇੱਕ ਪ੍ਰਣਾਲੀ ਬਣਾਈ ਹੈ, ਪੰਜ ਸਿੰਘ ਜੋ ਕਹਿ ਦੇਣ ਉਹ ਤੁਹਾਨੂੰ ਵੀ ਮੰਨਣਾ ਪਵੇਗਾ। ਅੱਜ ਖਾਲਸਾ ਤੁਹਾਨੂੰ ਹੁਕਮ ਕਰਦਾ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ। ਸਤਿਗੁਰੂ ਜੀ ਨੇ ਸੀ ਸੁਣਵਾਇਆ, ਕਹਿੰਦੇ ਮੈਂ ਬੜਾ ਖੁਸ਼ ਹਾਂ ਕਿ ਤੁਹਾਨੂੰ ਫੈਸਲਾ ਕਰਨਾ ਆਉਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਹਾਨੂੰ ਮੌਕੇ ਦੀ ਨਜ਼ਾਕਤ ਦੇਖ ਕਰਕੇ ਫੈਸਲਾ ਕਰਨਾ ਆਉਂਦਾ ਮੇਰੇ ਖਾਲਸੇ ਨੂੰ। ਅੱਜ ਮੇਰਾ ਖਾਲਸਾ ਸਿਆਣਾ ਹੋ ਗਿਆ, ਜਿਹੜੀ ਪ੍ਰਣਾਲੀ ਬਣਾਈ ਸੀ ਨਾ, ਜਿਹੜਾ ਕਾਨੂੰਨ ਬਣਾਇਆ ਸੀ, ਉਸ ਦਿਨ ਪਹਿਲੇ ਦਿਨ ਵਰਤਿਆ ਗਿਆ, ਪਹਿਲੀ ਵਾਰ ਉਹ ਕਾਨੂੰਨ ਵਰਤਿਆ ਗਿਆ, ਗੁਰੂ 'ਤੇ ਹੁਕਮ ਕੀਤਾ ਗਿਆ। ਸਤਿਗੁਰ ਬੜੇ ਪ੍ਰਸੰਨ ਹੋਏ। ਇਹ ਨਹੀਂ ਕਿਹਾ ਕਿ ਤੁਸੀਂ ਕੌਣ ਹੁੰਦੇ ਭਾਈ ਮੈਨੂੰ ਹੁਕਮ ਕਰਨ ਵਾਲੇ, ਤੁਸੀਂ ਕੌਣ ਹੁੰਦੇ ਹੋ। ਸਤਿਗੁਰੂ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਮੇਰੇ ਨਾਲ ਜਾਣਗੇ। ਮਹਾਰਾਜ ਨੇ ਰਾਤ ਨੂੰ ਤਾੜੀ ਮਾਰ ਕਰਕੇ ਉੱਥੋਂ ਨਿਕਲਣਾ ਕੀਤਾ। ਕਹਿਣ ਲੱਗੇ ਪੀਰੇ ਹਿੰਦ ਰਬਦ, ਹਿੰਦ ਦਾ ਪੀਰ ਜਾ ਰਿਹਾ, ਕਿਸੇ ਵਿੱਚ ਹਿੰਮਤ ਹੈ ਅਤੇ ਮੈਨੂੰ ਰੋਕ ਲਓ। ਸਿਪਾਹੀਆਂ ਨੇ ਆਵਾਜ਼ ਸੁਣੀ ਸੀ, ਪਰ ਕੌਣ ਲੱਭਦਾ ਰਾਤ ਨੂੰ ਹਨੇਰੇ ਵਿੱਚ, ਧੁੰਦ ਪਈ ਸੀ। ਸਤਿਗੁਰੂ ਜੀ ਉੱਥੋਂ ਨਿਕਲੇ, ਮਾਛੀ ਵਾਲੇ ਵੱਲ ਨੂੰ ਚਾਲਾ ਪਾ ਦਿੱਤਾ। ਦੂਜੇ ਪਾਸੇ ਇਤਿਹਾਸ ਵਿਚਾਰੀਏ ਆਪਾਂ, ਮਾਤਾ ਗੁਜਰੀ ਜੀ, ਜਿਸ ਰਾਤ ਗੁਰੂ ਸਾਹਿਬ ਜੀ ਰੋਪੜ ਵਿੱਚ ਰਹਿੰਦੇ ਹਨ, ਉਸ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜਿਹੜੇ ਸਰਸਾ ਨਦੀ ਦੇ ਕੰਢੇ ਕੰਢੇ ਚੱਲਦਿਆਂ ਚੱਲਦਿਆਂ ਤੁਰੇ ਜਾ ਰਹੇ ਹਨ, ਤਕਰੀਬਨ 3-4 ਕਿਲੋਮੀਟਰ ਤੁਰੇ ਗਏ। ਅੱਗੋਂ ਕੋਈ ਰਸਤਾ ਮਿਲ ਜਾਵੇਗਾ, ਕੋਈ ਟਿਕਾਣਾ ਮਿਲ ਜਾਵੇਗਾ, ਨਹੀਂ ਮਿਲਿਆ ਕੁਝ। ਇੱਕ ਪਾਸੇ ਸਰਸਾ ਨੇ ਰਸਤਾ ਰੋਕਿਆ, ਪਿੱਛੇ ਫੌਜ ਚੜ੍ਹੀ ਹੈ ਅਨੰਦਪੁਰ ਸਾਹਿਬ ਵਾਲੇ ਪਾਸੇ 'ਤੇ, ਅਤੇ ਸਾਹਮਣੇ ਸਤਲੁਜ ਦਰਿਆ ਚੜ੍ਹਿਆ ਪਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉੱਥੇ ਪਹੁੰਚ ਕੇ ਜਿੱਥੇ ਸਰਸਾ ਜਾ ਕੇ ਸਤਲੁਜ ਸਮਾ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਦੋ ਕੰਢੇ ਸ਼ੁਰੂ ਖਤਮ ਹੋ ਗਏ, ਐਨ ਪੱਤਨ ਮਿਲ ਗਏ। ਅਤੇ ਮਾਤਾ ਜੀ ਨੇ ਇੱਧਰ ਉੱਧਰ ਨਿਗਾਹ ਦੌੜਾਈ, ਅੰਮ੍ਰਿਤ ਵੇਲੇ ਤੋਂ ਬਾਅਦ ਦਿਨ ਚੜ੍ਹ ਗਿਆ,
ਦਿਨ ਚੜ੍ਹਨ ਤੋਂ ਬਾਅਦ ਦੁਪਹਿਰਾ ਹੋਣ 'ਤੇ ਆ ਗਿਆ ਅਤੇ ਸ਼ਾਮਾਂ ਪੈ ਜਾਣਗੀਆਂ, ਛੇਤੀ ਹੀ ਮਹਾਰਾਜ ਮਾਤਾ ਜੀ ਕਹਿਣ ਲੱਗੇ ਸਾਨੂੰ ਟਿਕਾਣਾ ਕਰਨਾ ਚਾਹੀਦਾ ਕਿਤੇ। ਦੂਰ ਜਾ ਕੇ ਦੇਖਿਆ ਇੱਕ ਛੰਨ ਲੱਭੀ ਹੈ, ਉਸ ਛੰਨ ਦੇ ਵਿੱਚ ਆਵਾਜ਼ ਦਿੱਤੀ, ਭਾਈ ਕੋਈ ਅੰਦਰ ਹੈ? ਅੰਦਰੋਂ ਆਵਾਜ਼ ਆਈ, ਕੌਣ ਹੈ ਭਾਈ? ਦੇਖਿਆ ਇੱਕ ਮਾਤਾ ਬਜ਼ੁਰਗ ਨਾਲ ਛੋਟੇ ਛੋਟੇ ਬੱਚੇ, ਇਸ ਦਾ ਨਾਮ ਹੈ ਕੁੰਮਾ ਮਾਸਕੀ। ਇਹ ਮਾਸਕੀ ਦਾ ਕੰਮ ਕਰਦਾ ਹੈ, ਬੇੜੀ ਚਲਾਉਂਦਾ ਹੈ, ਪੱਤਣ ਤੋਂ ਇੱਕ ਪਾਸੇ ਦੂਜੇ ਪਾਸੇ ਜਾਂਦਾ ਹੈ, ਸਵਾਰੀਆਂ ਢੋਂਦਾ ਹੈ। ਅਤੇ ਇਸ ਦੀ ਬੇੜੀ ਵੀ ਕੋਲ ਬੰਨੀ ਪਈ ਹੈ, ਜਿਹੜੀ ਸਤਲੁਜ ਦਰਿਆ ਵਿੱਚ ਬੰਨੀ ਪਈ ਹੈ। ਅਤੇ ਇਸ ਨੇ ਮਾਤਾ ਜੀ ਨੂੰ ਪ੍ਰਣਾਮ ਕੀਤਾ, ਨਮਸਕਾਰ ਕੀਤੀ ਅਤੇ ਅੰਦਰ ਬਿਠਾਇਆ, ਅੱਗ ਬਾਲੀ, ਛਾਵਾਂ ਪੈ ਗਈਆਂ ਅਤੇ ਮਾਤਾ ਜੀ ਨੂੰ ਬੜੇ ਪਿਆਰ ਦੇ ਨਾਲ ਬਿਠਾ ਕਰਕੇ ਸੇਵਾ ਕੀਤੀ। ਕਹਿਣ ਲੱਗਾ ਤੁਸੀਂ ਕੌਣ ਹੋ? ਮਾਤਾ ਜੀ ਨੇ ਸਭ ਦੱਸਿਆ, ਅਸੀਂ ਅਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਦੀ ਮੈਂ ਮਾਂ ਅਤੇ ਉਹਦੇ ਛੋਟੇ ਸਾਹਿਬਜ਼ਾਦੇ ਹਨ। ਆਹ ਭਾਣਾ ਵਰਤਿਆ ਕਰਤਾਰ ਦਾ, ਮੁਗਲਾਂ ਨੇ ਕਿਲ੍ਹਾ ਖਾਲੀ ਕਰਾ ਲਿਆ ਪਰ ਪਿੱਛੋਂ ਧੋਖਾ ਕਰਕੇ ਹਮਲਾ ਕਰ ਦਿੱਤਾ ਹੈ। ਬੜਾ ਮਨ ਦੁਖੀ ਹੋਇਆ, ਕਹਿੰਦੇ ਇਹ ਮੁਗਲ ਬੜਾ ਜ਼ੁਲਮ ਕਰਦੇ ਹਨ ਮਨੁੱਖਤਾ ਦੇ ਉੱਪਰ। ਮੈਂ ਵੀ ਪਹਿਲਾਂ ਹਿੰਦੂ ਸਾਂ, ਮੈਨੂੰ ਇਹਨਾਂ ਨੇ ਜ਼ਬਰਦਸਤੀ ਮੁਸਲਮਾਨ ਬਣਾਇਆ। ਉਹਨੇ ਪ੍ਰਸ਼ਾਦਾ ਛਕਾਉਣ ਵਾਸਤੇ ਕਹਿਣ ਲੱਗਾ ਤੁਸੀਂ ਬੈਠੋ, ਮੈਂ ਪ੍ਰਸ਼ਾਦਾ ਲੈ ਕੇ ਆਉਂਦਾ। ਦੂਰ ਪਿੰਡ ਸੀ ਇੱਕ ਚੱਕ ਢੇਰਾ, ਅਤੇ ਉੱਥੇ ਜਾ ਕਰਕੇ ਇੱਕ ਬਾਹਮਣੀ ਧਰਮ ਦੀ ਬੀਬੀ ਲਛਮੀ ਕੋਲ ਜਾ ਕੇ ਉਹਨੇ ਬੇਨਤੀ ਕੀਤੀ। ਜਾਣਦਾ ਹੋਣਾ, ਚਾਹੇ ਰਿਸ਼ਤੇਦਾਰੀ ਹੋਵੇ ਜਾਂ ਕੋਈ ਜਾਣ ਪਛਾਣ ਹੋਣੀ। ਕਹਿਣ ਲੱਗੇ ਮਾਤਾ ਗੁਜਰੀ ਜੀ ਅਤੇ ਉਹਦੇ ਛੋਟੇ ਪੋਤੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਮੇਰੀ ਛੰਨ ਵਿੱਚ ਹੈ ਅਤੇ ਉਹਦੇ ਵਾਸਤੇ ਪ੍ਰਸ਼ਾਦਾ ਚਾਹੀਦਾ। ਮਾਤਾ ਨੇ ਪ੍ਰਸ਼ਾਦਾ ਤਿਆਰ ਕਰਕੇ ਭੇਜਿਆ। ਕਹਿਣ ਲੱਗੀ ਹੁਣ ਲੈ ਜਾ, ਸਵੇਰੇ ਮੈਂ ਆਪ ਆਵਾਂਗੀ। ਇੱਕ ਗਰਮ ਕੱਪੜਾ ਭੇਜਿਆ, ਕੰਬਲ ਭੇਜਿਆ, ਮਾਤਾ ਜੀ ਨੂੰ ਆ ਕਰਕੇ ਪ੍ਰਸ਼ਾਦਾ ਛਕਾਇਆ ਕੁੰਮੇ ਮਾਸਕੀ ਨੇ। ਉਸ ਰਾਤ ਉਹਨਾਂ ਨੇ ਉੱਥੇ ਟਿਕਾਣਾ ਕੀਤਾ। ਅਗਲੀ ਰਾਤ, ਅਗਲਾ ਸਵੇਰ ਜਦੋਂ ਹੁੰਦੀ ਹੈ, ਇਤਿਹਾਸ ਕਹਿੰਦਾ ਕਿ ਇੱਥੇ ਇਹਨਾਂ ਨੂੰ ਆ ਕਰਕੇ ਗੰਗੂ ਮਿਲਦਾ ਹੈ। ਗੰਗੂ ਜਦੋਂ ਆ ਕੇ ਮਿਲਦਾ ਹੈ, ਕਈ ਪੱਖ ਹਨ, ਮੈਂ ਕਈ ਦਿਨ ਤੋਂ ਕਥਾ ਸ਼ੁਰੂ ਕੀਤੀ, 17 ਤਰੀਕ ਤੋਂ ਅੱਜ ਸਮਾਪਤੀ ਹੋਈ ਹੈ, ਕਈ ਪੱਖ ਹਨ, ਮੈਂ ਸਾਰੇ ਨਹੀਂ ਸੁਣਾਉਣੇ, ਇੱਕੋ ਇੱਕ ਪੱਖ ਸੁਣਾਵਾਂਗਾ। ਗੰਗੂ ਇਹਨਾਂ ਨੂੰ ਆ ਕੇ ਮਿਲਿਆ ਜਿਹੜਾ ਜਾਣਦਾ ਸੀ। ਮਾਤਾ ਜੀ ਨੂੰ ਕਹਿਣ ਲੱਗਾ ਤੁਸੀਂ ਇੱਥੇ ਨਾ ਰਹੋ, ਜੰਗਲ ਵੇਲਾ ਹੈ, ਦਰਿਆ ਦਾ ਕੰਢਾ ਹੈ, ਦਰਿਆ ਪਤਾ ਨਹੀਂ ਕਦੋਂ ਚੜ੍ਹ ਜਾਵੇਗਾ, ਅਤੇ ਤੁਸੀਂ ਇੰਜ ਕਰੋ ਮੇਰੇ ਪਿੰਡ ਚੱਲੋ। ਮਾਤਾ ਜੀ ਕਹਿਣ ਲੱਗੇ ਪੁੱਤ ਤੇਰੇ ਪਿੰਡ ਕਾਹਨੂੰ ਜਾਣਾ, ਮੇਰਾ ਪਰਿਵਾਰ, ਮੇਰਾ ਵੱਡਾ ਪੁੱਤਰ, ਮੇਰੇ ਵੱਡੇ ਸਾਹਿਬਜ਼ਾਦੇ ਅਤੇ ਮੇਰਾ ਪੁੱਤਰ ਗੋਬਿੰਦ ਸਿੰਘ ਜਾਂ ਰੋਪੜ ਹੋਵੇਗਾ ਜਾਂ ਚਮਕੌਰ ਹੋਵੇਗਾ, ਸਾਨੂੰ ਉਹਨਾਂ ਦੇ ਨਾਲ ਮਿਲਾ ਦੇ। ਕਹਿਣ ਲੱਗਾ ਠੀਕ ਹੈ ਜੀ ਚਲੋ। ਪਰ ਇਹਦਾ ਮਨ ਉਦੋਂ ਬੇਈਮਾਨ ਹੋ ਗਿਆ ਜਦੋਂ ਮਾਤਾ ਜੀ ਨੇ ਤੁਰਨ ਲੱਗਿਆਂ ਬੀਬੀ ਲਛਮੀ ਨੂੰ ਕੁਝ ਗਹਿਣੇ ਦਿੱਤੇ, ਕੁਝ ਮੋਹਰਾਂ ਦਿੱਤੀਆਂ ਅਤੇ ਕੁੰਮੇ ਮਾਸਕੀ ਨੂੰ 5 ਮੋਹਰਾਂ ਦਿੱਤੀਆਂ। ਇਹ ਦੇਖ ਕੇ ਹੈਰਾਨ ਹੋ ਗਿਆ, ਮਾਤਾ ਜੀ ਕੋਲ ਬੜਾ ਖਜ਼ਾਨਾ, ਉਦੋਂ ਮਨ ਬੇਈਮਾਨ ਹੋ ਗਿਆ। ਕਹਿਣ ਲੱਗਾ ਚੱਲ ਕੋਈ ਗੱਲ ਨਹੀਂ, ਸਮਾਂ ਮਿਲੇਗਾ, ਮੌਕਾ ਮਿਲੇਗਾ, ਮੈਂ ਹੱਥ ਮਾਰ ਲਵਾਂਗਾ ਸਭ ਕੁਛ ਨੂੰ। ਇਹ ਤੁਰਿਆ ਤਾਂ ਜਾ ਰਿਹਾ ਮਾਤਾ ਜੀ ਕਹਿਣ ਦੇ ਰੋਪੜ ਵੱਲ ਨੂੰ। ਕਹਿਣ ਲੱਗਾ ਤੁਸੀਂ ਇੱਥੇ ਰੁਕੋ, ਮੈਂ ਦੇਖ ਕੇ ਆਉਂਦਾ। ਮਾਤਾ ਜੀ ਰੋਪੜ ਤਾਂ ਫੌਜ ਨੇ ਘੇਰਿਆ ਪਿਆ, ਰੋਪੜ ਨੂੰ ਫੌਜ ਨੇ ਘੇਰਾਬੰਦੀ ਕੀਤੀ ਪਈ ਹੈ, ਚਮਕੌਰ ਵੱਲ ਦਾ ਇਲਾਕਾ ਵੀ ਫੌਜ ਨੇ ਘੇਰਿਆ ਪਿਆ, ਕਿਉਂਕਿ 10 ਲੱਖ ਦੀ ਫੌਜ ਦਿੱਲੀ ਤੋਂ ਆਈ ਹੈ, ਅਸੀਂ ਸਲਾਮਤ ਨਹੀਂ ਇਸ ਇਲਾਕੇ ਵਿੱਚ। ਆਪਾਂ ਇੰਜ ਕਰਦੇ ਹਾਂ ਤੁਸੀਂ ਮੇਰੇ ਘਰ ਹੀ ਚੱਲੋ, ਜਦੋਂ ਮਾਹੌਲ ਠੀਕ ਹੋ ਜਾਵੇਗਾ ਤੁਹਾਨੂੰ ਮਿਲਾ ਦੇਵਾਂਗਾ। ਮਾਤਾ ਜੀ ਨੇ ਭਰੋਸਾ ਕਰ ਲਿਆ, ਕਹਿਣ ਲੱਗੇ ਚੱਲ ਤੇਰਾ ਭਰੋਸਾ ਕਰ ਲੈਂਦੇ ਹਾਂ, ਤੂੰ ਕਿਹੜਾ ਸਾਨੂੰ ਕੋਈ ਗਲਤ ਪਾਸੇ ਲੈ ਕੇ ਜਾਣਾ, ਆਪਣੇ ਘਰ ਹੀ ਲੈ ਕੇ ਚੱਲਿਆ, ਗੁਰੂ ਘਰ ਆਉਂਦਾ ਜਾਂਦਾ ਸੀ, ਤੂੰ ਜਾਣਦੇ ਸਨ, ਇਤਿਹਾਸ ਕਹਿੰਦਾ ਰਸੋਈਆ ਵੀ ਰਿਹਾ, ਚਲੋ ਜੋ ਵੀ ਹੈ।
ਮਾਤਾ ਜੀ ਇੰਨਾ ਭਰੋਸਾ ਕਰਕੇ ਉਹਦੇ ਨਾਲ ਤੁਰ ਪਏ, ਪਰ ਇਹ ਬੇਈਮਾਨ ਚਾਹੁੰਦਾ ਸੀ ਕਿਤੇ ਇਹਨਾਂ ਨੂੰ ਕਿਤੇ ਵੱਖ ਕਰਕੇ ਇਹਨਾਂ ਦਾ ਸਾਰਾ ਮਾਲ ਲੁੱਟ ਲਵਾਂ, ਸਾਰੀ ਦੌਲਤ ਲੁੱਟ ਲਵਾਂ। ਦੂਜੀ ਰਾਤ ਜਦੋਂ ਮਾਤਾ ਜੀ ਪਹੁੰਚਦੇ ਹਨ ਪਿੰਡ ਸਹੇੜੀ ਦੇ ਕੋਲ, ਉੱਥੇ ਪਿੰਡ ਹੈ ਕਾਈਨੋਰ, ਕਾਈਨੋਰ ਉੱਥੇ ਇੱਕ ਪੁਰਾਣਾ ਸਥਾਨ ਸੀ ਸ਼ਹੀਦਾਂ ਦਾ। ਇਤਿਹਾਸ ਕਹਿੰਦਾ ਹੈ ਉੱਥੇ ਇੱਕ ਤਲਾਬ ਬਣਿਆ ਹੁੰਦਾ ਸੀ, ਤਲਾਬ ਦੇ ਕੰਢੇ 'ਤੇ ਕਹਿਣ ਲੱਗਾ ਮਾਤਾ ਜੀ ਤੁਸੀਂ ਇੱਥੇ ਰੁਕੋ, ਆਪਾਂ ਪਿੰਡ ਬਹੁਤ ਦੂਰ ਹੈ, ਪਿੰਡ ਹਾਲਾਂਕਿ ਸਿਰਫ 2 ਕਿਲੋਮੀਟਰ ਉੱਥੇ ਉਹਦਾ, ਸਹੇੜੀ ਪਿੰਡ ਤੋਂ ਕਾਈਨੋਰ ਸਿਰਫ 2 ਕਿਲੋਮੀਟਰ 'ਤੇ ਹੈ। ਕਹਿਣ ਲੱਗਾ ਮਾਤਾ ਜੀ ਅੱਜ ਰਾਤ ਇੱਥੇ ਕੱਟਣੀ ਪਵੇਗੀ ਅਤੇ ਆਪਾਂ ਕੱਲ੍ਹ ਨੂੰ ਆਪਣੇ ਘਰ ਚੱਲਾਂਗੇ। ਮਾਤਾ ਜੀ ਕਹਿਣਗੇ ਠੀਕ ਹੈ ਇੱਥੇ ਰਾਤ ਕੱਟਦੇ ਹਾਂ। ਇਹਦਾ ਮਨ ਬੇਈਮਾਨ ਸੀ ਕਿ ਰਾਤ ਪਵੇਗੀ ਇੱਥੇ ਆਪਣਾ ਹੱਥ ਸਾਫ ਕਰਕੇ ਮੈਂ ਚਲਾ ਜਾਵਾਂਗਾ, ਘਰ ਦੇ ਨੇੜੇ ਹੀ ਹੈ ਅਤੇ ਇਹ ਕਿਤੇ ਇੱਧਰ ਘੁੰਮੀ ਫਿਰੀ ਜਾਣਗੇ। ਪਰ ਆਪਣੇ ਘਰੋਂ ਜਾ ਕੇ ਬਿਸਤਰਾ ਲੈ ਕੇ ਆਇਆ, ਆਪਣੇ ਘਰੋਂ ਜਾ ਕੇ ਪ੍ਰਸ਼ਾਦਾ ਲੈ ਕੇ ਆਇਆ, ਉੱਥੇ ਆਰਾਮ ਕੀਤਾ, ਚਾਹੁੰਦਾ ਤਾਂ ਆਪਣੇ ਘਰ ਲੈ ਜਾਂਦਾ, ਪਰ ਬੇਈਮਾਨ ਸੀ, ਨਹੀਂ ਗੱਲ ਬਣੀ। ਮਾਤਾ ਜੀ ਨੇ ਉੱਥੇ ਆਰਾਮ ਕੀਤਾ, ਪਰ ਨੀਂਦ ਕਿੱਥੋਂ ਆਉਂਦੀ ਹੈ, ਬੱਚੇ ਸੌਂ ਗਏ, ਸਾਹਿਬਜ਼ਾਦੇ ਸੌਂ ਗਏ। ਨਿਗਾਹ ਮਾਰੀਏ 7 ਅਤੇ 9 ਸਾਲ ਦੀ ਉਮਰ ਹੈ, 7ਵਾਂ ਸਾਲ ਸ਼ੁਰੂ ਹੋਇਆ ਸਾਹਿਬਜ਼ਾਦਾ ਫਤਿਹ ਸਿੰਘ ਦਾ, 9ਵਾਂ ਸਾਲ ਸ਼ੁਰੂ ਹੋਇਆ ਅਜੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ, ਛੋਟੀਆਂ ਛੋਟੀਆਂ ਉਮਰਾਂ ਅਤੇ ਛੋਟੇ ਛੋਟੇ ਕੋਮਲ ਕੋਮਲ ਸਰੀਰ ਉਹਨਾਂ ਦੇ ਠੰਡ ਦੇ ਦਿਨਾਂ ਵਿੱਚ ਬਾਹਰ ਘੁੰਮਦੇ ਪਏ ਹਨ। ਰੜੇ ਮੈਦਾਨ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਆਰਾਮ ਕੀਤਾ, ਆਰਾਮ ਕਰਾਇਆ ਅਤੇ ਆਪ ਬੈਠ ਜਾਂਦੀ ਹੈ, ਕਦੇ ਆਪਣੇ ਵਿਛੜਿਆਂ ਨੂੰ ਯਾਦ ਕਰਦੀ ਹੈ, ਆਪਣੀ ਨੂੰਹਾਂ ਨੂੰ ਯਾਦ ਕਰਦੀ ਹੈ, ਆਪਣੇ ਪੁੱਤਰ ਨੂੰ ਯਾਦ ਕਰਦੀ ਹੈ, ਆਪਣੇ ਸਿੰਘਾਂ ਨੂੰ ਸਿੰਘਣੀਆਂ ਨੂੰ ਯਾਦ ਕਰਦੀ ਹੈ ਕਿ ਕਿਵੇਂ ਵਿਚਾਰੇ ਵਿਛੜ ਗਏ, ਕਿਵੇਂ ਵਿਚਾਰੇ ਸ਼ਹੀਦ ਹੋ ਗਏ, ਕਿਵੇਂ ਵਿਚਾਰੇ ਰੁੜ ਗਏ, ਕਿਵੇਂ ਆਨੰਦ ਵਿੱਚ ਰਹਿੰਦੇ ਸਾਂ ਆਨੰਦਪੁਰ ਸਾਹਿਬ ਦੇ ਵਿੱਚ। ਸਭ ਕੁਝ ਚੇਤੇ ਆਉਂਦਾ, ਪਰ ਨੀਂਦ ਕਿੱਥੋਂ ਆਵੇ। ਮਾਤਾ ਜੀ ਨੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਵਾਹਿਗੁਰੂ ਦੇ ਸਿਮਰਨ ਵਿੱਚ ਰਾਤ ਕੱਟੀ, ਪਰ ਗੰਗੂ ਸਾਰੀ ਰਾਤ ਜਾਗਦਾ ਰਿਹਾ, ਸਾਰੀ ਰਾਤ ਕਿ ਮਾਤਾ ਜੀ ਸੌਂ ਜਾਵੇ ਅਤੇ ਮੈਂ ਇਹ ਸਾਰੀ ਪੰਡ ਚੁੱਕ ਕੇ ਭੱਜਾਵਾਂ, ਸਮਾਨ ਲੁੱਟ ਕੇ ਭੱਜਾਵਾਂ, ਦੌਲਤ ਲੁੱਟ ਕੇ ਭੱਜਾਵਾਂ। ਜਦੋਂ ਜਾਗਦਾ ਰਿਹਾ ਉਦੋਂ ਮਾਤਾ ਜੀ ਜਾਗਦੇ ਸਨ, ਜਦੋਂ ਮਾਤਾ ਜੀ ਸੌਂ ਗਏ ਤਾਂ ਇਹਨੂੰ ਵੀ ਨੀਂਦ ਆ ਗਈ। ਜਦੋਂ ਨੀਂਦ ਆਈ ਸਵੇਰੇ ਜਦੋਂ ਧੁੱਪ ਨਿਕਲੀ ਮਾੜੀ ਜੀ ਅਤੇ ਇਹਦੀ ਜਾਗ ਜਦੋਂ ਖੁੱਲ੍ਹੀ, ਕਹਿੰਦਾ ਉਹ ਮਨਾ ਸਾਰੀ ਰਾਤ ਜਾਗਦਾ ਰਿਹਾ, ਦਾ ਹੀ ਨਹੀਂ ਲੱਗਾ, ਚੱਲ ਕੋਈ ਗੱਲ ਨਹੀਂ ਫਿਰ ਅੱਗੇ ਜਾ ਕੇ ਦਾ ਲਾਉਣਾ। 2 ਕਿਲੋਮੀਟਰ ਦਾ ਸਮਾਂ ਜਿਹੜਾ ਸਫ਼ਰ ਸੀ ਨਾ, ਇਹਨੇ ਸਾਰਾ ਦਿਨ ਕੱਢਿਆ, ਕਦੇ ਕਿਸੇ ਪਿੰਡ ਲੈ ਜਾਂਦਾ, ਕਦੇ ਕਿਸੇ ਪਿੰਡ ਲੈ ਜਾਂਦਾ। ਸਹੇੜੀ ਪਿੰਡ ਦੇ ਜਿੱਥੇ ਗੁਰਦੁਆਰਾ ਤੁਸੀਂ ਦੇਖਿਆ ਹੋਵੇਗਾ ਨਾ, ਉਤੋਂ ਪਿਛਲੇ ਪਾਸੇ ਇੱਕ ਸਥਾਨ ਹੈ ਐਮਾ ਸਾਹਿਬ, ਉੱਥੇ ਜਾ ਕੇ ਝਿੜੀ ਦੇ ਵਿੱਚ ਜੰਗਲ ਦੇ ਵਿੱਚ ਜਾ ਕੇ ਬੈਠ ਗਿਆ। ਕਹਿਣ ਲੱਗਾ ਮਾਤਾ ਜੀ ਤੁਸੀਂ ਇੱਥੇ ਬੈਠੋ ਅਤੇ ਮੈਂ ਦੇਖ ਕੇ ਆਉਣਾ ਮੇਰੇ ਪਿੰਡ ਦੀ ਕੀ ਖਬਰ ਹੈ, ਫੌਜੀ ਤਾਂ ਨਹੀਂ ਘੁੰਮਦੇ, ਫੌਜ ਤਾਂ ਨਹੀਂ ਘੁੰਮਦੀ ਪਈ, ਮੈਂ ਖਬਰ ਲੈ ਕੇ ਆਉਂਦਾ, ਉਹ ਸਾਹਮਣੇ ਮੇਰਾ ਪਿੰਡ ਹੈ। ਮਾਤਾ ਜੀ ਨੂੰ ਬਿਠਾ ਕੇ ਉੱਥੇ ਸਵੇਰਾ ਸਵੇਰਾ ਅਜੇ ਜੰਗਲ ਵਿੱਚ ਬਿਠਾ ਕਰਕੇ, ਮੰਨ ਲਓ ਕਿ ਦੂਜਾ ਪਹਿਰ ਸ਼ੁਰੂ ਹੋਇਆ 10-11 ਵਜੇ ਦਾ ਸਮਾਂ, ਸਾਰਾ ਦਿਨ ਨਹੀਂ ਮੁੜਿਆ, ਘਰ ਜਾ ਕੇ ਸੌਂ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰਾ ਦਿਨ ਨਹੀਂ ਮੁੜਿਆ, ਮਾਤਾ ਜੀ ਉਸ ਜੰਗਲ ਵਿੱਚ ਬੈਠੇ ਰਹੇ ਭੁੱਖਣ ਭਾਣੇ, ਬੱਚਿਆਂ ਨੂੰ ਦਇਆ ਕਰਕੇ। ਇੱਕ ਫਕੀਰ ਆਇਆ, ਕਹਿਣ ਲੱਗੇ ਇਹ ਬਜ਼ੁਰਗ ਮਾਤਾ ਤੂੰ ਕਿਵੇਂ ਬੈਠੀ ਇੱਥੇ ਬੱਚਿਆਂ ਨੂੰ ਲੈ ਕੇ, ਬੜੇ ਸੋਹਣੇ ਸੁਣਖੇ ਤੇਰੇ ਬੱਚੇ ਹਨ, ਤੇਰਾ ਬਾਕੀ ਪਰਿਵਾਰ ਕਿੱਥੇ ਹੈ, ਕਿਵੇਂ ਬੈਠੀ ਹੋ ਇੱਥੇ? ਅਤੇ ਆਪਾਂ ਜਿਵੇਂ ਕਹਿ ਦਿੰਦੇ ਬੜੇ ਦੁਖੀ ਹੁੰਦੇ ਹਾਂ, ਜਾ ਭਾਈ ਆਪਣਾ ਕੰਮ ਕਰ, ਅਸੀਂ ਐਵੇਂ ਹੀ ਬੈਠੇ ਹਾਂ, ਜਾ ਭਾਈ ਤੂੰ ਆਪਣਾ ਕੰਮ ਕਰ।
ਤੇ ਮਾਤਾ ਜੀ ਨੇ ਭਰੇ ਹੋਏ ਮਨ ਦੇ ਨਾਲ ਵਿਰਾਗ ਪਏ ਗਲੇ ਦੇ ਨਾਲ ਕਹਿ ਦਿੱਤਾ, ਫਕੀਰਾ ਐਵੇਂ ਬੈਠੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੈਸਾ ਉਹ ਦ੍ਰਿਸ਼ ਹੋਵੇਗਾ, ਫਕੀਰਾ ਐਵੇਂ ਬੈਠੇ ਆ। ਤੇ ਉਹ ਫਕੀਰ ਬੜਾ ਭਲਾ ਬੰਦਾ ਸੀ, ਕਹਿਣ ਲੱਗਾ ਮੈਂ ਮਸਤਾਨਾ, ਮੈਂ ਮਸਤ ਮੌਲਾ ਬੰਦਾ, ਆਪਣੇ ਰੰਗ ਵਿੱਚ ਰਹਿਣਾ, ਤੁਸੀਂ ਇੰਜ ਕਰੋ ਇੱਥੇ ਜੰਗਲ ਵਿੱਚ ਨਾ ਬੈਠੋ, ਆਹ ਮੇਰੀ ਝੁੱਗੀ ਆ ਉੱਥੇ ਬੈਠੋ ਜਾ ਕੇ, ਮੈਂ ਬਾਹਰ ਘੁੰਮ ਫਿਰ ਲੈਣਾ ਉਨੀ ਚਿਰ, ਜਦੋਂ ਤੁਹਾਨੂੰ ਕੋਈ ਲੈਣ ਆਵੇਗਾ ਜਾਂ ਜੇ ਤੁਸੀਂ ਕਹੋ ਮੈਂ ਤੁਹਾਨੂੰ ਕਿਤੇ ਛੱਡ ਆਉਣਾ। ਮਾਤਾ ਜੀ ਕਹਿਣ ਲੱਗੇ ਨਹੀਂ ਆਵੇਗਾ ਲੈਣ ਵਾਸਤੇ। ਸ਼ਾਮਾਂ ਪੈ ਗਈਆਂ, ਹਨੇਰਾ ਹੋ ਗਿਆ ਅਤੇ ਗੰਗੂ ਆਇਆ। ਮਾਤਾ ਜੀ ਮੈਂ ਘਰ ਗਿਆ ਅਤੇ ਬੜੀ ਫੌਜ ਆਈ ਹੈ ਅਤੇ ਮੈਂ ਤਾਂ ਲੁਕਦਾ ਛਿਪਦਾ ਹੋਇਆ ਤੁਹਾਨੂੰ ਲੈਣ ਵਾਸਤੇ, ਚਲੋ ਘਰ ਚਲੀਏ। ਅਤੇ ਮਾਤਾ ਜੀ ਕਹਿਣ ਲੱਗੀ ਵੇ ਕਮਲਿਆ, ਇੱਦਾਂ ਸਾਨੂੰ ਜੰਗਲ ਵਿੱਚ ਬਿਠਾ ਗਏ, ਛੋਟੇ ਛੋਟੇ ਬੱਚੇ ਆ, ਤੂੰ ਇਹਨਾਂ ਦੇ ਬਾਰੇ ਸੋਚਿਆ ਨਹੀਂ, ਭੁੱਖਣ ਭਾਣੇ ਸਵੇਰ ਦੇ ਬੱਚੇ ਬੈਠੇ ਹਨ, ਤੂੰ ਘਰ ਦਾ ਗਿਆ ਸਵੇਰ ਦਾ ਮੁੜ ਕੇ ਨਹੀਂ ਆਇਆ। ਨਹੀਂ ਮਾਤਾ ਜੀ ਚਲੋ ਛੇਤੀ ਹੁਣ ਆਪਣੇ ਘਰ ਲੈ ਗਿਆ। ਜਾ ਕਰਕੇ ਆਪਣੀ ਮਾਂ ਸੋਭੀ ਨੂੰ ਕਹਿਣ ਲੱਗਾ, ਮਾਂ ਸਮਾਂ ਬੜਾ ਵਧੀਆ ਆ ਗਿਆ, ਹੁਣ ਸਾਡੀ ਗਰੀਬੀ ਕੱਟੀ ਜਾਵੇਗੀ, ਸਾਡੇ ਇਹ ਦੁੱਖ ਧੋਤੇ ਜਾਣਗੇ, ਬੜਾ ਤਕੜਾ ਹੱਥ ਮਾਲ ਹੱਥ ਲੱਗਾ ਸਾਡੇ ਹੁਣ। ਕਹਿਣ ਲੱਗੇ ਕੀ ਮਤਲਬ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਹੈ ਅਤੇ ਉਹਦੇ ਸਾਹਿਬਜ਼ਾਦੇ ਹੈ ਅਤੇ ਇਹਨਾਂ ਦੇ ਕੋਲ ਖਜ਼ਾਨਾ ਬੜਾ ਹੈ, ਮੋਹਰਾਂ ਬਹੁਤ ਹਨ, ਗਹਿਣੇ ਹਨ ਇਹਨਾਂ ਦੇ ਕੋਲ, ਤੂੰ ਇੰਜ ਕਰ ਇਹਨਾਂ ਦੇ ਖਾਣੇ ਵਿੱਚ ਜ਼ਹਿਰ ਪਾ ਦੇ, ਇਹ ਮਰ ਮੁੱਕ ਜਾਣਗੇ, ਜੇ ਜਿਉਂਦੇ ਕਿਤੇ ਪਕੜੇ ਗਏ ਤਾਂ ਸਾਨੂੰ ਵੀ ਸਜ਼ਾ ਮਿਲੇਗੀ, ਇਹਨਾਂ ਨੂੰ ਇੱਦਾਂ ਖਪਾ ਦਿੰਦੇ ਕਿਤੇ। ਮਾਂ ਨੇ ਲਾਹਣਤਾਂ ਪਾਈਆਂ ਕਿ ਉਹ ਕਮਲਿਆ ਸੱਤ ਬਗਾਨੇ ਵੀ ਹੋਣ, ਉਹ ਵੀ ਰੁੱਖੀ ਮਿੱਸੀ ਖੁਆ ਕਰਕੇ ਸੇਵਾ ਕਰਦੇ ਹਨ ਅਤੇ ਤੂੰ ਤਾਂ ਗੁਰੂ ਘਰ ਦਾ ਖਾਂਦਾ ਰਿਹਾ, ਲੂਣ ਹਰਾਮੀ ਬਣਨਾ, ਮੈਂ ਨਹੀਂ ਇਹ ਕੰਮ ਕਰਨਾ, ਮੈਂ ਪਾਪ ਨਹੀਂ ਕਰ ਸਕਦੀ। ਮਾਂ ਨੇ ਦਬਕਿਆ, ਝਿੜਕਿਆ ਅਤੇ ਡਰ ਗਿਆ ਹੈ। ਥੋੜ੍ਹਾ ਰੁੱਖਾ ਮਿੱਸਾ ਪ੍ਰਸ਼ਾਦਾ, ਇਤਿਹਾਸ ਕਹਿੰਦਾ ਕਿ ਰੁੱਖੀ ਸਬਜ਼ੀ ਸੀ, ਸਾਦੀ ਜਿਹੜੀ ਬਹੀ ਬਣੀ ਸੀ, ਰੁੱਖੇ ਮਿੱਸੇ ਪ੍ਰਸ਼ਾਦੇ ਲੈ ਕੇ ਜਦੋਂ ਆਇਆ ਤਾਂ ਮਾਤਾ ਜੀ ਕਹਿਣ ਲੱਗੇ ਪੁੱਤ ਮੈਂ ਤਾਂ ਖਾ ਲਵਾਂਗੀ, ਚੱਲ ਇਹ ਮੇਰੇ ਬੱਚੇ ਕਿਵੇਂ ਖਾਣਗੇ, ਬਹੀ ਰੋਟੀ ਹੈ, ਬਹੀ ਸਬਜ਼ੀ ਹੈ ਅਤੇ ਕਿਵੇਂ ਖਾਣਗੇ, ਕੋਈ ਹੋਰ ਚੀਜ਼ ਲੈ ਆ, ਦੁਕਾਨ ਤੋਂ ਲੈ ਆ ਕੁਝ, ਬਾਜ਼ਾਰ ਤੋਂ। ਮਾਤਾ ਜੀ ਦੁਕਾਨਾਂ ਤਾਂ ਬੰਦ ਹੋ ਗਈਆਂ। ਮਾਤਾ ਜੀ ਨੇ ਇੱਕ ਮੋਹਰ ਦਿੱਤੀ, ਕਹਿਣ ਲੱਗੀ ਕੁਝ ਵੀ ਲੈ ਆ ਖਾਣ ਵਾਸਤੇ, ਜੋ ਕੁਛ ਮਿਲਦਾ। ਗਿਆ, ਦੋ ਸਿਰ ਪਤਾਸੇ ਲੈ ਕੇ ਆਇਆ ਅਤੇ ਬੱਚਿਆਂ ਨੇ ਇੱਕ ਇੱਕ ਦੋ ਦੋ ਪਤਾਸੇ ਖਾ ਕੇ ਪਾਣੀ ਪੀ ਕਰਕੇ ਅਕਾਲ ਪੁਰਖ ਦਾ ਸ਼ੁਕਰ ਕੀਤਾ ਅਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਲੈ ਕਰਕੇ ਸੌਂ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਬਹੁਤ ਸੋਹਣੀ ਨੀਂਦ ਆਈ ਹੈ ਕਿਉਂਕਿ ਅੱਜ ਗਰਮ ਪਾਣੀ ਦੇ ਨਾਲ ਇਸ਼ਨਾਨ ਕੀਤਾ, ਬਸਤਰ ਬਦਲੇ ਹਨ ਅਤੇ ਥੋੜ੍ਹਾ ਜਿਹਾ ਆਰਾਮ ਕਰਨ ਵਾਸਤੇ ਨਿੱਘਾ ਬਿਸਤਰਾ ਮਿਲਿਆ। ਸੇਵਾ ਤਾਂ ਕੀਤੀ ਇਸਨੇ, ਪਰ ਦਾਲ ਆਉਣ ਵਾਸਤੇ ਸੋਚਦਾ ਰਿਹਾ। ਰਾਤ ਪਈ ਹੈ ਪਰ ਮਾਤਾ ਨੂੰ ਕਿੱਥੇ ਨੀਂਦ ਆਉਂਦੀ ਹੈ। ਮਾਤਾ ਜੀ ਕੱਚੀ ਨੀਂਦੇ ਸੌਂਦੇ ਸਨ, ਕਦੇ ਅੱਖ ਖੁੱਲ੍ਹ ਜਾਂਦੀ, ਕਦੇ ਲੱਗ ਜਾਂਦੀ ਹੈ। ਗੰਗੂ ਦੱਬੇ ਪੈਰੀ ਆਇਆ ਅਤੇ ਮਾਤਾ ਜੀ ਦਾ ਉਹ ਖਜ਼ਾਨਾ, ਉਹ ਖੁਰਜੀ ਜਿਹੜੀ ਸੀ ਨਾ, ਲੈ ਕਰਕੇ ਉਹ ਪਿੰਡ ਦੇ ਪਿਛਲੇ ਪਾਸੇ ਇੱਕ ਚੋਹ ਲੰਘਦੀ ਸੀ, ਬਰਸਾਤੀ ਨਾਲਾ ਲੰਘਦਾ ਸੀ, ਉੱਥੇ ਰੇਤਾ ਵਿੱਚ ਜਾ ਕੇ ਲੁਕੋ ਕੇ ਆ ਗਿਆ, ਆ ਕੇ ਸੌਂ ਗਿਆ ਕਿ ਜਦੋਂ ਸਮਾਂ ਬਣੇਗਾ ਤਾਂ ਮੈਂ ਆਪੀ ਕੱਢ ਲਵਾਂਗਾ। ਸਵੇਰ ਹੋਈ, ਮਾਤਾ ਜੀ ਕਹਿਣ ਲੱਗੇ ਪੁੱਤ ਰਾਤੀ ਮੇਰੇ ਕਮਰੇ ਵਿੱਚ ਆਇਆ ਸੀ ਤੂੰ, ਅਤੇ ਉਹ ਖਜ਼ਾਨਾ, ਉਹ ਦੌਲਤ ਸੀ ਥੋੜ੍ਹੀ ਜਿਹੀ ਥੈਲੀ ਤੂੰ ਰੱਖ ਲਈ ਨਾ ਸਾਂਭ ਕੇ ਆਪਣੇ ਸੰਦੂਕ ਵਿੱਚ। ਕਹਿੰਦਾ ਕਿਹੜੀ ਕਿਹੜੀ ਦੌਲਤ, ਕਿਹੜੀ ਗੁਥਲੀ, ਕਿਹੜਾ ਖਜ਼ਾਨਾ ਤੁਸੀਂ ਕਹਿੰਦੇ ਹੋ, ਕਿਹੜੀਆਂ ਮੋਹਰਾਂ ਕਹਿੰਦੇ ਹੋ, ਮੈਨੂੰ ਨਹੀਂ ਪਤਾ, ਇੱਥੇ ਦੇਖੋ ਕਿਤੇ ਹੋਣੀ। ਮਾਤਾ ਜੀ ਕਹਿੰਦੀ ਇੱਥੇ ਤਾਂ ਕਿਤੇ ਹੈ ਨਹੀਂ, ਹੁਣ ਮੈਂ ਤਾਂ ਦੇਖੀ ਨਹੀਂ, ਤੂੰ ਲੈ ਗਿਆ ਹੁਣ।
ਮਾਤਾ ਜੀ ਦੇਖੋ ਮੈਂ ਤੁਹਾਨੂੰ ਆਪਣੇ ਘਰ ਆਰਾਮ ਕਰਨ ਵਾਸਤੇ ਲੈ ਕੇ ਆਇਆ ਅਤੇ ਤੁਸੀਂ ਮੈਨੂੰ ਚੋਰ ਕਹਿੰਦੇ ਹੋ। ਹੁਣ ਸਮਾਂ ਉਹਨੂੰ ਮੌਕਾ ਮਿਲ ਗਿਆ ਕਿ ਰੌਲਾ ਪਾਈਏ। ਕਹਿੰਦਾ ਹੁਣ ਸਭ ਕੁਛ ਤਾਂ ਹੱਥ ਆ ਗਿਆ, ਇਹਨਾਂ ਨੂੰ ਕਿਵੇਂ ਬਾਹਰ ਕੱਢੀਏ। ਕਹਿਣ ਲੱਗਾ ਇਹਨਾਂ ਨੂੰ ਗ੍ਰਿਫਤਾਰ ਕਰਾ ਕੇ ਇਨਾਮ ਲੈਣਾ। ਜਾ ਕਰਕੇ ਚੌਧਰੀ ਨੂੰ ਲੈ ਕੇ ਆਇਆ, ਪਿੰਡ ਦੇ ਚੌਧਰੀ ਨੂੰ ਲੈ ਕਰਕੇ ਜਦੋਂ ਵਾਪਸ ਆਇਆ ਤਾਂ ਚੌਧਰੀ ਨੇ ਆਪਣੇ ਸਿਪਾਹੀ ਖੜ੍ਹੇ ਕਰਕੇ, ਸਿਪਾਹੀ ਹੁੰਦੇ ਸਨ ਲੱਠ ਮਾਰ, ਜਿਨ੍ਹਾਂ ਕੋਲ ਲਾਠੀਆਂ ਹੁੰਦੀਆਂ ਸਨ, ਉਹਨਾਂ ਨੂੰ ਖੜ੍ਹਾ ਕਰ ਦਿੱਤਾ। ਚੌਧਰੀ ਗਿਆ ਮੋਰਿੰਡੇ, ਗੰਗੂ ਨੂੰ ਲੈ ਕਰਕੇ ਮੋਰਿੰਡੇ ਥਾਣੇ, ਜਿਹੜਾ 3 ਕਿਲੋਮੀਟਰ 'ਤੇ ਉੱਥੋਂ ਮੋਰਿੰਡੇ ਥਾਣੇ ਜਾ ਕਰਕੇ ਜਾਨੀ ਖਾਂ ਮਾਨੀ ਖਾਂ ਥਾਣੇਦਾਰਾਂ ਨੂੰ ਆਪਣੇ ਨਾਲ ਲੈ ਕੇ ਆਇਆ। ਨਾਲ ਬਹੁਤ ਵੱਡੀ ਪੁਲਿਸ ਦੀ ਗਾਰਦ ਲੈ ਕੇ ਆਇਆ। ਸਾਰਿਆਂ ਨੇ ਪਿੰਡ ਨੂੰ ਘੇਰਾ ਪਾਲ ਕੇ ਅਤੇ ਭੱਜ ਨਾ ਜਾਣ, ਬੱਚੇ ਕਿੱਥੇ ਭੱਜਣਗੇ, ਬਜ਼ੁਰਗ ਮਾਤਾ ਕਿੱਥੇ ਭੱਜੇਗੀ। ਉਹਨਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਲਿਆ ਕਰਕੇ ਗੱਡੀ 'ਤੇ ਬਿਠਾ ਕਰਕੇ ਹੱਥ ਕੜੀਆਂ ਬੇੜੀਆਂ ਪਹਿਨਾਈਆਂ ਗਈਆਂ, ਸਰਹੰਦ ਵੱਲ ਨੂੰ ਚਾਲਾ ਪਾ ਦਿੱਤਾ। ਸਰਹੰਦ ਜਦੋਂ ਪਹੁੰਚੇ ਆ, ਸਰਹੰਦ ਤੋਂ ਬਾਹਰ ਬਾਹਰ ਇੱਕ ਪਿੱਪਲ ਦੇ ਹੇਠਾਂ ਬਿਠਾਇਆ ਗਿਆ ਅਤੇ ਅੱਗੋਂ ਜਿਹੜਾ ਉਹ ਜਾਨੀ ਖਾਂ ਅਤੇ ਮਾਨੀ ਖਾਂ ਥਾਣੇਦਾਰ ਸੀ ਨਾ, ਉਹ ਅੱਗੇ ਜਾ ਕਰਕੇ ਸੂਬੇਦਾਰ ਨੂੰ ਪੁੱਛਣ ਗਿਆ ਕਿ ਮਹਾਰਾਜ, ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ, ਛੋਟੇ ਬੱਚੇ ਅਤੇ ਬਜ਼ੁਰਗ ਮਾਂ ਨੂੰ ਲੈ ਕੇ ਕਿੱਥੇ ਬਿਠਾਈਏ ਇਹਨਾਂ ਨੂੰ। ਉਹਨੇ ਸੁੱਚਾਨੰਦ ਨੂੰ ਭੇਜਿਆ। ਜਦੋਂ ਸੁੱਚਾਨੰਦ ਆਇਆ ਤਾਂ ਮਾਤਾ ਜੀ ਨੂੰ ਥੋੜ੍ਹੀ ਜਿਹੀ ਆਸ ਹੋਈ ਕਿ ਕੋਈ ਹਿੰਦੂ ਤੁਰਿਆ ਆਉਂਦਾ। ਇੱਕ ਹਿੰਦੂ ਤਾਂ ਜਿਹੜਾ ਗੰਗੂ ਸੀ ਨਾ, ਗੰਗੂ ਬ੍ਰਾਹਮਣ, ਉਹ ਤਾਂ ਦਗਾ ਕਮਾ ਗਿਆ, ਪਹਾੜੀ ਰਾਜਿਆਂ ਨੇ ਦਗਾ ਕਮਾ ਲਿਆ। ਇਹ ਹਿੰਦੂ ਇੱਥੇ ਦੀਵਾਨ ਹੈ, ਨੌਕਰੀ ਕਰਦਾ ਅਤੇ ਸਾਨੂੰ ਬਚਾ ਲਵੇਗਾ, ਸ਼ਾਇਦ ਸਾਡੇ ਵੱਲ ਦੀ ਗੱਲ ਕਰੇਗਾ। ਉਹਨੇ ਆਉਂਦਿਆਂ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ, ਆਉਂਦਿਆਂ ਰੋਹਬ ਝਾੜਨਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗਾ, ਭਾਈ ਨਵਾਬ ਦਾ ਹੁਕਮ ਹੈ ਕਿ ਬੱਚਿਆਂ ਨੂੰ ਮੇਰੇ ਕੋਲ ਪੇਸ਼ ਕਰੋ ਅਤੇ ਇਹ ਬੁੱਢੜੀ ਮਾਂ ਨੂੰ ਉਹ ਠੰਡੇ ਬੁਰਜ 'ਚ ਲੈ ਜਾਓ। ਠੰਡਾ ਬੁਰਜ ਜਿਹੜਾ 140 ਫੁੱਟ ਉੱਚਾ ਸੀ ਉਸ ਵੇਲੇ, ਉਹ ਥਾਂ ਵੀ ਨੀਵਾਂ ਹੋਵੇਗਾ, ਸਾਰੀ ਭਰਤੀ ਜਦੋਂ ਬਾਅਦ 'ਚ ਪਈ ਹੈ ਉੱਚਾ ਹੋ ਗਿਆ, ਹੁਣ ਉਹਦੀ ਉੱਚਾਈ ਘੱਟ ਗਈ ਹੈ, ਢਾ ਕੇ ਬਣਾਇਆ ਗਿਆ। 140 ਫੁੱਟ ਦੀ ਉੱਚਾਈ ਸੀ ਉਹਦੀ ਅਤੇ ਉੱਥੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਬਿਠਾਇਆ ਗਿਆ। ਪਿਛਲੇ ਪਾਸੇ ਹੰਸਲਾ ਨਦੀ ਚੱਲਦੀ ਸੀ, ਜਿਹੜੇ ਪਾਣੀ ਦੀਆਂ ਲਹਿਰਾਂ ਦੇ ਨਾਲ ਹਵਾ ਠੰਡੀ ਹੋ ਜਾਂਦੀ ਸੀ। ਗਰਮੀਆਂ ਦੇ ਵਿੱਚ ਤਾਂ ਠੀਕ ਹੈ, ਪਰ ਸਿਆਲ ਦੇ ਵਿੱਚ ਵੀ ਉੱਥੇ ਬਿਠਾਇਆ ਕਿ ਇਹ ਤੰਗ ਹੋਣਗੇ ਠੰਡ ਦੇ ਵਿੱਚ, ਆਪੇ ਮੇਰੇ ਆਖੇ ਲੱਗਣਗੇ। ਵਜ਼ੀਰ ਖਾਂ ਕਹਿਣ ਲੱਗਾ, ਹੁਣ ਗੋਬਿੰਦ ਸਿੰਘ ਮੇਰੇ ਕੋਲ ਆਵੇਗਾ, ਮਾਫੀਆਂ ਮੰਗੇਗਾ ਆਪਣੇ ਬੱਚੇ ਛੁਡਾਉਣ ਵਾਸਤੇ, ਆਪਣੀ ਮਾਂ ਨੂੰ ਛੁਡਾਉਣ ਵਾਸਤੇ ਮੇਰੀਆਂ ਮਿੰਨਤਾਂ ਕਰੇਗਾ। ਪਰ ਉਹਨੂੰ ਇਹ ਨਹੀਂ ਪਤਾ ਕਿ ਉਹ ਜਗਤ ਗੁਰੂ ਹੈ, ਉਹਦੇ ਵਿੱਚ ਮੋਹ ਨਹੀਂ ਹੈ, ਉਹ ਇੱਦਾਂ ਦੇ ਕੰਮਾਂ ਵਿੱਚ ਨਹੀਂ ਫਸਦਾ। ਆਮ ਬੰਦਾ ਫਸ ਸਕਦਾ। ਵਜ਼ੀਰ ਖਾਨ ਕਹਿਣ ਲੱਗਾ, ਬੱਚਿਆਂ ਨੂੰ ਲੈ ਕੇ ਆਓ। ਸੁੱਚਾਨੰਦ ਕਹਿਣ ਲੱਗਾ, ਮਹਾਰਾਜ, ਬੱਚੇ ਜਿਨ੍ਹਾਂ ਨੂੰ ਤੁਸੀਂ ਮਾਰ ਕੇ ਆਏ ਨਾ, ਵੱਡੇ ਸਾਹਿਬਜ਼ਾਦੇ ਨੂੰ, ਉਹਨਾਂ ਵਰਗੇ ਹਨ, ਬੜੇ ਬਹਾਦਰ ਹਨ, ਸੁਣਿਆ ਬੜੀਆਂ ਗੱਲਾਂ ਕਰਦੇ ਹਨ, ਵੱਡੀਆਂ ਵੱਡੀਆਂ ਗੱਲਾਂ। ਵਜ਼ੀਰ ਖਾਨ ਨੇ ਸਮਝਿਆ ਸੀ ਉਹਨਾਂ ਵਰਗੇ ਹੋਣਗੇ, ਉਹਨਾਂ ਵਰਗੇ ਜੁਝਾਰੂ ਤਕੜੇ ਹੋਣਗੇ। ਜਦੋਂ ਦੇਖਿਆ ਛੋਟੇ ਛੋਟੇ ਮਾਸੂਮ ਬੱਚੇ, ਤਾਂ ਵਜ਼ੀਰ ਖਾਨ ਕਹਿਣ ਲੱਗਾ, ਈ ਮਾਸੂਮ ਅਸਤ, ਇਹ ਤਾਂ ਬੜੇ ਮਾਸੂਮ ਹਨ, ਇਹ ਤਾਂ ਬੜੇ ਛੋਟੇ ਛੋਟੇ ਹਨ। ਬੜਾ ਖੁਸ਼ ਹੋਇਆ ਦੇਖ ਕੇ, ਛੋਟੇ ਛੋਟੇ ਬੱਚੇ ਸੋਹਣੀਆਂ ਸੋਹਣੀਆਂ ਦਸਤਾਰਾਂ, ਸੋਹਣੇ ਸੋਹਣੇ ਚੋਲੇ ਪਹਿਨੇ ਹਨ, ਬੜਾ ਖੁਸ਼ ਹੋਇਆ। ਅਤੇ ਸੁੱਚਾਨੰਦ ਕਹਿਣ ਲੱਗਾ, ਨਾ ਨਾ, ਈ ਮਾਸੂਮ ਅਸਤ ਨਹੀਂ, ਈ ਮਾਰ ਅਸਤ, ਇਹ ਜੀ ਸੱਪ ਦੇ ਬੱਚੇ ਬੜੇ ਖੜੱਪੇ ਹਨ, ਦੇਖੋ ਕਿਵੇਂ ਬੋਲਦੇ ਹਨ। ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ, ਪਰ ਸਾਹਿਬਜ਼ਾਦਿਆਂ ਨੇ
ਜਾਂਦਿਆਂ ਸਾਰ ਗੱਜ ਕੇ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਸਾ ਉਹ ਦ੍ਰਿਸ਼ ਹੋਵੇਗਾ, ਕੈਸਾ ਉਹ ਮੰਜ਼ਰ ਹੋਵੇਗਾ ਜਿਸ ਸਮੇਂ ਸਾਹਿਬਜ਼ਾਦਿਆਂ ਨੇ ਇੱਕ ਦੂਜੇ ਦਾ ਮੂੰਹ ਦੇਖ ਕਰਕੇ ਫਤਿਹ ਗਜਾਈ ਹੈ। ਸਾਰੇ ਦਰਬਾਰ 'ਚ ਸੁਣ ਛਾ ਗਏ, ਸਾਰੇ ਚੁੱਪ ਹੋ ਗਏ। ਸੁੱਚਾਨੰਦ ਕਹਿਣ ਲੱਗਾ, ਉਹ ਬੱਚਿਓ ਇਹ ਤੁਹਾਡਾ ਗੁਰੂ ਦਾ ਦਰਬਾਰ ਨਹੀਂ ਹੈ, ਵਜ਼ੀਰ ਖਾਨ ਦੀ ਕਚਹਿਰੀ ਹੈ, ਇੱਥੇ ਸਲਾਮ ਕਰੋ ਤਿੰਨ ਵਾਰ ਝੁੱਕ ਕਰਕੇ। ਇੱਥੇ ਸਾਰਿਆਂ ਨੂੰ ਸਲਾਮ ਕਰਨੀ ਪੈਂਦੀ ਹੈ, ਸਲਾਮ ਕਰੋ ਝੁੱਕ ਕੇ। ਬੱਚੇ ਕਹਿਣ ਲੱਗੇ ਅਕਾਲ ਪੁਰਖ ਅੱਗੇ ਝੁੱਕੇ ਹਾਂ, ਆਪਣੇ ਗੁਰੂ ਤੋਂ ਬਿਨਾਂ ਕਿਸੇ ਅੱਗੇ ਝੁੱਕਦੇ ਨਹੀਂ, ਗੁਰੂ ਦਾ ਹੁਕਮ ਮੰਨਦੇ ਹਾਂ, ਤੇਰੇ ਵਰਗਿਆਂ ਦੀ ਗੱਲ ਕਾਹਤੇ ਮੰਨੀ ਅਸੀਂ, ਕਿਉਂ ਮੰਨੀ ਅਸੀਂ ਤੇਰੀ ਗੱਲ, ਅਸੀਂ ਗੁਰੂ ਦੇ ਅੱਗੇ ਝੁੱਕਦੇ ਹਾਂ, ਗੁਰੂ ਦਾ ਕਿਹਾ ਮੰਨਦੇ ਹਾਂ। ਇਹਨੇ ਬਚਨ ਸੁਣ ਕਰਕੇ ਫਿਰ ਹੈਰਾਨ ਸਾਰੇ। ਵਜ਼ੀਰ ਖਾਨ ਕਹਿਣ ਲੱਗਾ, ਬੱਚਿਓ ਤੁਸੀਂ ਬਹੁਤ ਚੰਗੀ ਜਗ੍ਹਾ 'ਤੇ ਪਹੁੰਚ ਗਏ, ਹੁਣ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਨਹੀਂ, ਤੁਹਾਨੂੰ ਇੱਥੇ ਹਰੇਕ ਚੀਜ਼ ਮਿਲੇਗੀ। ਲਾੜ ਪਿਆਰ ਦੇ ਨਾਲ ਉਹ ਬੱਚਿਆਂ ਨੂੰ ਵਰਗ ਲਾਉਣਾ ਚਾਹੁੰਦਾ ਸੀ, ਅਤੇ ਮੈਂ ਤੈਨੂੰ ਬੜਾ ਪਿਆਰ ਕਰਾਂਗਾ, ਬੱਚਿਆਂ ਵਾਂਗੂ ਰੱਖਾਂਗਾ, ਜੋ ਤੁਹਾਨੂੰ ਚਾਹੀਦਾ, ਤੁਹਾਡੀ ਵਿੱਦਿਆ, ਤੁਹਾਡੀ ਪੜ੍ਹਾਈ ਲਿਖਾਈ ਦਾ ਪ੍ਰਬੰਧ, ਤੁਹਾਡੇ ਪਾਲਣ ਪੋਸ਼ਣ ਹਰੇਕ ਚੀਜ਼ ਦੀ ਮੈਂ ਬੰਦੋਬਸਤ ਕਰਾਂਗਾ, ਫਿਕਰ ਨਾ ਕਰਿਓ। ਅਤੇ ਉਹ ਕਹਿਣ ਲੱਗੇ, ਭਾਈ ਸਾਡੇ ਫਿਕਰ ਕਰਨ ਵਾਲਾ ਅਕਾਲ ਪੁਰਖ ਹੈ, ਸਾਡੇ ਗੁਰੂ ਪਿਤਾ ਸਾਡੀ ਫਿਕਰ ਕਰਦੇ ਹਨ, ਸਾਡੀ ਦਾਦੀ ਮਾਂ ਸਾਡਾ ਫਿਕਰ ਕਰਦੀ ਹੈ, ਤੁਹਾਨੂੰ ਕੋਈ ਲੋੜ ਨਹੀਂ ਫਿਕਰ ਕਰਨ ਦੀ। ਇਹ ਜਵਾਬ ਦਿੱਤੇ ਉਹਨਾਂ ਨੇ। ਜਦੋਂ ਸਾਰੇ ਦਰਬਾਰ ਬਾਰੇ ਦਰਬਾਰੀ ਸੁਣਦੇ ਹਨ ਅਤੇ ਬੱਚੇ ਗੱਲਾਂ ਕਿੱਦਾਂ ਦੀਆਂ ਕਰਦੇ ਹਨ, ਅਤੇ ਵਜ਼ੀਰ ਖਾਨ ਕਹਿਣ ਲੱਗਾ, ਚਲੋ ਇੰਝ ਕਰੋ, ਇਹਨਾਂ ਨੂੰ ਕੁਝ ਖਵਾਓ ਪਿਆਓ, ਕੁਛ ਮਠਿਆਈਆਂ ਖਵਾਓ, ਚੀਜ਼ਾਂ ਖਵਾਓ, ਸੋਹਣੇ ਸੋਹਣੇ ਵਸਤਰ ਲੈ ਕੇ ਦਿਓ ਇਹਨਾਂ ਨੂੰ, ਦੁਕਾਨਾਂ 'ਤੇ ਲੈ ਜਾਓ, ਖਿਡੌਣੇ ਦੇਖਣਗੇ। ਜਦੋਂ ਸਾਹਿਬਜ਼ਾਦਿਆਂ ਨੂੰ ਬਾਜ਼ਾਰ ਵਿੱਚ ਲੈ ਕੇ ਗਏ, ਮਠਿਆਈਆਂ ਦੀਆਂ ਦੁਕਾਨਾਂ, ਖਿਡੌਣਿਆਂ ਦੀਆਂ ਦੁਕਾਨਾਂ, ਕੱਪੜਿਆਂ ਦੀ ਦੁਕਾਨਾਂ ਛੱਡ ਕੇ, ਸਾਹਿਬਜ਼ਾਦੇ ਨੇ ਇੱਕ ਲੁਹਾਰ ਦੀ ਦੁਕਾਨ 'ਤੇ ਜਾ ਕੇ ਰੁੱਕ ਗਏ, ਜਿੱਥੇ ਉਹ ਹਥਿਆਰ ਬਣਾ ਰਿਹਾ ਸੀ, ਹਥਿਆਰ ਕੁੱਟ ਰਿਹਾ ਸੀ, ਕੋਈ ਤਲਵਾਰ ਬਣਾ ਰਿਹਾ ਸੀ, ਕੋਈ ਖੰਜਰ ਬਣਾ ਰਿਹਾ ਸੀ, ਕੋਈ ਕਟਾਰ ਬਣਾ ਰਿਹਾ ਸੀ। ਸਾਹਿਬਜ਼ਾਦਿਆਂ ਨੇ ਇੱਕ ਇੱਕ ਹਥਿਆਰ ਚੱਕ ਲਿਆ, ਸ਼ਸਤਰ ਚੱਕ ਲਿਆ, ਕਹਿਣ ਲੱਗੇ ਮੇਰਾ ਆਹ, ਮੇਰਾ ਆਹ, ਮੈਂ ਤਾਂ ਆਹ ਲਵਾਂਗਾ। ਉਹ ਬੱਚਿਓ ਹਥਿਆਰਾਂ ਨਾ ਛੱਡੋ, ਚੀਜ਼ਾਂ ਖਾਣ ਵਾਲੀਆਂ ਖਾ ਲਓ, ਇਹਨਾਂ ਨੂੰ ਕੀ ਕਰਨਾ ਤੁਸੀਂ? ਕਹਿਣ ਲੱਗੇ ਇਹੀ ਸਾਨੂੰ ਪਿਆਰੇ ਲੱਗਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਦੇ ਕੋਲ ਭੇਜ ਦਿੱਤਾ। ਦੂਜੇ ਦਿਨ ਫਿਰ ਬੁਲਾਇਆ ਗਿਆ, ਫਿਰ ਬਥੇਰੀਆਂ ਗੱਲਾਂ ਹੋਈਆਂ। ਮੈਂ ਇਹ ਨਹੀਂ ਕਹਾਂ ਕਿ 10 ਪਾਉਣ ਨੂੰ, 11 ਪਾਉਣ ਨੂੰ, 12 ਪਾਉਣ ਨੂੰ, 13 ਪਾਉਣ ਨੂੰ, ਆਪ ਜੀ ਨੇ ਸਭ ਸੁਣਿਆ। ਦੂਜੇ ਦਿਨ ਫਿਰ ਕਚਹਿਰੀ ਵਿੱਚ ਬੁਲਾਇਆ, ਫਿਰ ਉਹੀ ਗੱਲਾਂ, ਪਹਿਲੇ ਦਿਨ ਪਿਆਰ ਦੇ ਨਾਲ, ਦੂਜੇ ਦੇ ਨਾਲ ਲਾਲਚ ਦੇ ਨਾਲ। ਫਿਰ ਲਾਲਚ ਦਿੱਤਾ ਗਿਆ, ਤੁਹਾਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾਣਗੇ, ਤੁਹਾਨੂੰ ਵੱਡੇ ਵੱਡੇ ਨਗਰਾਂ ਦੇ ਮੋਹਤਬਰ ਬਣਾਇਆ ਜਾਵੇਗਾ, ਬਾਦਸ਼ਾਹ ਬਣਾ ਦਿੱਤਾ ਜਾਵੇਗਾ, ਤੁਹਾਡੀਆਂ ਬੇਗਮਾਂ ਦੇ ਨਾਲ, ਵੱਡੀਆਂ ਵੱਡੀਆਂ ਬੇਗਮਾਂ ਦੇ ਘਰ ਤੁਹਾਡੇ ਡੋਲੇ ਆਣਗੇ। ਕੀ ਚਾਹੁੰਦੇ ਤੁਸੀਂ? ਜੋ ਤੁਹਾਨੂੰ ਚਾਹੀਦਾ। ਪਰ ਸਾਹਿਬਜ਼ਾਦੇ ਲਾਲਚ ਵਿੱਚ ਨਹੀਂ ਫਸੇ, ਫਿਰ ਉਹਨਾਂ ਨੂੰ ਕਹਿਣ ਲੱਗੇ ਹੁਣ ਡਰਾਓ ਇਹਨਾਂ ਨੂੰ। ਉਹਨਾਂ ਨੂੰ ਡਰਾਉਣ ਵਾਸਤੇ ਕਹਿੰਦੇ, ਉਹ ਸਾਹਮਣੇ ਇੱਕ ਪਿੱਪਲ ਹੈ, ਪਿੱਪਲ ਦੇ ਨਾਲ ਬੰਨ ਕਰਕੇ ਛਮਕੀਆਂ ਮਾਰੋ, ਤੂਤ ਦੀਆਂ ਛੜੀਆਂ, ਪਤਲੀਆਂ ਪਤਲੀਆਂ, ਹਰੇ ਹਰੀਆਂ, ਜਿਹੜੀਆਂ ਬੜੀਆਂ ਨਰਮ ਹੁੰਦੀਆਂ ਅਤੇ ਪਰ ਵੱਜਦੀ ਬੜੀ ਜ਼ੋਰ ਦੇ ਨਾਲ। ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਉੱਥੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂਤ ਦੀਆਂ ਛਟੀਆਂ ਦੇ ਨਾਲ ਛਾਂਗਿਆ ਗਿਆ, ਕੁੱਟਿਆ ਗਿਆ, ਗੁਲੇਲੇ ਮਾਰੇ ਗਏ। ਇੱਕ ਗੁਲੇਲਾ ਸਾਹਿਬਜ਼ਾਦਾ ਫਤਿਹ ਸਿੰਘ ਦੀ ਅੱਖ 'ਤੇ ਵੱਜਾ। ਬਹੁਤ ਜ਼ੁਲਮ ਕੀਤਾ ਗਿਆ, ਤਸ਼ੱਦਦ ਕੀਤਾ ਗਿਆ। ਉਹ ਛੱਡਣ ਵਾਲੇ ਨਹੀਂ ਸਨ ਕਿ ਬੱਚੇ ਡਰ ਜਾਣਗੇ। ਪਹਿਲਾਂ ਪਿਆਰ ਦੇ ਨਾਲ, ਫਿਰ ਲਾਲਚ ਦੇ ਨਾਲ, ਫਿਰ ਡਰਾਵੇ ਦੇ ਨਾਲ। ਇਸੇ ਦਿਨ ਮਲੇਰਕੋਟਲੇ ਦਾ ਨਵਾਬ
ਸ਼ੇਰ ਮੁਹੰਮਦ ਖਾਨ ਵੀ ਆਇਆ, ਕਹਿਣ ਲੱਗਾ ਭਾਈ ਇਹ ਤੁਸੀਂ ਕੀ ਕਰਦੇ ਹੋ, ਇਹ ਕੰਮ ਨਾ ਕਰੋ। ਉਹਨਾਂ ਨੇ ਕਿਹਾ ਕਿ ਭਾਈ ਤੂੰ ਚਾਹੁੰਦਾ ਤੂੰ ਇਹ ਕੰਮ ਕਰ ਲੈ, ਤੇਰੇ ਭਰਾ ਨੂੰ ਇਹਦੇ ਪਿਤਾ ਨੇ ਮਾਰਿਆ ਜੰਗ ਦੇ ਮੈਦਾਨ ਦੇ ਵਿੱਚ ਤੀਰ ਮਾਰ ਕੇ, ਤੂੰ ਬਦਲਾ ਲੈ ਲੈ। ਸ਼ੇਰ ਮੁਹੰਮਦ ਖਾਨ ਕਹਿਣ ਲੱਗਾ ਮੈਂ ਬਦਲਾ ਨਹੀਂ ਲੈਣਾ, ਇਹਨਾਂ ਬੱਚਿਆਂ ਤੋਂ ਕਿਉਂ ਬਦਲਾ ਲਵਾਂ, ਬਜ਼ੁਰਗ ਮਾਤਾ ਤੋਂ ਬਦਲਾ ਕਿਉਂ ਲਵਾਂ, ਬਦਲਾ ਲਵਾਂਗਾ ਗੋਬਿੰਦ ਸਿੰਘ ਤੋਂ, ਉਹਦੇ ਨਾਲ ਲੜ ਕੇ ਲਵਾਂਗਾ। ਮਰਦਾਂ ਦੇ ਨਾਲ ਮਰਦ ਲੜਦੇ ਹੁੰਦੇ ਹਨ, ਬੱਚਿਆਂ ਦਾ ਕਾਲਾ ਕਸੂਰ, ਬੱਚਿਆਂ ਨੂੰ ਛੱਡ ਦਿਓ। ਉਹ ਕਹਿ ਕੇ ਚਲਾ ਗਿਆ, ਪਰ ਉਹਦੀ ਆਵਾਜ਼ ਦਬ ਕੇ ਰਹਿ ਗਈ, ਨਹੀਂ ਮੰਨੇ। ਸਾਹਿਬਜ਼ਾਦੇ ਫਿਰ ਮਾਤਾ ਕੋਲ ਚਲੇ ਗਏ, ਮਾਤਾ ਗੁਜਰੀ ਦੇਖ ਕੇ ਕਹਿੰਦੀ ਬੱਚਿਓ ਅੱਜ ਲੱਗਦਾ ਜ਼ਾਲਮਾਂ ਨੇ ਆਪਣੀਆਂ ਹੱਦਾਂ ਟੱਪਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਪਤਾ ਜੋ ਹੁਕਮ ਹੋਇਆ ਪਰਮਾਤਮਾ ਦਾ ਭਾਣਾ ਵਰਤਣਾ, ਇਹ ਵਰਤਣਾ ਸ਼ੁਰੂ ਹੋ ਗਿਆ। ਬੱਚਿਆਂ ਦੇ ਸਰੀਰ ਦੇਖਦੀ ਹੈ, ਬੜੀਆਂ ਸ਼ਮਕਾਂ ਪਈਆਂ, ਲਾਸ਼ਾਂ ਪਈਆਂ ਹਨ, ਠੰਡ ਦੇ ਨਾਲ ਨੀਲਾ ਹੋਇਆ ਪਿਆ ਸਰੀਰ। ਸਾਹਿਬਜ਼ਾਦਾ ਫਤਿਹ ਸਿੰਘ ਦੀ ਅੱਖ 'ਤੇ ਜ਼ਖਮ ਹੋਇਆ ਪਿਆ। ਮਾਤਾ ਨੇ ਘੁੱਟ ਕੇ ਜੱਫੀ ਪਾਲੀ ਅਤੇ ਕਹਿਣ ਲੱਗੀ ਬੱਚਿਓ ਇਹ ਤੁਹਾਨੂੰ ਬਹੁਤ ਕੁਛ ਮਾਰਨ ਦੀ ਕੋਸ਼ਿਸ਼ ਵੀ ਕਰਨਗੇ, ਪਰ ਤੁਹਾਡੇ ਪਿਤਾ, ਤੁਹਾਡੇ ਦਾਦਾ, ਤੁਹਾਡੇ ਦਾਦੇ ਦੇ ਦਾਦਾ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ, ਉਹਨਾਂ ਦੀ ਪੱਗ ਬੜੀ ਉੱਚੀ ਹੈ, ਪੱਗ ਬੜੀ ਉੱਚੀ ਆ ਅੱਜ ਦੁਨੀਆਂ ਵਿੱਚ, ਉਹਨਾਂ ਨੂੰ ਦਾਗ ਨਾ ਕਿਤੇ ਲੱਗ ਜਾਵੇ, ਇਹ ਤੁਸੀਂ ਖਿਆਲ ਰੱਖਣਾ। ਬੜਾ ਕੁਛ ਕਹਿਣਗੇ ਇਹ, ਪਰ ਤੁਸੀਂ ਇਹਨ ਨਹੀਂ ਮੰਨਣੀ, ਆਪਣਾ ਧਰਮ ਨਹੀਂ ਛੱਡਣਾ। ਮਾਤਾ ਇਹੀ ਪਰਪਾ ਕਰਦੀ ਰਹੀ। ਮਾਤਾ ਨੇ ਦੇਖ ਲਿਆ ਹੁਣ ਮਰਨਾ ਤਾਂ ਹੈ, ਭਾਣਾ ਵਰਤੇਗਾ, ਅਤੇ ਹੁਣ ਧਰਮ 'ਚ ਨਹੀਂ ਛੱਡਣਾ ਚਾਹੀਦਾ, ਹੁਣ ਸਾਨੂੰ ਵੀ ਉਸੇ ਲਾਈਨ 'ਚ ਲੱਗਣਾ ਚਾਹੀਦਾ ਜਿਸ ਲਾਈਨ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਲੱਗੇ ਹਨ, ਸ਼ਹੀਦਾਂ ਦੀ ਕਤਾਰ 'ਚ ਲੱਗਣਾ ਚਾਹੀਦਾ। ਸਾਰੀ ਰਾਤ ਬੱਚਿਆਂ ਨੂੰ ਐਸੀਆਂ ਸਿੱਖਿਆਵਾਂ ਦਿੰਦੀ ਰਹੀ। ਉਹ ਦਿਨ ਆ ਗਿਆ, 13 ਪੋਹ ਵਾਲਾ ਦਿਨ, ਉਹਨਾਂ ਨੇ ਫਤਵਾ ਜਾਰੀ ਕੀਤਾ ਕਿ ਬੱਚਿਆਂ ਨੂੰ ਨੀਹਾਂ ਵਿੱਚ ਖੜ੍ਹਾ ਕਰਕੇ, ਦੀਵਾਰ ਦੇ ਵਿੱਚ ਖੜ੍ਹਾ ਕਰਕੇ ਚਿਣਾਈ ਕੀਤੀ ਜਾਵੇਗੀ, ਇਹਨਾਂ ਦਾ ਸਰੀਰ ਘੁੱਟ ਕੇ ਮਾਰ ਦਿੱਤਾ ਜਾਵੇਗਾ। ਸਮਾਂ ਆ ਗਿਆ 13 ਪੋਹ ਦਾ। ਮਾਤਾ ਗੁਜਰੀ ਕੋਲ ਸਿਪਾਹੀ ਆਏ, ਕਹਿਣ ਲੱਗੇ ਮਾਤਾ ਆਪਣੇ ਬੱਚਿਆਂ ਨੂੰ ਤਿਆਰ ਕਰ, ਅਸੀਂ ਲੈ ਕੇ ਜਾਣਾ, ਅੱਜ ਫਤਵਾ ਜਾਰੀ ਕਰਨਾ, ਤੇਰੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਨਾ। ਅਤੇ ਮਾਤਾ ਨੇ ਇਹ ਨਹੀਂ ਕਿਹਾ ਕਿ ਨਾ ਭਾਈ ਮੇਰੇ ਬੱਚਿਆਂ ਨੂੰ ਨਾਲ ਲੈ ਕੇ ਜਾਓ, ਮਾਫ਼ ਕਰ ਦਿਓ ਇਹਨਾਂ ਨੂੰ, ਇਹਨਾਂ ਦਾ ਕੀ ਕਸੂਰ ਹੈ, ਇੱਦਾਂ ਕੋਈ ਰੋਣੇ ਧੋਣੇ ਨਹੀਂ ਕੀਤੇ ਮਾਰਨ, ਕੋਈ ਉਹਨਾਂ ਨੇ ਰੋਣਾ ਧੋਣਾ ਨਹੀਂ ਕੀਤਾ। ਕਹਿਣ ਲੱਗੀ ਕੋਈ ਗੱਲ ਨਹੀਂ, ਲੈ ਜਿਓ, ਪਰ ਥੋੜ੍ਹਾ ਜਿਹਾ ਸਮਾਂ ਦਿਓ, ਮੈਂ ਇਹਨਾਂ ਦੇ ਬਸਤਰ ਪਹਿਨਾ ਦੇਵਾਂ, ਸੋਹਣੇ ਬਸਤਰ, ਨੀਲੇ ਬਸਤਰ ਪਹਿਨਾਏ, ਸੋਹਣੀਆਂ ਦਸਤਾਰਾਂ ਸਜਾਈਆਂ, ਕਲਗੀਆਂ ਵੀ ਲਾਈਆਂ ਆਪਣੇ ਹੱਥੀਂ ਮਾਤਾ ਜੀ ਨੇ। ਕਹਿਣ ਲੱਗੇ ਮੇਰੇ ਪੋਤਿਆਂ ਨੂੰ ਅੱਜ ਲੈ ਜਾਓ, ਅਤੇ ਅੱਜ ਇਹ ਮੌਤ ਲਾੜੀ ਨੂੰ ਵਿਆਹਣ ਚੱਲੇ ਹਨ, ਜਿੱਥੇ ਇਹਨਾਂ ਦੇ ਵੱਡੇ ਭਰਾ, ਇਹਨਾਂ ਦੇ ਵੱਡੇ ਸਿੰਘ ਸ਼ਹੀਦ ਹੋ ਗਏ, ਉੱਥੇ ਮੇਰੇ ਛੋਟੇ ਸਾਹਿਬਜ਼ਾਦੇ ਵੀ ਉੱਥੇ ਜਾਣਗੇ, ਇਹਨਾਂ ਦੇ ਬਾਬਾ, ਇਹਨਾਂ ਦੇ ਵੱਡੇ ਵਡੇਰੇ ਸ਼ਹਾਦਤਾਂ ਪਾਉਂਦੇ ਆ ਰਹੇ ਹਨ, ਇਹ ਵੀ ਇੱਦਾਂ ਹੀ ਜਾਣਗੇ। ਸਾਹਿਬਜ਼ਾਦਿਆਂ ਨੂੰ ਸਿਪਾਹੀ ਲੈ ਕੇ ਜਾ ਰਹੇ ਹਨ, ਅੱਗੇ ਭੀੜ ਲੱਗੀ ਹੈ, ਤਮਾਸ਼ਕੀਨ ਲੋਕ ਖੜ੍ਹੇ ਹਨ, ਭੀੜ ਭੜੱਕੇ ਦੇ ਵਿੱਚ ਜਦੋਂ ਸਾਹਿਬਜ਼ਾਦੇ ਅਲੋਪ ਹੋ ਗਏ, ਮਾਤਾ ਜੀ ਵੀ ਦਿਖਣੇ ਬੰਦ ਹੋ ਗਏ। ਮਾਤਾ ਜੀ ਬੁਰਜ ਤੋਂ ਖੜ੍ਹ ਕੇ ਦੇਖਦੇ ਪਏ ਹਨ, ਦੂਰ ਤੱਕ ਕੁਝ ਨਹੀਂ ਦਿਖਾਈ ਦਿੰਦਾ। ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਉੱਥੇ ਲੈ ਕੇ ਗਿਆ ਜਿੱਥੇ ਨੀਂਹ ਚੜ੍ਹਨੀ ਸੀ। ਸ਼ਾਸ਼ਲ ਬੇਗ, ਬਾਸ਼ਲ ਬੇਗ ਜਲਾਦਾਂ ਨੂੰ ਲਿਆਂਦਿਆ ਗਿਆ, ਸਮਾਣੇ ਦੇ ਸਨ, ਉਹਨਾਂ ਨੂੰ ਮਨਾਇਆ ਗਿਆ ਇਹ ਕੰਮ ਕਰਨ ਵਾਸਤੇ। ਸ਼ਹਿਰ ਵਿੱਚ ਕੋਈ ਨਹੀਂ ਮੰਨਿਆ, ਸ਼ਾਸ਼ਲ ਬੇਗ ਬਾਸ਼ਲ ਬੇਗ ਮੰਨ ਗਏ, ਕਹਿਣਗੇ ਇਹ ਕੰਮ ਅਸਾਂ ਕਰਾਂਗੇ। ਇੱਟਾਂ ਗਾਰਾਂ ਕੋਲ ਰੱਖਿਆ ਪਿਆ,
ਦੀਵਾਰ ਚੜ੍ਹਨੀ ਸ਼ੁਰੂ ਹੋ ਗਈ। ਸਾਹਿਬਜ਼ਾਦਿਆਂ ਦੇ ਵਿੱਚ ਖੜ੍ਹਾ ਕੀਤਾ ਗਿਆ, ਠੰਡੀਆਂ ਇੱਟਾਂ, ਠੰਡਾ ਗਾਰਾ, ਜ਼ਮੀਨ ਠੰਡੀ ਹੈ, ਹਵਾ ਠੰਡੀ ਵਗਦੀ ਪਈ ਹੈ, ਵਾਤਾਵਰਨ ਠੰਡਾ ਪਿਆ ਸਾਰੇ ਪਾਸੇ। ਅਤੇ ਹੁਣ ਬੱਚਿਆਂ ਦੇ ਆਲੇ ਦੁਆਲੇ ਦੀਵਾਰ ਦੱਬ ਦੱਬ ਕੇ, ਉਹਨਾਂ ਦੇ ਸਰੀਰਾਂ ਵਿੱਚ ਦੱਬ ਦੱਬ ਕੇ ਕੰਧ ਚਿਣੀ ਜਾ ਰਹੀ ਹੈ। ਗੋਡਿਆਂ ਤੱਕ ਜਦੋਂ ਦੀਵਾਰ ਆਈ ਹੈ, ਸ਼ਾਸ਼ਤ ਬੇਗ ਦੀਵਾਰ ਚਿਣ ਰਿਹਾ ਅਤੇ ਇੱਟ ਭੰਨਣ ਵਾਸਤੇ, ਜਦੋਂ ਗੋਡੇ ਦੇ ਕੋਲ ਇੱਟ ਲਾਣੀ ਹੈ ਇੱਟ ਭੰਨਣ ਵਾਸਤੇ, ਤੇਸੀ ਮਾਰੀ, ਇੱਟ ਟੁੱਟ ਗਈ। ਵਜ਼ੀਰ ਖਾਨ ਕਹਿਣ ਲੱਗਾ, ਮੇਰੀ ਇੱਟ ਨਾ ਤੋੜ, ਇਹਨਾਂ ਦੇ ਸਰੀਰ ਜੇ ਛਿਲਣੇ ਪੈਂਦੇ ਛਿਲ ਦੇ। ਗੋਡੇ ਦੇ ਉੱਪਰ ਉਸਨੇ ਐਸਾ ਹਥਿਆਰ ਮਾਰਿਆ, ਗੋਡੇ ਦੀ ਚੱਪਣੀਆਂ ਲਾ ਦਿੱਤੀਆਂ ਦੋਨਾਂ ਦੀਆਂ। ਹੱਕੋ ਸਤਨਾਮ ਸ਼੍ਰੀ ਵਾਹਿਗੁਰੂ। ਸੁਣਨਾ ਬੜਾ ਸੌਖਾ ਹੈ, ਸੁਣਾਉਣਾ ਬੜਾ ਸੌਖਾ ਹੈ, ਪਰ ਮਹਿਸੂਸ ਕਰਨਾ ਬੜਾ ਔਖਾ ਹੈ। ਨਿੱਕੀਆਂ ਜਿੰਦਾਂ 7 ਅਤੇ 9 ਸਾਲ ਦੇ ਬੱਚੇ, ਕੈਸਾ ਜ਼ੁਲਮ ਹੋ ਗਿਆ। ਲੋਕ ਕਹਿਣ, ਇਹ ਵਜ਼ੀਰ ਖਾਨ ਪਾਗਲ ਤਾਂ ਨਹੀਂ ਹੋ ਗਿਆ, ਇਹ ਦਿਮਾਗੀ ਸੰਤੁਲਨ ਖਰਾਬ ਤਾਂ ਨਹੀਂ ਹੋ ਗਿਆ, ਕੀ ਕਰਦਾ ਕੀ ਪਿਆ ਹੈ? ਇੰਨਾ ਜ਼ੁਲਮ ਤਾਂ ਕੋਈ ਕਿਸੇ 'ਤੇ ਕਰਦਾ ਨਹੀਂ, ਬੱਚਿਆਂ 'ਤੇ ਤਾਂ ਕੋਈ ਨਹੀਂ ਕਰਦਾ। ਹਾਂ, ਤੂੰ ਉਹਨੂੰ ਰੱਖ ਲਿਆ ਆਪਣੇ ਕੋਲ, ਇਹਨਾਂ ਦੇ ਪਿਤਾ ਨੂੰ ਬੁਲਾ, ਕਿਸੇ ਢੰਗ ਦੇ ਨਾਲ ਕੁਝ ਗੱਲਬਾਤ ਹੋ ਸਕਦੀ ਹੈ, ਬੱਚਿਆਂ 'ਤੇ ਜ਼ੁਲਮ ਕਰੀ ਜਾ ਰਿਹਾ। ਦੀਵਾਰ ਚਿਣਦੇ ਗਏ, ਛਾਤੀ ਤੱਕ ਜਦੋਂ ਦੀਵਾਰ ਆਈ, ਸਾਹ ਘੁੱਟਣੇ ਸ਼ੁਰੂ ਹੋ ਗਏ, ਸਾਹ ਲੈਣਾ ਔਖਾ ਹੋ ਜਾਂਦਾ। ਅਤੇ ਜਦੋਂ ਛਾਤੀ ਤੱਕ ਦੀਵਾਰ ਆਈ ਹੈ, ਅਤੇ ਜੁਝਾਰ ਸਿੰਘ ਆਪਣੀ ਅੱਖਾਂ ਵਿੱਚ ਪਾਣੀ ਭਰ ਕੇ, ਅੱਖਾਂ ਵਿੱਚ ਜਲ ਭਰਿਆ, ਕਹਿਣ ਲੱਗੇ, ਵੀਰ ਫਤਿਹ ਸਿੰਘ ਦੇਖ ਕੈਸਾ ਸਮਾਂ ਆ ਗਿਆ, ਮੈਂ ਦੁਨੀਆਂ 'ਤੇ ਪਹਿਲਾਂ ਆਇਆ ਤੇਤੋਂ, ਮੈਂ ਵੱਡਾ ਹੋਇਆ ਤੇਤੋਂ, ਪਹਿਲਾਂ ਤੇਤੋਂ ਵੱਡਾ ਹੋਇਆ, ਅਤੇ ਪਰ ਦੁਨੀਆਂ ਤੋਂ ਪਹਿਲਾਂ ਤੂੰ ਚਲਾ ਜਾਵੇਂਗਾ। ਹਾਕੋ ਸਤਨਾਮ ਸ਼੍ਰੀ ਵਾਹਿਗੁਰੂ। ਦਾਦਾ ਜੀ ਕੋਲ ਤੂੰ ਪਹਿਲਾਂ ਪਹੁੰਚ ਜਾਵੇਂਗਾ, ਪਰ ਆਇਆ ਤਾਂ ਮੈਂ ਪਹਿਲਾਂ। ਦੇਖੋ ਕੈਸੀਆਂ ਗੱਲਾਂ ਕਰਦੇ ਪਏ ਹਨ। ਫਤਿਹ ਸਿੰਘ ਕਹਿਣ ਲੱਗਾ, ਵੀਰ ਇੱਦਾਂ ਕਿਵੇਂ ਹੋ ਸਕਦਾ, ਤੂੰ ਦੁਨੀਆਂ 'ਤੇ ਪਹਿਲਾਂ ਆਇਆ ਹੋਵੇ, ਮੇਰੀ ਹਰੇਕ ਖੇਡ ਵਿੱਚ ਤੂੰ ਅੱਗੇ ਅੱਗੇ ਹੋਵੇਂ, ਮੈਂ ਤੇਰੇ ਪਿੱਛੇ ਪਿੱਛੇ ਰਿਹਾ, ਜਿੱਧਰ ਤੂੰ ਜਾਂਦਾ ਸੀ ਮੈਂ ਤੇਰੇ ਪਿੱਛੇ ਜਾਂਦਾ ਸੀ, ਜੋ ਤੂੰ ਕਹਿੰਦਾ ਸੀ ਮੈਂ ਮੰਨਦਾ ਸੀ, ਅਤੇ ਅੱਜ ਤੇ ਤੂੰ ਪਹਿਲਾਂ ਕਿਵੇਂ ਚਲਾ ਜਾਵਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਪਹਿਲਾਂ ਜਾਵੇਂਗਾ ਅਤੇ ਮੈਂ ਬਾਅਦ ਵਿੱਚ ਜਾਵਾਂਗਾ, ਮੇਰਾ ਵਾਅਦਾ ਰਿਹਾ ਤੇਰੇ ਨਾਲ। ਫਤਿਹ ਸਿੰਘ 7 ਸਾਲ ਦੀ ਉਮਰ ਕਹਿਣ ਲੱਗਾ, ਤੂੰ ਪਹਿਲਾਂ ਜਾਵੇਂਗਾ ਪਰ ਮੈਂ ਤੈਨੂੰ ਤੋਰ ਕੇ ਜਾਵਾਂਗਾ, ਤੂੰ ਹੀ ਅੱਗੇ ਰਵੇਂਗਾ, ਮੈਂ ਤੇਰੇ ਅੱਗੇ ਨਹੀਂ ਚੱਲਾਂਗਾ, ਤੂੰ ਮੇਰੀ ਅਗਵਾਈ ਕਰੇਂਗਾ। ਜਦੋਂ ਦੀਵਾਰ ਉੱਪਰ ਉੱਪਰ ਜਾਂਦੀ ਰਹੀ, ਸਾਰਾ ਸਰੀਰ ਕੱਜਿਆ ਗਿਆ, ਟੱਗਿਆ ਗਿਆ, ਕਹਿਣ ਲੱਗੇ ਹੁਣ ਤਾਂ ਇਹ ਖਤਮ ਹੋ ਜਾਣਗੇ, ਮਰ ਜਾਣਗੇ, ਸਾਹ ਘੁੱਟ ਹੋ ਜਾਵੇਗਾ। ਕਾਜੀ ਨੇ ਕਿਹਾ ਸੀ, ਖੂਨ ਨਹੀਂ ਵਹਿਣਾ ਚਾਹੀਦਾ, ਜੇ ਖੂਨ ਡੁੱਲਿਆ ਤਾਂ ਪਾਪ ਲੱਗੇਗਾ। ਦੇਖੋ ਪਾਪ ਹੀ ਕਮਾ ਰਹੇ ਹੋ। ਅੱਜ ਵੀ ਅਸੀਂ ਘਰਾਂ ਵਿੱਚ ਪਤਾ ਕਰਦੇ ਹਾਂ ਵਿਆਹ ਸ਼ਾਦੀ 'ਤੇ, ਅਤੇ ਮਾਵਾਂ ਕਹਿੰਦੀਆਂ, ਬਜ਼ੁਰਗ ਕਹਿੰਦੇ, ਭਾਈ ਪਾਪ ਨਹੀਂ ਕਰਨਾ, ਮੀੜ ਨਹੀਂ ਬਣਾਉਣਾ, ਜੀਵ ਹੱਤਿਆ ਨਹੀਂ ਕਰਨੀ। ਕਹਿੰਦੇ ਕੋਈ ਗੱਲ ਨਹੀਂ ਮਾਤਾ, ਘਰੇ ਨਹੀਂ ਵੱਢਣਾ, ਕੋਈ ਨਾ ਝਟਕਾਈ ਤੋਂ ਵਢਾ ਕੇ ਲੈ ਕੇ ਆਉਂਦੇ ਹਾਂ। ਆਖੋ ਸਤਨਾਮ, ਸਾਨੂੰ ਨਹੀਂ ਪਾਪ ਲੱਗੇਗਾ, ਉਹ ਝਟਕਾਈ ਨੂੰ ਪਾਪ ਲੱਗੇਗਾ, ਹੈ ਪਾਪ ਹੀ ਹੈ। ਇੱਥੇ ਇਹ ਵੀ ਆਪਣੇ ਆਪ ਸਿਆਣੇ ਬਣ ਜਾ ਕੇ, ਕਾਜੀ ਕਹਿੰਦਾ ਖੂਨ ਨਹੀਂ ਵਹਿਣਾ ਚਾਹੀਦਾ, ਮਾਰ ਦਿਓ, ਪਾਪ ਤਾਂ ਕਰਦੇ ਪਏ ਨਾ ਬੱਚਿਆਂ 'ਤੇ। ਜਦੋਂ ਦੀਵਾਰ ਚਿਣੀ ਗਈ, ਇਤਿਹਾਸ ਕਹਿੰਦਾ 3 ਵਾਰ ਦੀਵਾਰ ਡਿੱਗੀ, ਕੱਚੀ ਸੀ, ਗਾਰੇ ਦੀ ਬਣੀ ਹੋਈ, ਸਾਹਿਬਜ਼ਾਦੇ ਹਿਲਜੁਲ ਕਰਦੇ ਸਾਹ ਲੈਣ ਵਾਸਤੇ, ਅਤੇ ਉਹ ਦੀਵਾਰ ਡਿੱਗ ਪਈ। ਇਤਿਹਾਸ ਇਹ ਵੀ ਕਹਿੰਦਾ ਬੰਬ ਵਾਂਗੂ ਫਟ ਗਈ, ਇੱਟਾਂ ਖਿਲਰ ਗਈਆਂ,
ਜਿਹੜੇ ਕੋਲ ਖੜੇ ਸਨ ਐਨ ਕੋਲ, ਵਜ਼ੀਰ ਖਾਨ, ਕਾਜ਼ੀ, ਸੁੱਚਾ ਨੰਦ, ਸ਼ਾਸ਼ਲ ਬੇਗ, ਬਾਦਸ਼ਲ ਬੇਗ, ਉਹਨਾਂ 'ਤੇ ਵੱਜੀਆਂ ਕਈਆਂ 'ਤੇ ਜਾ ਕੇ ਫਿਰ ਦੀਵਾਰ ਖੜੀ ਕੀਤੀ ਗਈ। ਕਹਿੰਦਾ ਛੱਡੋ ਪਰੇ, ਦੀਵਾਰ ਦਾ ਕੰਮ ਛੱਡੋ, ਆਪਾਂ ਜਿਹੜਾ ਫਤਵਾ ਤਿਆਰ ਕੀਤਾ ਸੀ ਉਹ ਕੰਮ ਹੋ ਗਿਆ। ਵਜ਼ੀਰ ਖਾਨ ਕਹਿਣ ਲੱਗਾ, ਕਾਜ਼ੀ ਸਾਹਿਬ ਹੁਣ ਦੱਸੋ ਕਿਵੇਂ ਖਤਮ ਕਰੀਏ ਇਹਨਾਂ ਨੂੰ, ਦੀਵਾਰ ਵਾਲਾ ਕੰਮ ਤਾਂ ਹੁੰਦਾ ਨਹੀਂ। ਉਹ ਕਹਿਣ ਲੱਗਾ, ਇਹ ਬੇਹੋਸ਼ ਹਨ ਅਤੇ ਬੇਹੋਸ਼ ਬੰਦਾ ਮਰਿਆਂ ਦੇ ਬਰਾਬਰ ਹੁੰਦਾ ਅਤੇ ਮਰਿਆਂ 'ਤੇ ਵਾਰ ਨਹੀਂ ਕਰਨਾ। ਕਹਿੰਦੇ ਹੱਦ ਹੋ ਗਈ ਹੈ। ਕਾਜ਼ੀ ਬੜਾ ਤਰਤੀਬ ਬਣਾਉਣ ਵਾਲਾ ਸੀ, ਕਹਿੰਦੇ ਹੋਸ਼ ਆ ਲੈਂਦੇ ਇਹਨਾਂ ਨੂੰ ਫਿਰ ਮਾਰਿਓ ਜਿੱਦਾਂ ਮਰਜ਼ੀ। ਉਹ ਕਹਿਣ ਲੱਗੇ, ਚਲੋ ਗਰਮ ਤੇਲ ਲੈ ਕੇ ਆਓ। ਠੰਡ ਦੇ ਨਾਲ ਸਰੀਰ ਸੁੰਗੜ ਗਿਆ, ਐਨ ਸ਼ਾਂਤ ਹੋ ਗਿਆ ਸੀ। ਤਲੀਆਂ ਝੱਲੀਆਂ ਉਹ ਝੱਸੀਆਂ ਗਈਆਂ, ਤੇਲ ਗਰਮ ਦੇ ਨਾਲ ਹੱਥ ਪੈਰ ਝੱਸੇ ਗਏ, ਥੋੜ੍ਹੀ ਜਿਹੀ ਹੋਸ਼ ਆਈ, ਸਰੀਰ ਨੇ ਹਲਚਲ ਕੀਤੀ, ਸਰੀਰ ਹਿੱਲਿਆ। ਅਤੇ ਵਜ਼ੀਰ ਖਾਨ ਕਹਿਣ ਲੱਗਾ, ਸ਼ਾਸ਼ਲ ਬੇਗ, ਬਾਦਸ਼ਲ ਬੇਗ, ਹੁਣ ਦੂਜੀ ਗੱਲ ਨਹੀਂ ਕੋਈ ਕਰਨੀ, ਛੇਤੀ ਛੇਤੀ ਇਹਨਾਂ ਦਾ ਕੰਮ ਤਮਾਮ ਕਰੋ, ਜਿੰਨੀ ਜਲਦੀ ਹੁੰਦਾ ਇਹਨਾਂ ਦਾ ਸਾਹ ਖਤਮ ਕਰੋ। ਉਹਨਾਂ ਨੇ ਉਹਨਾਂ ਦੀ ਛਾਤੀਆਂ 'ਤੇ ਬੈਠ ਕਰਕੇ ਪਹਿਲਾਂ ਤਾਂ ਆਪਣੇ ਖੰਜਰਾਂ ਦੇ ਨਾਲ ਸਾਹਿਬਜ਼ਾਦਿਆਂ ਦੇ ਛਾਤੀਆਂ 'ਤੇ ਨਿੱਕੇ ਨਿੱਕੇ ਵਾਰ ਕੀਤੇ। ਅੱਗੋਂ ਸਤਨਾਮ ਸ਼੍ਰੀ ਵਾਹਿਗੁਰੂ ਕੋਇਆ, ਨਿੱਕੇ ਨਿੱਕੇ ਵਾਰ ਕੀਤੇ, ਫਿਰ ਸਾਹ ਰਗਾਂ ਦੇ ਉੱਪਰ ਖੰਜਰ ਰੱਖ ਕਰਕੇ ਇੱਕਦਮ ਨਹੀਂ, ਜਿਹਨਾਂ ਉਹਨਾਂ ਦੇ ਧਰਮ ਦੇ ਵਿੱਚ ਬੱਕਰੇ ਨੂੰ ਝਟਕਾਇਆ ਜਾਂਦਾ ਨਾ, ਕੁੱਠਾ ਕੀਤਾ ਜਾਂਦਾ, ਹੌਲੀ ਹੌਲੀ ਸਾਹ ਰਗ ਵੱਢੀ ਜਾਂਦੀ ਹੈ। ਇੱਦਾਂ ਸਾਹ ਰਗਾਂ ਹੌਲੀ ਹੌਲੀ ਵੱਢੀਆਂ ਗਈਆਂ, ਤੜਫਾ ਤੜਫਾ ਕੇ ਮਾਰਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ ਵਿੱਚ ਲਿਖਦੇ ਨੇ, ਇਹ ਔਰੰਗਜ਼ੇਬ ਤੈਨੂੰ ਨਹੀਂ ਪਤਾ ਤੇਰੇ ਹਾਕਮਾਂ ਨੇ ਕੀ ਕਰਤੂਤਾਂ ਕੀਤੀਆਂ ਮੇਰੇ ਛੋਟੇ ਛੋਟੇ ਬੱਚਿਆਂ ਨੂੰ, ਜਿਹੜੇ ਸ਼ੀਰਖੋਰ ਸਨ, ਭਾਵ ਕਿ ਦੁੱਧ ਪੀਣੇ ਬੱਚੇ ਸਨ, ਉਹਨਾਂ ਨੂੰ ਕੋਹ ਕੋਹ ਕੇ ਮਾਰਿਆ। ਮੈਨੂੰ ਉਹਨਾਂ ਦਾ ਦੁੱਖ ਹੈ, ਮੇਰੇ ਵੱਡੇ ਸਾਹਿਬਜ਼ਾਦੇ ਲੜਕੇ ਸ਼ਹੀਦ ਹੋਏ, ਮੈਨੂੰ ਉਹਨਾਂ 'ਤੇ ਮਾਣ ਹੈ। ਪਰ ਜਿਹੜਾ ਉਹਨਾਂ ਨੇ ਪਾਪ ਕਮਾਇਆ ਨਾ, ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ, ਉਹਦੀ ਸਜ਼ਾ ਮਿਲੇਗੀ ਉਹਨਾਂ ਨੂੰ, ਤੈਨੂੰ ਵੀ ਸਜ਼ਾ ਮਿਲੇਗੀ। ਉਹਨਾਂ ਨੇ ਕੋਹ ਕੋਹ ਕੇ ਮਾਰਿਆ। ਇਤਿਹਾਸ ਕਹਿੰਦਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਕੁਝ ਕੁ ਮਿੰਟ ਡੇਢ ਮਿੰਟ ਦੋ ਮਿੰਟ ਤੜਫੇ, ਹੱਥ ਪੈਰ ਬਹੁਤ ਤੜਫੇ, ਹਿੱਲੇ ਹਨ, ਅਤੇ ਇੱਕਦਮ ਸਰੀਰ ਸ਼ਾਂਤ ਹੋ ਗਿਆ, ਸਵਾਸ ਨਿਕਲ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਹੱਥ ਉੱਪਰ ਕੀਤਾ, ਮੁੱਠੀ ਬੰਦ ਕਰਕੇ ਜਿਵੇਂ ਜਕਾਰਾ ਬੁਲਾਉਂਦਾ ਹੋਵੇ। ਫਤਿਹ ਸਿੰਘ ਨੇ ਵਾਅਦਾ ਕੀਤਾ ਸੀ, ਵੀਰ ਤੈਨੂੰ ਤੋਰ ਕੇ ਫਿਰ ਜਾਵਾਂਗਾ ਮੈਂ। ਫਤਿਹ ਸਿੰਘ ਨੇ ਜਦੋਂ ਉਹਦੀ ਗਰਦਨ ਦੇ ਉੱਪਰ ਸਾਹ ਰਗ ਦੇ ਉੱਪਰ ਕਟਾਰ ਚੱਲੀ ਹੈ ਨਾ, ਸਾਹਿਬਜ਼ਾਦਾ ਫਤਿਹ ਸਿੰਘ ਅੱਧੀ ਘੜੀ ਤੜਫਦੇ ਰਹੇ, 12.5 ਮਿੰਟ ਤੜਫਦੇ ਰਹੇ, ਅਤੇ ਹੱਥ ਉੱਚਾ ਕਰਕੇ ਆਵਾਜ਼ ਨਹੀਂ ਨਿਕਲਦੀ ਪਈ, ਹੱਥ ਉੱਚਾ ਕਰਕੇ ਜਕਾਰੇ ਬੁਲਾਉਂਦੇ ਰਹੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸਾ ਉਹਨਾਂ ਦਾ ਇਹ ਬਹਾਦਰੀ ਦਾ ਕਿੱਸਾ ਹੈ। ਸਾਹਿਬਜ਼ਾਦਿਆਂ ਨੇ ਬੜੀ ਬਹਾਦਰੀ ਦੇ ਨਾਲ, ਅਡੋਲਤਾ ਦੇ ਨਾਲ, ਜ਼ਾਲਮਾਂ ਨੂੰ, ਹਕੂਮਤ ਨੂੰ ਹਰਾਉਂਦਿਆਂ ਹੋਇਆ ਉਹਨਾਂ ਦੀ ਈਨ ਨਹੀਂ ਮੰਨੀ, ਪਰ ਆਪਣਾ ਸਰੀਰ ਛੱਡ ਦਿੱਤਾ, ਸਰੀਰ ਦਾ ਮੋਹ ਨਹੀਂ ਕੀਤਾ। ਕਹਿੰਦੇ ਸਰੀਰ ਨਹੀਂ ਪਿਆਰਾ, ਜਾਨ ਨਹੀਂ ਪਿਆਰੀ, ਧਰਮ ਪਿਆਰਾ ਹੈ। ਜਿੱਥੋਂ ਤੱਕ ਹੋ ਸਕਿਆ ਧਰਮ ਨਹੀਂ ਛੱਡਾਂਗੇ। ਇਹ ਧਰਮ ਨੂੰ ਸਾਡੇ ਬਾਪ ਦਾਦਿਆਂ ਨੇ ਪੈਦਾ ਕੀਤਾ, ਗੁਰੂ ਨਾਨਕ ਨੇ ਅੱਗੇ ਤੋਰਿਆ, ਅਸੀਂ ਇਸ ਨੂੰ ਛੱਡ ਨਹੀਂ ਸਕਦੇ। ਇਹ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਆਪਾਂ ਵੀ ਆਪਣੇ ਪਰਿਵਾਰਾਂ ਵਿੱਚ ਉਹਨਾਂ ਬੱਚਿਆਂ ਨੂੰ, ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਮਾਣ ਮਹਿਸੂਸ ਕਰੀਏ ਕਿ ਅਸੀਂ ਕਿਸ ਘਰਾਣੇ ਵਿੱਚ ਪੈਦਾ ਹੋਏ ਹਾਂ, ਸਿੱਖੀ ਵਿੱਚ ਪੈਦਾ ਹੋਏ ਹਾਂ। ਸਾਨੂੰ ਮਾਣ ਕਰਨਾ ਚਾਹੀਦਾ ਕਿ ਸਾਡਾ ਇਤਿਹਾਸ ਕਿੰਨਾ ਗੌਰਵਮਈ ਇਤਿਹਾਸ ਹੈ, ਸਾਡਾ ਵਿਰਸਾ ਕਿੱਡਾ ਵੱਡਾ ਹੈ, ਜਿਸ ਦੇ ਵਿੱਚ ਛੋਟੇ ਛੋਟੇ ਬੱਚੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਵਰਗਿਆਂ ਨੇ
ਜਿਹੜੀਆਂ ਇਹ ਲਾਸਾਨੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਹਨ, ਉਹਨਾਂ ਦੀ ਕਿਰਪਾ ਸਦਕਾ ਹੀ ਅਸੀਂ ਅੱਜ ਘਰਾਂ ਵਿੱਚ ਖੁਸ਼ ਹਾਂ, ਘਰਾਂ ਵਿੱਚ ਆਨੰਦ ਮਾਣ ਰਹੇ ਹਾਂ, ਆਪਣੇ ਬੱਚਿਆਂ ਨੂੰ ਆਪਣੀ ਗੋਦਾਂ ਵਿੱਚ ਖਿਡਾ ਰਹੇ ਹਾਂ। ਟੋਡਰ ਮੱਲ ਜਿਹੜਾ ਕਈ ਦਿਨ ਬਾਹਰ ਰਿਹਾ ਆਪਣੇ ਪਿੰਡੋਂ, ਉਸ ਦਿਨ ਜਦੋਂ ਉਸਨੂੰ ਪਤਾ ਲੱਗਾ, ਘਰ ਆਇਆ, ਘਰ ਆਉਂਦਿਆਂ ਖਬਰ ਲੱਗੀ ਕਿ ਵਜ਼ੀਰ ਖਾਨ ਇਹ ਕੰਮ ਕਰ ਰਿਹਾ, ਗੁਰੂ ਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾ ਰਿਹਾ ਹੈ। ਉਸਨੇ ਤਿੰਨ ਦਿਨਾਂ ਤੋਂ ਉਹਨਾਂ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ। ਜਦੋਂ ਭੱਜਾ ਆਇਆ ਤੇ ਜਾਲਮਾਂ ਨੇ ਇਹ ਕੰਮ ਕਰ ਦਿੱਤਾ ਸੀ। ਆਂਦਿਆਂ ਸਾਰ ਦੂਰ ਤੋਂ ਹੀ ਛਾਲ ਮਾਰ ਕਰਕੇ, ਗੋਡਿਆਂ ਦੇ ਭਾਰ ਹੋ ਕਰਕੇ, ਧਾਹਾਂ ਮਾਰ ਕੇ ਰੋਣ ਲੱਗ ਪਿਆ। ਬਾਬਾ ਮੋਤੀ ਰਾਮ ਮਹਿਰਾ ਜਿਹਨੇ ਦੋ ਦਿਨ ਦੁੱਧ ਪਿਆਇਆ, ਇੰਨਾ ਕੀਮਤੀ ਦੁੱਧ ਆਪਣੇ ਘਰਵਾਲੀ ਦੇ ਗਹਿਣੇ ਵੀ ਰਿਸ਼ਵਤ ਦੇ ਕਰਕੇ, ਆਪਣੇ ਘਰਬਾਰ ਆਪਣਾ ਘਰਬਾਰ ਵੇਚ ਕਰਕੇ ਰਿਸ਼ਵਤ ਦੇ ਕਰਕੇ ਦੁੱਧ ਪਿਆਇਆ, ਵੱਡੀ ਸੇਵਾ ਕੀਤੀ ਉਸਨੇ। ਦੋਨੇ ਧਾਹਾਂ ਮਾਰ ਮਾਰ ਕੇ, ਕੰਧਾਂ ਨਾਲ ਸਿਰ ਮਾਰ ਮਾਰ ਕੇ ਰੋਏ ਕਿ ਅਸੀਂ ਕਰ ਕੁਝ ਨਹੀਂ ਸਕੇ। ਜਦੋਂ ਉਸਨੇ ਜਾ ਕਰਕੇ ਮਾਤਾ ਜੀ ਨੂੰ ਜਾ ਕੇ ਦੱਸਿਆ, ਬੁਰਜ 'ਤੇ ਜਾ ਕੇ, ਮਾਂ ਤੇਰੇ ਬੱਚੇ ਸ਼ਹੀਦ ਹੋ ਗਏ ਹਨ, ਜਾਲਮਾਂ ਨੇ ਬੜਾ ਵੱਡਾ ਪਾਪ ਕਮਾਇਆ। ਮਾਤਾ ਜੀ ਨੂੰ ਜਦੋਂ ਇਹ ਖਬਰ ਮਿਲੀ, ਉਹਨਾਂ ਨੇ ਆਪਣੇ ਸਵਾਸ ਦਸਮ ਦੁਆ 'ਤੇ ਚੜ੍ਹਾ ਕਰਕੇ ਆਪਣੇ ਆਪ ਨੂੰ ਸ਼ਾਂਤ ਕਰ ਲਿਆ। ਢੋ ਲਾ ਕੇ ਬੈਠੇ ਸਨ ਅਤੇ ਸਿਪਾਹੀ ਕਹਿਣ ਲੱਗੇ ਵਜ਼ੀਰ ਖਾਨ ਨੂੰ, ਸੂਬੇਦਾਰ ਸਾਹਿਬ, ਨਾਜ਼ਮ ਸਾਹਿਬ, ਬੱਚੇ ਤਾਂ ਅਸੀਂ ਖਤਮ ਕਰ ਦਿੱਤੇ, ਹੁਣ ਬੁੱਢੜੀ ਮਾਂ ਦਾ ਕੀ ਕਰੀਏ, ਉਹਨੂੰ ਕਿੱਥੇ ਭੇਜੀਏ, ਉੱਥੇ ਰੱਖਣਾ ਠੰਡੇ ਬੁਰਜ 'ਚ ਜਾਂ ਕਿਤੇ ਹੋਰ ਰੱਖਣਾ। ਉਹ ਕਹਿਣ ਲੱਗਾ ਅਸੀਂ ਬੁੱਢੜੀ ਮਾਂ ਨੂੰ ਕਿੱਥੇ ਸਾਂਭਦੇ ਫਿਰਾਂਗੇ, ਧੱਕਾ ਮਾਰੋ ਉੱਪਰੋਂ ਅਤੇ ਉਹਦਾ ਵੀ ਖਤਮ ਕੰਮ ਖਤਮ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਪਰੋਂ ਸਿੱਟ ਕਰਕੇ ਉਹਨਾਂ ਨੇ ਖਤਮ ਕਰ ਦਿੱਤਾ ਮਾਤਾ ਗੁਜਰੀ ਜੀ ਨੂੰ। ਦੋਨਾਂ ਤਿੰਨਾਂ ਦੇ ਸਰੀਰਾਂ ਨੂੰ ਨਵਾਬ ਵਜ਼ੀਰ ਖਾਨ ਨੇ ਕਹਿ ਦਿੱਤਾ ਕਿ ਇਹਨਾਂ ਦੇ ਸਰੀਰਾਂ ਨੂੰ ਪਿੱਛੇ ਜਿਹੜੀ ਨਦੀ ਵਗਦੀ ਨਾ, ਹੰਸਲਾ ਨਦੀ, ਉੱਥੇ ਸਿੱਟ ਦਿਓ। ਕੋਈ ਵੀ ਇਹਨਾਂ ਦੇ ਕੋਲ ਨਾ ਜਾਵੇ, ਕੋਈ ਵੀ ਇਹਨਾਂ ਨੂੰ ਹੱਥ ਨਾ ਲਾਵੇ ਅਤੇ ਕੋਈ ਵੀ ਇਹਨਾਂ ਦਾ ਸੰਸਕਾਰ ਕਰਨ ਦੀ ਜ਼ਰੂਰਤ ਨਾ ਕਰੇ। ਪਰ ਧੰਨ ਭਾਈ ਟੋਡਰ ਮੱਲ ਨੇ ਆਪਣਾ ਘਰ ਘਾਟ ਵੇਚ ਕੇ, ਜ਼ਮੀਨ ਖਰੀਦ ਕੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰੀ ਦਾ ਸੰਸਕਾਰ ਪਿਆਰ ਅਤੇ ਸਤਿਕਾਰ ਦੇ ਨਾਲ ਕੀਤਾ। ਸਾਰੇ ਉਹ ਗੁਰਸਿੱਖ ਧੰਤਾ ਦੇ ਯੋਗ ਹਨ ਜਿਨ੍ਹਾਂ ਨੇ ਸੇਵਾ ਕਮਾਈ। ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ, ਘੜੀ ਵੀ ਨੂੰ ਵੀ ਘੜੀ ਦੀ ਵੀ ਸਪੀਡ ਉਦੋਂ ਵੱਧ ਜਾਂਦੀ ਜਦੋਂ ਸੰਗਤਾਂ ਦੀ ਇਕਾਗਰਤਾ ਬਣੀ ਹੁੰਦੀ ਹੈ। ਘੜੀ ਦਾ ਵੀ ਪਤਾ ਨਹੀਂ ਲੱਗਦਾ ਉਦੋਂ ਕਿਉਂ ਤੇਜ਼ ਚੱਲਦੀ ਹੈ। ਜਦੋਂ ਬੰਦਾ ਵਿਹਲਾ ਬੈਠਾ ਹੁੰਦਾ ਹੈ ਉਦੋਂ ਸਮਾਂ ਨਹੀਂ ਪਾਸ ਹੁੰਦਾ, ਉਦੋਂ ਘੜੀ ਪਤਾ ਨਹੀਂ ਰੁਕ ਜਾਂਦੀ ਹੈ। ਆਪ ਸੰਗਤਾਂ ਇਕਾਗਰਤਾ ਨਾਲ ਬੈਠੇ ਹੋ ਪਰ ਘੜੀ ਨੇ ਸਪੀਡ ਦੁੱਗਣੀ ਕਰ ਦਿੱਤੀ। ਜਿਵੇਂ ਦਿਲ ਕਰਦਾ ਇਹਨਾਂ ਦੀਆਂ ਗੱਲਾਂ ਬਾਤਾਂ ਕਰੀ ਜਾਈਏ ਕਰੀ ਜਾਈਏ। ਐਸੀਆਂ ਸਾਖੀਆਂ ਹਨ, ਇਹ ਐਸਾ ਇਤਿਹਾਸ ਹੈ ਜਿਹੜਾ ਕਦੇ ਵੀ ਮੁੱਕ ਨਹੀਂ ਸਕਦਾ। ਜਿੰਨਾ ਇਹਨੂੰ ਵਿਚਾਰੀ ਜਾਓ ਉਹਨਾਂ ਦੇ ਵਿੱਚੋਂ ਆਨੰਦ ਮਿਲਦਾ ਹੈ। ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ, ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਕਵਿਤਾਵਾਂ ਦੇ ਨਾਲ, ਸ਼ਬਦਾਂ ਦੇ ਨਾਲ, ਗੁਰੂ ਦੀ ਸਿੱਖੀ ਦੇ ਨਾਲ ਜੋੜ ਕੇ ਰੱਖਿਆ, ਗੁਰੂ ਦੀ ਬਾਣੀ ਦੇ ਨਾਲ ਵੀ ਜੋੜੋ। ਨਿਤਨੇਮੀ ਆਪਣੇ ਬੱਚੇ ਬਣਾਓ, ਆਪ ਵੀ ਨਿਤਨੇਮੀ ਹੋਈਏ। ਜਿਨ੍ਹਾਂ ਘਰਾਂ ਵਿੱਚ ਮੀਟ ਸ਼ਰਾਬ ਚੱਲਦਾ ਹੈ ਉਹਨਾਂ ਤੋਂ ਤੋਬਾ ਕਰੀਏ ਕਿ ਗੁਰੂ ਸਾਹਿਬ ਜੀ ਸਾਡੇ ਘਰ 'ਚ ਸਮੱਤ ਬਖਸ਼ਿਸ਼ ਕਰੋ। ਜੇ ਕੋਈ ਖਾਂਦਾ ਪੀਂਦਾ ਹੈ ਨਾ ਤਾਂ ਉਹਨੂੰ ਕੁਝ ਨਾ ਕਹੋ, ਤੂੰ ਖਾਈ ਪੀ ਜਾ ਭਾਈ, ਪਰ ਇੱਕ ਕੰਮ ਜ਼ਰੂਰ ਕਰਿਆ ਕਰੋ, ਅਰਦਾਸ ਕਰਿਆ ਕਰੋ। ਜਿਸ ਦਿਨ ਕੋਈ ਸ਼ਹੀਦੀ ਸਮਾਗਮ ਹੁੰਦਾ, ਸ਼ਹੀਦੀ ਦਿਨ ਹੁੰਦਾ ਹੈ ਕਿਸੇ ਗੁਰਸਿੱਖ ਦਾ, ਗੁਰੂ ਸਾਹਿਬ ਦਾ, ਉਸ ਦਿਨ ਆਪਣੇ ਘਰ ਵਿੱਚ ਭਾਵੇਂ ਇੰਨੀ ਕੁ ਦੇਗ ਤਿਆਰ ਕਰਕੇ ਅਰਦਾਸ ਕਰਿਆ ਕਰੋ ਮਹਾਰਾਜ। ਅਤੇ ਜਿਸ ਘਰ ਵਿੱਚ ਦੇਗ ਦੀ ਖੁਸ਼ਬੂ ਹੁੰਦੀ ਹੈ ਨਾ, ਉਸ ਘਰ ਵਿੱਚ ਵਿਸ਼ੇ ਵਿਕਾਰਾਂ ਦੀ ਖੁਸ਼ਬੂ ਭੱਜ ਜਾਂਦੀ ਹੈ। ਆਖੋ ਸਤਨਾਮ। ਮੈਂ ਖੁਸ਼ਬੂ ਕਹਿ ਦਿੱਤਾ, ਬਦਬੂ ਕਹਿ ਦਿੱਤਾ। ਉਸ ਘਰ ਵਿੱਚ ਵਿਸ਼ਿਆਂ ਦੀ, ਨਸ਼ਿਆਂ ਦੀ ਬਦਬੂ ਭੱਜ ਜਾਂਦੀ ਆਪਣੇ ਆਪ,
ਜਿਸ ਘਰ ਵਿੱਚ ਦੇਗ ਦੀ ਖੁਸ਼ਬੂ ਫੈਲ ਜਾਵੇ। ਦੇਗ ਵਿੱਚ ਬੜੀ ਤਾਕਤ ਹੈ, ਅਰਦਾਸ ਵਿੱਚ ਬੜੀ ਤਾਕਤ ਹੈ। ਜਿਸ ਘਰ ਵਿੱਚ ਅਰਦਾਸ ਹੁੰਦੀ ਨੇ ਸਿੱਖੀ ਵਾਸਤੇ, ਮਹਾਰਾਜ ਉਸ ਘਰ ਵਿੱਚ ਸਿੱਖੀ ਦਾ ਮੀਂਹ ਵਰਾ ਦਿੰਦੇ ਹਨ। ਇਹ ਅਰਦਾਸ ਕਰਿਆ ਕਰੀਏ ਕਿ ਸਾਡੇ ਬੱਚਿਆਂ ਨੂੰ ਮਹਾਰਾਜ ਆਪਣੀ ਸਿੱਖੀ ਦੇ ਨਾਲ ਜੋੜ ਕੇ ਰੱਖੋ। ਮੈਂ ਗਲਤੀ ਮਾਫ਼ੀ ਮੰਗ ਲਵਾਂ ਕਿ ਸਮਾਂ ਉੱਪਰ ਚਲਾ ਗਿਆ 10-15 ਮਿੰਟ, ਪਰ ਤੁਸੀਂ ਖਿਮਾ ਦੇ ਖਿਮਾ ਬਖਸ਼ਣ ਵਾਲੇ ਹੋ, ਤੁਸੀਂ ਪਿਆਰ ਕਰਨ ਵਾਲੇ ਹੋ, ਪਿਆਰ ਦੇ ਨਾਲ ਬੈਠੇ ਹੋ। ਸਮਾਂ ਵਧੇਰੇ ਹੋ ਗਿਆ। ਇੱਕ ਸ਼ਬਦ ਆਪਾਂ ਸਰਵਣ ਕਰਨਾ ਕਿ ਜ਼ਾਲਮਾਂ ਨੇ ਉਹ ਜ਼ੁਲਮ ਕਮਾਇਆ ਕਿ ਬੱਚਿਆਂ ਨੂੰ ਤਾਂ ਸ਼ਹੀਦ ਕਰ ਦਿੱਤਾ, ਪਰ ਸਾਰੇ ਜ਼ਾਲਮਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਕਿਵੇਂ ਸੋਧਿਆ, ਇਹ ਵੀ ਇਤਿਹਾਸ ਕਿਤੇ ਸਮਾਂ ਮਿਲਿਆ ਆਪਾਂ ਵਿਚਾਰਾਂਗੇ। ਗੁਰਮੁਖ ਦਰਗ ਹੈ ਸੁਰਖੂ, ਗੁਰਮੁਖ ਜਨ ਦਰਗਾਹ ਵਿੱਚ ਸੁਰਖੂ ਹੋ ਜਾਂਦੇ ਹਨ ਅਤੇ ਮਨਮੁੱਖ ਅਜੇ ਤੱਕ ਸਜਾਵਾਂ ਅਤੇ ਉਹਨਾਂ ਨੂੰ ਲਾਹਣਤਾ ਪੈਂਦੀਆਂ ਪਈਆਂ ਹਨ। ਪਰ ਆਪਾਂ ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰਨ ਵਾਸਤੇ ਆਏ ਹਾਂ, ਸਾਹਿਬਜ਼ਾਦਿਆਂ ਨੂੰ ਆਪਾਂ ਪ੍ਰਣਾਮ ਕਰਨ ਵਾਸਤੇ ਆਏ ਹਾਂ, ਸਾਹਿਬਜ਼ਾਦਿਆਂ ਦੀ ਜੈ ਜੈਕਾਰ ਕਰਨ ਵਾਸਤੇ ਆਏ ਹਾਂ। ਆਓ 1-2 ਮਿੰਟ ਦਾ ਸ਼ਬਦ, ਉਪਰੰਤ ਖਿਮਾ ਦੇ ਜਾ ਚੁੱਕੇ। ਉਹਨਾਂ ਸਭ ਜਗਤ ਕਰੇ ਨਮਸਕਾਰ, ਸਾਰੀ ਸੰਗਤ ਜਪੋ। ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜੀਓ ਪਿੰਡ ਸਭ ਤਿਸ ਕਾ, ਸਭ ਸਹਿ ਦੇ ਆਧਾਰ, ਜੀਓ ਪਿੰਡ ਸਭ ਤਿਸ ਕਾ, ਸਭ ਸਹਿ ਦੇ ਆਧਾਰ, ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ, ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਹਮ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ,
ਸਦ ਉਜਲੇ ਉਹਨਾਂ ਦੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਕੋਟਾਨ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਸ਼ਮੇਸ਼ ਪਿਤਾ ਜੀ ਦਾ ਸਾਹਿਬਜ਼ਾਦਿਆਂ ਦਾ ਜਿਨ੍ਹਾਂ ਦੀ ਬਖਸ਼ ਸਦਕਾ ਉਹਨਾਂ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਾਉਣ ਦੇ ਕਾਬਲ ਹੋਏ ਹਾਂ। ਕੀਰਤਨ ਕਰਦਿਆਂ ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਗਈਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ, ਖਿਮਾ ਦੇ ਜਾਚਕ ਹਾਂ। ਜਿੰਨੀਆਂ ਵੀ ਗਲਤੀਆਂ ਹੋਈਆਂ ਸਾਡੀਆਂ ਭੁੱਲਾਂ ਜਾਣ ਕੇ ਮਾਫ਼ ਕਰ ਦੇਣਾ। ਕੋਈ ਗੱਲ ਚੰਗੀ ਲੱਗੀ ਹੈ, ਇਤਿਹਾਸ 'ਚ ਆਨੰਦ ਆਇਆ ਅਤੇ ਗੁਰੂ ਸਾਹਿਬ ਦੀ ਬਖਸ਼ ਸਮਝ ਕੇ ਪੱਲੇ ਬੰਨ ਲੈਣਾ ਅਤੇ ਅਰਦਾਸ ਕਰਨੀ, ਮਹਾਰਾਜ ਆਪ ਜੀ ਦੇ ਬੱਚੇ ਇਸੇ ਤਰ੍ਹਾਂ ਆਪ ਸੰਗਤਾਂ ਦੀ ਸੇਵਾ ਕਰਦੇ ਰਹੀਏ। ਪਠਾਨਕੋਟ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ, ਸਾਰੇ ਵੀਰਾਂ ਦਾ ਅਤੇ ਮੇਰੇ ਵੀਰ ਗੁਰਚਰਨ ਸਿੰਘ ਜੀ ਦਾ, ਜਿਨ੍ਹਾਂ ਨੇ ਹੁਕਮ ਲਾ ਕਰਕੇ ਆਪ ਸੰਗਤਾਂ ਦਰਸ਼ਨ ਕਰਾਏ ਹਨ। ਆਓ ਹੁਣ ਅਨੰਦ ਸਾਹਿਬ ਦਾ ਜਾਪ, ਉਪਰੰਤ ਖਿਮਾ ਦੇ ਜਾਚਕ। ਮੈਂ ਫਿਰ ਕਹਿ ਦੇਵਾਂ ਕਿ ਸਮਾਂ ਵਧੇਰੇ ਲੱਗ ਗਿਆ, ਖਿਮਾ ਦੇ ਜਾਚਕ ਹਾਂ। ਮੈਂ ਸਾਰੀ ਸੰਗਤਾਂ ਦੇ ਚਰਨ ਸਪਰਸ਼ ਕਰਕੇ ਮਾਫ਼ੀ ਮੰਗਦੇ ਹਾਂ, ਕਿਉਂਕਿ ਇਤਿਹਾਸ ਥੋੜ੍ਹੇ ਸਮੇਂ 'ਚ ਸੁਣਾਉਣ ਵਾਲਾ ਨਹੀਂ ਹੈ। ਦੋ ਇਤਿਹਾਸ ਹੈ, ਇੱਕ ਚਮਕੌਰ ਸਾਹਿਬ ਦਾ ਅਤੇ ਇੱਕ ਸਰਹੰਦ ਦਾ। ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ, ਸਾਰਿਆਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ। ਆਓ ਹੁਣ ਅਨੰਦ ਸਾਹਿਬ ਦਾ ਜਾਪ ਸਾਰੀ ਸੰਗਤ ਰਲ ਕੇ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਇਆ, ਸ਼ਬਦੋ ਤਾਂ ਗਾਓ ਹਰੀ ਕੇ ਰਾਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾਗਲਾ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ, ਕਰਦਾ ਤੇਰੇ ਸਭ ਕੁਛ ਹੈ ਜਿਸਦੇ ਹੈ ਸੋ ਪਾਵੇ, ਸਦਾ ਸਿਰਫ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਹਰ ਸਾਥ ਸੁਖ ਮਨੇ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸਤੋ ਸਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ, ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ, ਕਰਮ ਪਾਇਆ ਦੁਰਜਨ ਕੌਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਦਸ ਹੋਵਾ ਤਿਤਕਾਰਿਆ ਨਾ ਦਵਾਜੇ,
ਅਣਤ ਸੁਣਾਵਟ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਦੇ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਨਾਮ ਤੇ ਆਇਆ ਕਹਿ ਮਸਕਤ ਕਾਲ ਨਾਨਕ ਦੇ ਮੁਖੇ ਜਿਲੇ ਕਿਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਕਹਿ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ